ਬੋਲੋ ਸਤਿ ਸ੍ਰੀ ਅਕਾਲ ਦਰਸ਼ਕੋ, ਪੇਸ਼ ਆ ਜੀ ਲੱਗੀ ਅੱਜ ਦਾ ਖਾਸ ਪ੍ਰੋਗਰਾਮ ਮੰਥਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸੀਟ ਦਾ। ਅਤੇ ਸਾਡੇ ਨਾਲ ਅੱਜ ਸਾਰੀਆਂ ਪਾਰਟੀਆਂ ਦੇ ਮਹਿਮਾਨ ਬੁਲਾਏ ਹੋਏ ਨੇ, ਖਾਸ ਕਰਕੇ ਜਿਹਨਾਂ ਨੂੰ ਲੋਸ ਹੋਇਆ ਜਿਹੜਾ ਇਸ ਵੋਟਾਂ ਦੇ ਵਿੱਚ, ਕਿਉਂਕਿ ਜਿੱਤਦਾ ਤਾਂ ਕੋਈ ਮੰਥਨ ਹੋ ਹੀ ਨਹੀਂ ਸਕਦਾ। ਸੋ ਸਾਡੇ ਨਾਲ ਨੇ ਜੀ ਸਰਦਾਰ ਪਰਮਜੀਤ ਸਿੰਘ ਜੀ ਮੱਕੜ, ਜਿਹੜੇ ਕਿ PAP ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਅਤੇ ਨਾਲ ਗੁਰਮੇਲ ਸਿੰਘ ਜੀ ਵਾੜਾ, ਜਿਹੜੇ ਕਿ ਪ੍ਰਧਾਨ ਨੇ, ਜ਼ਿਲ੍ਹਾ ਪ੍ਰਧਾਨ ਪੰਜਾਬ ਏਕਤਾ ਪਾਰਟੀ ਦੇ, ਅਤੇ ਨਾਲ ਸਰਦਾਰ ਰਣਜੀਤ ਸਿੰਘ ਜੀ ਪਟਿਆਲਾ, ਜਿਹੜੇ ਕਿ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ। ਸੋ ਗੱਲਬਾਤ ਸ਼ੁਰੂ ਕਰਦੇ ਹਾਂ ਜੀ, ਵਾਰੀ ਵਾਰੀ ਸਾਰੀ ਦੇਖਾਂਗੇ ਮੰਥਨ, ਜਿਵੇਂ ਕਿ ਸਾਡੇ ਪ੍ਰੋਗਰਾਮ ਦਾ ਨਾਮ ਹੀ ਤੁਹਾਨੂੰ ਜੱਜ ਗਿਆ ਹੋਏਗਾ ਕਿ ਮੰਥਨ ਕਰਨ ਲੱਗੇ ਹਾਂ ਅਨੰਦਪੁਰ ਸਾਹਿਬ ਸੀਟ ਦਾ। ਸਭ ਤੋਂ ਪਹਿਲਾਂ ਆਉਂਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲ। ਪਿਛਲੀ ਵਾਰ ਨਾਲੋਂ 3.3% ਜਿਹੜੀ ਵੋਟ ਤੁਹਾਡੀ ਪ੍ਰਸੈਂਟ ਵਧੀ ਹੈ ਜੀ ਜੀ ਪਿਛਲੀ ਵਾਰ ਨਾਲੋਂ, ਬਿਲਕੁਲ। ਪਰ ਸੀਟ ਨਹੀਂ ਜਿੱਤ ਪਾਏ, ਨਾ ਹੀ ਇਹ ਜਿੱਤ ਵਾਸਤੇ ਕਾਫੀ ਹੈ। ਇੱਕ ਜਿਹੜੀ ਖੁੰਡ ਚਰਚਾ ਹੁੰਦੀ ਹੈ, ਖਾਸ ਕਰਕੇ ਜਿਹੜੀ ਰਵਾਇਤੀ ਪਾਰਟੀਆਂ ਨੇ ਜੀ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਉਹਨਾਂ ਬਾਰੇ ਆਮ ਜਿਹੜੇ ਛੋਟੀ ਪਾਰਟੀਆਂ ਦੇ ਵਰਕਰ ਨੇ, ਉਹ ਖਾਸ ਕਰਕੇ ਨਾ ਕਦੇ ਕਦੇ ਇਹੋ ਜਿਹੀ ਗੱਲ ਵੀ ਕਰਦੇ ਨੇ ਵੀ ਜਿਹੜੀਆਂ ਇਹ ਪਾਰਟੀਆਂ ਨੇ ਨਾ, ਜਿਨ੍ਹਾਂ ਦੇ ਮੈਂ ਨਾਮ ਲਏ ਹੈ, ਵੀ ਜਿਵੇਂ ਹੁਣ 23 ਮਈ ਨੂੰ ਰਿਜ਼ਲਟ ਆਇਆ 2019 ਨੂੰ, ਤਾਂ ਇਹ 24 ਮਈ ਤੋਂ 2022 ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਇਹ ਪਾਰਟੀਆਂ। ਸੋ ਆਪਣੇ ਕੋਲ 5 ਸਾਲ ਸੀ ਜੀ ਤਿਆਰੀ ਕਰਨ ਵਾਸਤੇ, ਅਤੇ ਪਿਛਲੀ ਵਾਰ ਵਿਧਾਨ ਸਭਾ ਸੀਟ ਵੀ 3 ਨੰਬਰ 'ਤੇ ਜਿਵੇਂ ਕਹਿੰਦੇ ਰਹੀ ਸੀ। ਸੋ ਕਿੱਥੇ ਕਮੀ ਮੰਨਦੇ ਹੋ ਵੀ ਰਹਿ ਗਈ ਜਿਹੜੀ ਫਿਰ ਜਿਹੜਾ ਲੋਸ ਹੋਇਆ? ਦੇਖੋ, ਇਸ ਗੱਲ 'ਚ ਕੋਈ ਸ਼ੱਕ ਨਹੀਂ ਜੀ ਕਿ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਨਹੀਂ ਜਿੱਤ ਸਕੇ ਜੀ। ਪਰ ਜਿਵੇਂ ਤੁਸੀਂ ਆਪ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ 2017 ਨਾਲੋਂ ਜੀ ਬਹੁਤ ਭਰਵਾਂ ਹੁੰਗਾਰਾ ਜਿਹੜਾ ਜੀ ਜੀ ਉਹ ਲੋਕਾਂ ਦਾ ਮਿਲਿਆ ਜੀ। 3.3% ਸਾਡੀ ਵੋਟ ਵੀ ਵਧੀ ਹੈ ਜੀ। ਔਰ ਇਸ ਤੋਂ ਇਲਾਵਾ ਸਾਡਾ ਜਿਹੜਾ ਖਾਸ ਤੌਰ 'ਤੇ ਰੂਪਨਗਰ ਹਲਕਾ ਹੈ, ਇਹਦੇ ਵਿੱਚ ਅਸੀਂ 2017 'ਚ ਲਗਭਗ 27-28 ਹਜ਼ਾਰ ਵੋਟ 'ਤੇ ਪਿੱਛੇ ਸੀ ਜੀ। ਔਰ ਅੱਜ ਇੱਥੇ ਸਾਡੀ ਜਿਹੜੀ ਡਿਫਰੈਂਸ ਹੈ ਉਹ ਕੇਵਲ 3,500 ਦਾ ਰਹਿ ਗਿਆ ਜੀ ਜੀ। ਤਾਂ ਇਸ ਤੋਂ ਇਹ ਵੀ ਲੋਕਾਂ ਦਾ ਰੁਝਾਨ ਜਿਹੜਾ ਹੈ ਉਹ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਵੱਲ ਹੋਇਆ। ਜਿਹੜੇ ਕੂੜ ਪ੍ਰਚਾਰ 'ਚ ਲੋਕ ਪਹਿਲਾਂ ਆ ਗਏ ਸੀ ਜੀ, ਉਹਦੇ ਤੋਂ ਲੋਕ ਬਾਹਰ ਆ ਚੁੱਕੇ ਆ, ਲੋਕਾਂ ਨੂੰ ਸਮਝ ਆ ਚੁੱਕੀ ਹੈ ਔਰ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਸ਼ੁਰੂ ਹੋ ਗਏ। ਇਹ ਜਿਹੜੇ ਜਵਾਬ ਨੇ ਨਾ ਜੀ, ਇਹ ਤਾਂ ਜਿਹੜੀਆਂ ਸੰਘਰਸ਼ਸ਼ੀਲ ਪਾਰਟੀਆਂ ਨੇ ਨਾ, ਇਹ ਉਹਨਾਂ ਦੇ ਜਵਾਬ ਹੁੰਦੇ ਆ ਜੀ, ਪਿਛਲੀ ਵਾਰ ਇੰਨੀ ਵਧ ਗਈ ਸੀ, ਇੰਨੀ ਵਧ ਗਈ ਸੀ, ਇੰਨੀ ਵਧ ਗਈ ਸੀ। ਇੱਕ ਪਾਰਟੀ ਜਿਹੜੀ ਕਿ ਸਥਾਪਿਤ ਪਾਰਟੀ ਹੈ ਜੀ, ਉਹ ਮੁਕਾਬਲਾ ਕਰ ਰਹੀ ਹੈ ਲਗਾਤਾਰ। ਮਤਲਬ ਕਿ ਦੋ ਹੀ ਪਾਰਟੀਆਂ ਸੀ ਪੰਜਾਬ ਦੇ ਵਿੱਚ, ਚਾਹੇ ਉਹ PPAP ਪਹਿਲਾਂ PPP ਬਣੀ ਹੋਵੇ, ਚਾਹੇ ਕਾਮਰੇਡਾਂ ਦਾ ਵੀ ਹੁੰਦਾ ਰਿਹਾ, ਤੀਜੀ ਧਿਰ ਨੇ, ਚਾਹੇ ਟੋਹੜਾ ਸਾਹਿਬ ਅਲੱਗ ਹੋ ਗਏ, ਹੈ ਨਾ, ਮੁੜ ਕੇ ਆਮ ਆਦਮੀ ਪਾਰਟੀ ਵੀ ਆ ਗਈ, ਹੁਣ PAP PDA ਵਗੈਰਾ। ਪਰ ਇਹ ਜਿਹੜੀ ਗੱਲਾਂ ਨੇ ਨਾ, ਮਤਲਬ ਕਿ ਇੰਨੇ ਪ੍ਰਸੈਂਟ ਵੱਧ ਗਈ, ਫਿਰ ਇੰਨੀ ਵੱਧ ਗਈ ਪਿਛਲੀ ਵਾਰ ਨੂੰ, ਇਹ ਚੰਗੀਆਂ ਲੱਗਦੀਆਂ ਨੇ ਜੀ, ਸੰਘਰਸ਼ ਵਾਲੀ ਪਾਰਟੀ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈ। ਤੁਸੀਂ ਪੰਜਾਬ ਦੇ ਹਾਲਾਤ ਦੇਖੋ ਜੀ ਜੀ, ਕਿ ਅਸੀਂ ਅੱਜ ਲਗਭਗ 35 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਗੱਠਜੋੜ, ਜਿਹੜੀ ਪਹਿਲਾਂ 17 ਸੀਟਾਂ 'ਤੇ ਸੀ, ਅੱਜ 35 ਸੀਟਾਂ 'ਤੇ ਅਸੀਂ ਅੱਗੇ ਗਏ ਹਾਂ ਜੀ ਜੀ। 17 ਸੀਟਾਂ ਲਗਭਗ ਇਹੋ ਜਿਹੀਆਂ ਨੇ ਜਿਹੜੀਆਂ ਅਸੀਂ 5,000 ਤੋਂ ਥੱਲੇ ਥੱਲੇ ਆ ਰਹੇ ਹਾਂ ਜੀ ਜੀ, ਔਰ ਇੰਨੀਆਂ ਹੀ ਸੀਟਾਂ ਲਗਭਗ ਇਹੋ ਜਿਹੀਆਂ ਨੇ ਜਿਹੜੀਆਂ ਅਸੀਂ 5 ਤੋਂ 10 ਹਜ਼ਾਰ ਵੋਟਾਂ ਦੇ ਫਰਕ ਨਾਲ ਆ ਰਹੇ ਹਾਂ ਜੀ ਜੀ। ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਅਸੀਂ ਕੋਈ, ਸਾਡਾ ਕੋਈ ਮੁਕਾਬਲਾ ਨਹੀਂ ਜਾਂ ਸੰਘਰਸ਼ਸ਼ੀਲ ਪਾਰਟੀਆਂ ਨਾਲ ਸਾਡੀ ਤੁਲਨਾ ਤੁਸੀਂ ਨਹੀਂ ਕਰ ਸਕਦੇ ਜੀ ਜੀ। ਤੁਸੀਂ ਦੇਖੋ, ਪੰਜਾਬ 'ਚ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ, ਉਹ ਸਭ ਤੋਂ ਵੱਡੀ ਲੀਡ ਨਾਲ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤਿਆ, ਔਰ ਕਾਂਗਰਸ ਪਾਰਟੀ ਦਾ ਪ੍ਰਧਾਨ ਜਿਹੜਾ, ਜਿਹੜੇ 8 ਸੀਟਾਂ ਵੀ ਲੈ ਗਏ, ਉਹਨਾਂ ਦਾ ਪ੍ਰਧਾਨ 90,000 ਵੋਟਾਂ ਨਾਲ ਹਾਰਿਆ ਜੀ ਜੀ। ਇਸ ਕਰਕੇ ਹਾਂਜੀ, ਹਾਂ ਉੱਧਰ ਵੀ ਹੁੰਦੀ। ਚਲੋ ਜੀ, ਰੁੱਖ ਕਰਦੇ ਹਾਂ ਜੀ PAP ਵੱਲ, ਸਰਦਾਰ ਗੁਰਮੇਲ ਸਿੰਘ ਜੀ, ਮੁਬਾਰਕਾਂ ਥੋੜ੍ਹੀ ਬਣਦੀਆਂ ਨੇ ਜੀ। 7.18% ਵੋਟ ਜਿਹੜੀ ਵਧੀ ਹੈ, ਪਰ ਉਹ ਹੱਥੀ ਚੋਣ ਨਿਸ਼ਾਨ ਦੀ ਕਹਿ ਸਕਦੇ ਹਾਂ, ਕਿਉਂਕਿ PDA ਦਾ ਪਿਛਲੀ ਵਾਰੀ ਵਜੂਦ ਨਹੀਂ ਸੀਗਾ, ਪਰ ਵਧੀ ਹੈ, ਵਾਧੇ 'ਚ ਕਹਿ ਸਕਦੇ ਹਾਂ। ਪਰ ਫਿਰ ਵੀ ਸਾਫ਼ ਅਕਸ ਦੇ ਉਮੀਦਵਾਰ ਕਹਿ ਸਕਦੇ ਹਾਂ ਸੋਢੀ ਵਿਕਰਮ ਸਿੰਘ ਨੂੰ, ਕਿਉਂਕਿ ਜਿਹੜੀ ਜਾਇਦਾਦ ਦਾ ਵੇਰਵਾ ਵਗੈਰਾ ਸੀ, ਜੋ ਲੋਕਾਂ ਦੇ ਵਿੱਚ ਵੀ ਗੱਲ ਸੀ,
ਨੰਬਰ 2 ਤੇ ਉਹਨਾਂ ਦਾ ਜਿਹੜਾ ਗੁਰੂ ਪਰਿਵਾਰ ਦੇ ਵਿੱਚੋਂ ਹੋਣਾ ਬਹੁਤ ਹੀ ਪ੍ਰਚਾਰ ਕੀਤਾ ਗਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੇ ਸੂਰਜਮੱਲ ਸਾਹਿਬ ਸੀ ਤਾਇਆ ਜੀ ਸੀ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਸੀ ਉਹਨਾਂ ਦੇ ਪਰਿਵਾਰ ਚੋਂ ਹੈ ਤੇ ਪੰਥਕ ਸੀਟ ਗਿਣੀ ਜਾਂਦੀ ਹੈ। ਕਿੱਥੇ ਕਮੀ ਰਹਿ ਗਈ ਜੀ? ਜਿਹੜੀ ਮੈਂ ਗੱਲਾਂ ਕਾਫੀ ਬੋਲਦੀ ਹਾਂ ਪਰ ਉਹ ਜਿੱਤ ਵਾਲੇ ਪਾਸੇ ਨਹੀਂ ਤਬਦੀਲ ਹੋ ਪਾਈ, 6 ਪਾਰਟੀਆਂ ਦਾ ਗਠਬੰਧਨ। ਜਿਹੜੀ ਜਿੱਤ ਦੀ ਗੱਲ ਹੈਗੀ ਹੈ ਵੀ ਜਿਹੜੀਆਂ ਇਹ ਪਾਰਟੀਆਂ ਹੋਂਦ ਚ ਆਈਆਂ ਇਹਨਾਂ ਨੂੰ ਟਾਈਮ ਬਹੁਤ ਘੱਟ ਮਿਲਿਆ। ਜੀ ਜੀ, ਜਦੋਂ ਤੱਕ ਪਾਰਟੀ ਦਾ ਹੇਠਾਂ ਕੇਡਰ ਨਹੀਂ ਬਣਦਾ, ਹਰ ਇੱਕ ਪਿੰਡ ਵਿੱਚ ਉਹਦਾ ਨੁਮਾਇੰਦਾ ਨਹੀਂ ਹੁੰਦਾ ਜੀ, ਉਹ ਸਭ ਤੋਂ ਵੱਡੀ ਕਮੀ ਹੁੰਦੀ ਹੈ। ਜੀ ਜੀ, ਦੂਜੀ ਗੱਲ ਹੈਗੀ ਹੈ ਵੀ ਜਿਹੜਾ ਅੱਜ ਸਾਡਾ ਪੋਲੀਟੀਕਲ ਸਿਸਟਮ ਹੈਗਾ ਜੀ, ਇਹ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਨੇ ਇੰਨਾ ਗੰਧਲਾ ਕਰਤਾ ਵੀ ਲੋਕ ਭੰਬਲੇ ਪੁਛਲੇ 'ਚ ਪੈ ਜਾਂਦੇ ਆ ਜੀ। ਲੋਕ ਚਾਹੁੰਦੇ ਹੈਗੇ ਆ ਵੀ ਸਾਨੂੰ ਕੋਈ ਸਾਫ਼ ਸੁਥਰੀ ਰਾਜਨੀਤੀ ਮਿਲੇ, ਸਾਨੂੰ ਕਾਨੂੰਨ ਦਾ ਰਾਜ ਮਿਲੇ, ਭ੍ਰਿਸ਼ਟਾਚਾਰ ਤੋਂ ਰਹਿਤ ਮਿਲੇ, ਪਰ ਜਿਹੜੀਆਂ ਪਾਰਟੀਆਂ ਹੋਂਦ 'ਚ ਆਈਆਂ ਉਹਨਾਂ ਦਾ ਵੀ ਕੁਛ ਨਾ ਕੁਛ ਕਮੀ ਰਹੀ, ਆਪਸੀ ਤਾਲਮੇਲ ਦੀ ਕਮੀ ਰਹੀ ਜੀ ਜੀ। ਔਰ ਉਹਦੇ ਨਾਲ ਜਿਹੜੀ ਟਾਈਮ ਦੀ ਗੱਲ ਹੈ ਵੀ ਟਾਈਮ ਬਹੁਤ ਘੱਟ ਸੀਗਾ ਜੀ, ਮੀਡੀਆ ਹੋਂਦ 'ਚ ਆਇਆ ਹੈਗਾ ਜੀ ਜੀ ਜੀ, ਪਰ ਇਹਦੇ ਨਾਲ ਜੋ ਕਾਰਗੁਜ਼ਾਰੀ ਰਹੀ ਹੈ, ਜੋ ਇਹ ਆਈ ਹੈ, ਜਿਸ ਤਰ੍ਹਾਂ ਆਪਾਂ ਇਕੱਲੇ ਬਹੁਜਨ ਸਮਾਜ ਪਾਰਟੀ ਨੂੰ ਲਈਏ, ਉਹਨੂੰ ਪਹਿਲਾਂ ਵੋਟ ਬਹੁਤ ਘੱਟ ਪੈਂਦੀ ਸੀਗੀ। ਬਿਲਕੁਲ ਬਿਲਕੁਲ, ਉਹ ਤਾਂ ਮੈਂ ਕਰਤੀ ਗੱਲ ਪਹਿਲਾਂ, ਪਰ ਇਹ ਇਕੱਠੇ ਹੋਣ ਕਰਕੇ ਉਹ ਵੋਟਾਂ ਨੂੰ ਹੌਸਲਾ ਮਿਲਿਆ ਜੀ ਜੀ, ਵੀ ਹਾਂ ਵੀ ਯਾਰ ਸਾਡੀ ਫੇਰ ਗੱਲ ਹੋਣ ਲੱਗੀ ਹੈ, ਆਵਾਜ਼ ਸੁਣ ਹੋਣ ਲੱਗੀ ਹੈ ਜੀ ਜੀ। ਔਰ ਇਹਦੇ ਨਾਲ ਅਸੀਂ ਅੱਗੇ ਲਈ ਸੰਘਰਸ਼ੀਲ ਹੋ ਕੇ ਆਪਾਂ ਮੁੜ ਕੇ ਲੋਕਾਂ ਦੀਆਂ ਉਮੀਦਾਂ ਪਰ ਪੂਰਾ ਉਤਰਨ ਲਈ ਸਾਨੂੰ ਅੱਗੇ ਤੁਰਨ ਦੀ ਗੱਲ ਹੈਗੀ ਹੈ। ਠੀਕ ਹੈ ਜੀ, ਸੋ ਆਮ ਆਦਮੀ ਪਾਰਟੀ ਜੀ ਮੁਬਾਰਕਾਂ ਨਹੀਂ ਦੇ ਸਕਦੇ, 23.24% ਵੋਟ ਗਦੀ ਘੱਟ ਗਈ ਅਤੇ ਜ਼ਮਾਨਤ ਜਿਹੜੀ ਉਹ ਜ਼ਬਤ ਹੋ ਗਈ ਨਰਿੰਦਰ ਸਿੰਘ ਸ਼ੇਰਗਿੱਲ ਦੀ। ਪਿਛਲੀ ਵਾਰੀ ਹਿੰਮਤ ਸਿੰਘ ਸ਼ੇਰਗਿੱਲ ਸੀ ਨਾਲ, ਪਰ ਉਹਦੇ ਨਾਲੋਂ ਜਿਹੜੀ ਜ਼ਮਾਨਤ ਜ਼ਬਤ ਹੋਣਾ 23% ਵੋਟ ਘੱਟਣੀ, ਕੀ ਕਹਿਣਾ ਚਾਹੋਗੇ? ਦੇਖੋ ਗੱਲ ਇਸ ਤਰ੍ਹਾਂ ਜੀ, ਸਾਨੂੰ ਵੀ ਪਤਾ ਹੈ ਕਿ ਇੱਕ ਜਿਹੜਾ ਗ੍ਰਾਫ ਗਿਰਿਆ ਹੈ ਹਾਂਜੀ, ਇਹ ਵਾਕਿਆ ਹੀ ਆਪਾਂ ਕਹਿਣ 'ਚ ਕੋਈ ਗੇਰੀ ਨਹੀਂ ਕਰਦੇ ਕਿ ਸ਼ਰਮਨਾਕ ਆ। ਬਿਲਕੁਲ, ਕਿਉਂ ਪਿਛਲੇ ਸਾਲ ਦੇ ਮੁਕਾਬਲੇ ਪਿਛਲੀ ਵਾਰ ਦੇ, ਹਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਕੁਛ ਤੋਂ ਵਜ੍ਹਾ ਰਹੀ ਹੋਗੀ, ਇਉਂ ਹੀ ਕੋਈ ਬੇਵਫਾ ਨਹੀਂ ਹੁੰਦਾ। ਬਿਲਕੁਲ ਬਿਲਕੁਲ, ਦੇਖੋ ਸਾਡੇ ਵਿੱਚ ਜਿਹੜੀਆਂ ਕਮੀਆਂ ਆਪਾਂ ਵਾਚਦੇ ਹਾਂ, ਆਪਾਂ ਕੋਈ ਬਹੁਤ ਵੱਡੇ ਲੀਡਰ ਨਹੀਂ, ਕੋਈ ਨੈਸ਼ਨਲ ਲੈਵਲ ਦੇ ਨਹੀਂ ਹੈਗੇ ਜੀ ਜੀ ਜੀ, ਅਸੀਂ ਇੱਕ ਛੋਟੇ ਜਿਹੇ, ਮੈਂ ਤਾਂ ਪਿਛਲੇ ਦਾ ਮੀਡੀਆ ਇੰਚਾਰਜ ਆ ਬਤੌਰ ਉਹੀ ਕੰਮ ਕਰਦਾ ਹੈ, ਅਤੇ ਗੁਰਮੇਲ ਸਿੰਘ ਜੀ ਵਾਲਾ ਬੈਠੇ ਨੇ, ਆਪਾਂ ਇਹਨਾਂ ਦੇ ਨਾਲ ਹੀ ਕੰਮ ਕੀਤਾ ਹੁਣ ਤੱਕ। ਮੈਂ ਇਹਦੀਆਂ ਜਿਹੜੀਆਂ ਵਜ੍ਹਾ ਮੇਨ ਹੈਗੀਆਂ, ਮੈਂ ਆਪਣੀ ਪਾਰਟੀ ਵਾਸਤੇ ਕਹਿ ਰਿਹਾ, ਲੋਕਾਂ ਵਾਸਤੇ ਸਫਾਈ ਦੇਣ ਵਾਸਤੇ ਨਹੀਂ। ਬਿਲਕੁਲ ਬਿਲਕੁਲ, ਸਾਡੀ ਪਾਰਟੀ ਦੀਆਂ ਜੋ ਕਮੀਆਂ ਲੋਕਾਂ ਨੇ ਸਾਨੂੰ ਦੱਸੀਆਂ ਅਤੇ ਲੋਕ ਅਸੀਂ ਮਹਿਸੂਸ ਕਰਦੇ ਹਾਂ ਜੀ ਜੀ। ਨੰਬਰ 1, ਸਭ ਤੋਂ ਪਹਿਲਾਂ ਸਾਡੇ ਵਿੱਚ ਲੋਕ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਜੀ, ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਚੁਣਿਆ ਸੀ। ਬਿਲਕੁਲ ਜੀ, ਸਾਡੀ ਪਾਰਟੀ ਦੀਆਂ ਮੇਨ ਕਮੀਆਂ ਜੀ ਇਹ ਰਹੀਆਂ ਹੈ, ਉਹਨਾਂ ਨੇ ਦੂਸਰੀਆਂ ਪਾਰਟੀਆਂ ਦੇ ਜੀ ਦਾਗੀ ਜੀ ਨਕਾਰੇ ਹੋਏ ਕੰਡਮ ਕਿਸਮ ਦੇ ਡਿਫਾਲਟਰ ਕਿਸਮ ਦੇ ਲੀਡਰ ਜੀ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਏ ਜੀ, ਕਿਉਂਕਿ ਮੈਂ ਤੁਹਾਨੂੰ ਕਹਿਣਾ ਦੱਸਿਆ ਕਿ ਮੇਰਾ ਕੋਈ ਐਡਾ ਕੱਦ ਨਹੀਂ ਕਿ ਮੈਂ ਜਾ ਕੇ ਦਿੱਲੀ ਜਾ ਕੇ ਕੇਜਰੀਵਾਲ ਨਾਲ ਲੜ ਸਕਾਂ। ਹਾਂਜੀ ਹਾਂਜੀ, ਮੈਨੂੰ ਇੱਥੇ ਲੋਕਾਂ ਨੇ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੰਸੀਡੈਂਟ ਦੱਸਦਾ, ਪਿਛਲੀਆਂ ਵੋਟਾਂ ਦੌਰਾਨ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਜੀ ਜੀ, ਮੈਂ ਨਾਮ ਚੋਣ ਨਹੀਂ ਦੱਸ ਸਕਦਾ ਇੱਥੇ, ਉਹਨੇ ਮੈਨੂੰ ਰਾਤ ਨੂੰ ਆਪਣੇ ਘਰ ਬੁਲਾਇਆ 9 ਵਜੇ। ਉਹ ਕਹਿੰਦਾ ਦੇਖੋ ਜਿਨ੍ਹਾਂ ਬੰਦਿਆਂ ਤੋਂ ਦੁਖੀ ਹੋ ਕੇ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਜੀ ਜੀ, ਵੀ ਹੈਰਾਨੀ ਦੀ ਗੱਲ ਆ ਕਿ ਉਹੀ ਬੰਦੇ ਆਮ ਆਦਮੀ ਪਾਰਟੀ 'ਚ ਆ ਰਹੇ, ਫਿਰ ਅਸੀਂ ਵਿਰੋਧ ਕਿਹਦੇ ਵਿੱਚ ਕਰਨਾ ਹੈਗਾ? ਬਿਲਕੁਲ, ਇਹ ਪਾਰਟੀ ਦਾ ਬਹੁਤ ਬੜਾ ਜਿਹੜਾ ਨੈਗੇਟਿਵ ਪੁਆਇੰਟ ਰਿਹਾ। ਲੋਕ ਬਦਲਾ ਲੈਣਾ ਚਾਹੁੰਦੇ ਸੀ ਜੀ, ਕਾਂਗਰਸ ਤੋਂ ਵੀ, ਅਕਾਲੀਆਂ ਤੋਂ ਵੀ,
ਉਹਨਾਂ ਦੀ ਜੋ ਵੱਧ ਇੰਤਜ਼ਾਮੀ ਦਾ, ਲੇਕਿਨ ਉਹ ਵਿਚਾਰੇ ਜਦੋਂ ਕੁਛ ਬੰਦੇ ਇੱਧਰ ਆ ਗਏ ਇੱਥੇ ਵੀ ਹੌਸਲਾ ਲੋਕਾਂ ਦਾ ਟੁੱਟਿਆ। ਦੂਈ ਗੱਲ ਜੀ ਜੀ ਮੈਂ ਕਰ ਲਵਾਂ ਪੂਰੀ ਜੀ ਜੀ, ਬਾਲਾ ਸਾਹਿਬ ਬੈਠੇ ਨੇ ਬਹੁਤ ਹੀ ਮੈਂ ਕਹਿ ਦਿੰਦਾ ਕਿ ਸੰਘਰਸ਼ਸ਼ੀਲ ਇਹ ਇਨਸਾਨ ਨੇ, ਮੈਂ ਇਹਨਾਂ ਦੀ ਇੱਜ਼ਤ ਕਰਦਾ ਜੀ ਜੀ, ਪਿਆਰ ਮੁਹੱਬਤ ਆ ਸਾਡਾ ਪਿਆਰ ਆਪਸ ਦੇ ਵਿੱਚ ਜੀ ਜੀ, ਪਰ ਮੈਂ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਜੀ ਜੀ ਇੱਕ ਗੱਲ ਦੀ ਵਧਾਈ ਦਿੰਦਾ ਜੀ ਕਿ ਜਿਸ ਕੰਮ ਵਾਸਤੇ ਉਹਨਾਂ ਨੂੰ ਭੇਜਿਆ ਗਿਆ ਆਮ ਪਾਰਟੀ 'ਚ, ਜਿਸ ਕੰਮ ਦਾ ਉਹਨਾਂ ਨੂੰ ਮਿਹਨਤਾਨਾ ਦਿੱਤਾ ਗਿਆ ਜਾਂ ਕੋਈ ਜੋ ਵੀ ਉਹਨਾਂ ਨੂੰ ਮਿਲਿਆ ਜੀ ਜੀ, ਉਹ ਉਹਦੇ ਵਿੱਚ ਕਾਮਯਾਬ ਹੋਏ, ਇਸ ਗੱਲ ਦੀ ਮੈਂ ਵਧਾਈ ਦਿੰਦਾ ਉਹਨਾਂ ਨੂੰ ਜੀ ਜੀ। ਆਮ ਆਦਮੀ ਪਾਰਟੀ ਦਾ ਨੁਕਸਾਨ ਜੀ ਕਰਨ ਵਾਸਤੇ ਉਹਨਾਂ ਨੂੰ ਪਾਰਟੀ ਵਿੱਚ ਉਤਾਰਿਆ ਗਿਆ ਸੀ। ਇੱਕ ਮਿੰਟ ਰੁਕਦਾ ਜੀ, ਸੁਖਪਾਲ ਸਿੰਘ ਖਹਿਰਾ ਕਰਕੇ ਤੁਸੀਂ ਦੋ ਨੰਬਰ ਦੇ ਵਿਸ਼ਾ ਗਿਣਿਆ, ਪਹਿਲੇ ਦੀ ਬਾਅਦ 'ਚ ਗੱਲ ਕਰਾਂਗੇ। ਆਮ ਆਦਮੀ ਪਾਰਟੀ ਦੀਆਂ ਵੋਟਾਂ, ਵਿਕਰਮ ਸਿੰਘ ਸੋਢੀ ਸਾਹਿਬ ਦੀਆਂ ਵੋਟਾਂ, ਨੋਟਾਂ ਨੂੰ ਜਿਹੜੀਆਂ ਵੋਟਾਂ 3 ਗੁਣਾ ਪਈਆਂ ਨੇ ਇਸ ਵਾਰ, 3 ਗੁਣਾ ਵੋਟਾਂ, ਸਾਰੀਆਂ ਵੋਟਾਂ ਮਿਲਾ ਕੇ ਵੀ 3.25 ਲੱਖ ਰੁਪਏ ਹਿੰਮਤ ਸਿੰਘ ਸ਼ੇਰਗਿੱਲ ਦੇ ਬਰਾਬਰ ਨਹੀਂ ਪਹੁੰਚਦੀਆਂ, ਇਹਦਾ ਕੀ ਜਵਾਬ ਦਿਓਗੇ? ਦੇਖੋ ਜਦੋਂ ਘਰ ਦੇ ਵਿੱਚ ਕਲੇਸ਼ ਹੋ ਜਾਵੇ ਹਾਂਜੀ, ਉਦੋਂ ਜਿਹਦੇ ਤੋਂ ਅਸੀਂ ਲੈਣਾ ਦੇਣਾ ਜਿਹਦੇ ਨਾਲ ਕਰਦੇ ਆ ਉਹ ਵੀ ਹੱਥ ਪਿੱਛੇ ਖਿੱਚ ਲੈਂਦਾ, ਆਪਾਂ ਸਾਰੇ ਜਾਣਦੇ ਹਾਂ ਜੀ ਜੀ। ਇੱਕ ਘਰ 'ਚ ਕਲੇਸ਼ ਹੁੰਦਾ ਹੋਵੇ, ਪਾਰਟੀ ਤੋਂ ਵਿਆਜ ਪਰ ਵੀ ਪੈਸੇ ਲੈਂਦੇ ਨਾ, ਉਹ ਵੀ ਹੱਥ ਪਿੱਛੇ ਖਿੱਚ ਲੈਂਦਾ ਵੀ ਇਹ ਘਰ ਦੇ ਵਿੱਚ ਤਾਂ ਕਲੇਸ਼ ਹੋ ਰਿਹਾ, ਮੇਰੇ ਪੈਸੇ ਮੁੜੂੰਗੇ ਕਿ ਨਹੀਂ ਮੁੜੂੰਗੇ ਜੀ ਜੀ। ਇਹ ਕਲੇਸ਼ ਵਾਸਤੇ ਐਲਾਨ ਕੀਤਾ ਗਿਆ ਸੁਖਪਾਲ ਸਿੰਘ ਖਹਿਰੇ ਜੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਜੀ ਜੀ। ਮੈਂ ਤੁਹਾਨੂੰ ਇੱਕ ਗੱਲ ਇੱਥੇ ਕਹਿ ਦਿੰਦਾ, ਪੁਰਾਣੇ ਸਮਿਆਂ ਦੇ ਵਿੱਚ ਵੀ ਜੀ ਜੀ ਜਿਹੜੇ ਬਾਜਾਂ ਦਾ ਸ਼ਿਕਾਰ ਕਰਦੇ ਸੀ, ਹਿਰਨਾਂ ਦਾ ਸ਼ਿਕਾਰ ਕਰਦੇ ਸੀ ਜੀ ਜੀ, ਉਹਨਾਂ ਸ਼ਿਕਾਰੀਆਂ ਨੇ ਇੱਕ ਹਿਰਨ ਰੱਖਿਆ ਹੁੰਦਾ ਸੀ ਆਪਣਾ ਸਖਾ ਕੇ ਜੀ, ਉਹ ਉਹਨੂੰ ਜੰਗਲ ਵੱਲ ਭੇਜ ਦਿੰਦੇ ਸੀ, ਉਹ ਜੰਗਲ ਵਿੱਚ ਜਾ ਕੇ ਮੂਹਰੇ ਮੂਹਰੇ ਹੋ ਜਾਂਦਾ ਸੀ, ਹਿਰਨ ਸਮਝਦਾ ਸੀ ਵੀ ਸਾਡਾ ਭਰਾ ਹੈ। ਅੱਛਾ, ਉਹਦੇ ਪਿੱਛੇ ਆ ਜਾਂਦੇ ਸੀ ਸਾਰੇ ਭੱਜ ਕੇ ਜੰਗਲ ਤੋਂ ਬਾਹਰ, ਅੱਗੇ ਜਿਹੜਾ ਸ਼ਿਕਾਰੀ ਹੁੰਦਾ ਸੀ ਉਹਦੇ ਬੰਦੇ ਉਹਨਾਂ ਨੂੰ ਕਾਬੂ ਕਰਨ ਨੂੰ ਤਿਆਰ ਹੁੰਦੇ ਸੀ ਉਹ ਹਿਰਨ। ਇਹ ਆਪਾਂ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਲਿਖੀ ਆ, ਹਰਨਾ ਬਾਜਾਂ ਤੈਂ ਸਿੱਕਦਾਰਾਂ, ਹਰਨਾ ਅਤੇ ਬਾਜਾਂ ਵਰਗਾ ਸ਼ਿਕਾਰ ਸਰਕਾਰਾਂ ਕਰਦੀਆਂ ਜੀ, ਉਹ ਆਪਣੇ ਭਾਈਆਂ ਨੂੰ ਲਿਆ ਕੇ ਫਾਹੇ ਦੇ ਵਿੱਚ ਫਸਾ ਦਿੰਦੇ ਆ। ਸੁਖਪਾਲ ਸਿੰਘ ਖਹਿਰਾ ਇਸ ਜੋ ਗੁਰਬਾਣੀ ਵਿੱਚ ਜੋ ਇਹ ਲਾਹਨਤ ਪਾਈ ਗਈ ਨਾ ਲੋਕਾਂ ਨੂੰ, ਉਹਦੇ ਪੂਰਾ ਉਤਰਦਾ ਹੈ। ਉਹਨੇ ਇਹ ਕਰਿਆ ਹੈ ਜਾਣ ਬੁੱਝ ਕੇ ਜੀ ਜੀ, ਐਨ ਮੌਕੇ ਤੇ ਆ ਕੇ ਉਹਨੇ ਕਲੇਸ਼ ਕੀਤਾ ਕਿ ਘਰ ਵਿੱਚ ਕਲੇਸ਼ ਹੋਵੇ ਤੇ ਤਾਂ ਕਿ ਲੋਕ ਇਹਨਾਂ ਤੇ ਅਤਵਾਰ ਕਰਨੇ ਤੋਂ ਹਟ ਜਾਣ। ਹੋਰ ਨਾ ਕੇਜਰੀਵਾਲ ਦੇ ਖਿਲਾਫ਼ ਕੋਈ ਅੱਜ ਤੱਕ ਕੱਢ ਸਕਿਆ ਬਈ ਉਹ ਬੇਈਮਾਨ ਆ, ਉਹਨੇ ਹੇਰਾਫੇਰੀ ਕਰੀ ਆ, ਉਹਦੀ ਵੱਧ ਇੰਤਜ਼ਾਮੀ ਆ। ਦੇਖੋ ਫੌਰਨ ਤੋਂ ਲੈ ਕੇ ਸਾਡੇ ਦੇਸ਼ ਤੱਕ ਸਾਰੇ ਇਹ ਬੰਦੇ ਗੱਲ ਮੰਨਣ ਨੂੰ ਤਿਆਰ ਆ ਕਿ ਉਹਦੇ ਵਰਗਾ ਇੰਤਜ਼ਾਮ ਨਹੀਂ ਕੋਈ ਕਰ ਸਕਦਾ। ਪਰ ਖਹਿਰਾ ਸਾਹਿਬ ਨੂੰ ਮੈਂ ਫਿਰ ਦੁਬਾਰਾ ਵਧਾਈ ਦਿੰਦਾ ਕਿ ਉਹ ਪਾਰਟੀ ਦਾ ਨੁਕਸਾਨ ਕਰਨ ਦੇ ਵਿੱਚ ਕਾਮਯਾਬ ਹੋਇਆ ਹੈ। ਉਹਨੇ ਉਸ ਹਿਰਨ ਦਾ ਪੂਰਾ ਰੋਲ ਕਰਿਆ ਜਿਹੜਾ ਆਪਣੇ ਭਾਈਆਂ ਨੂੰ ਜੰਗਲ ਚੋਂ ਫਸਾ ਕੇ ਸ਼ਿਕਾਰੀ ਕੋਲ ਫਸਾ ਦਿੰਦਾ ਹੈ। ਬੜਾ ਸਾਹਿਬ ਕੁਛ ਕਹਿਣਾ ਚਾਹੁੰਦੇ ਪਰ ਆ ਰਿਹਾ ਜੀ ਵਾਰੀ ਵਾਰੀ, ਤੁਹਾਡੀ ਗੱਲ ਤੁਹਾਡੀ ਸੁਣੀ ਜਾਏਗੀ ਪ੍ਰੋਗਰਾਮ ਆਪਣਾ ਸਾਰਾ, ਜਿਹੜੀ ਗੱਲ ਹੈ ਉਸੇ ਗੱਲ ਦੀ ਜਵਾਬ ਦੇਹੀ ਮੱਕੜ ਸਾਹਿਬ ਤੋਂ ਤੁਹਾਡੇ ਵੱਲ ਨਹੀਂ ਹੈ, ਸਾਡੀ ਜਿਹੜੀ ਪਲਾਨਿੰਗ ਬਾਕਾਇਦਾ ਚੱਲਦੀ ਰਹੇ। ਮੱਕੜ ਸਾਹਿਬ ਉਹ ਗੱਲ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਖਹਿਰਾ ਸਾਹਿਬ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਜੀ ਜੀ, ਕੇਜਰੀਵਾਲ ਦਾ ਖੁਦ ਦਾ ਤੁਸੀਂ ਦੇਖ ਲਓ ਜੀ ਜੀ, ਅੰਨਾ ਹਜ਼ਾਰੇ ਵਰਗਾ ਮਹਾਨ ਵਿਅਕਤੀ ਜੀ ਜੀ, ਉਹਨਾਂ ਦੇ ਅੰਦੋਲਨ ਚੋਂ ਨਿਕਲਿਆ ਇਹ ਕੇਜਰੀਵਾਲ ਜੀ ਜੀ, ਜਿਹੜਾ ਉਸ ਟਾਈਮ ਬੱਚਿਆਂ ਦੀਆਂ ਕਸਮਾਂ ਖਾਂਦਾ ਸੀ ਕਿ ਮੈਂ ਰਾਜਨੀਤੀ 'ਚ ਨਹੀਂ ਜਾਊਂਗਾ, ਔਰ ਉਹ ਬਿਲਕੁਲ ਉਹਨਾਂ ਕਸਮਾਂ ਨੂੰ ਤੋੜ ਕੇ ਰਾਜਨੀਤੀ 'ਚ ਆਇਆ, ਔਰ ਆ ਕੇ ਐਸਾ ਇੱਕ ਸਬਜ਼ ਬਾਗ ਲੋਕਾਂ ਨੂੰ ਦਿਖਾਇਆ ਕਿ ਪਤਾ ਨਹੀਂ ਕਿਹੜਾ ਸਵਰਾਜ ਜਿਹੜਾ ਉਹ ਹਿੰਦੁਸਤਾਨ 'ਚ ਲਿਆ ਦੂਗਾ, ਪਤਾ ਨਹੀਂ ਐਸਾ ਕਿਹੜਾ ਸਾਫ਼ ਸੁਥਰਾ ਪ੍ਰਸ਼ਾਸਨ ਉਹ ਹਿੰਦੁਸਤਾਨ ਨੂੰ ਲਿਆ ਕੇ ਦੇ ਦੂਗਾ, ਔਰ 70 ਚੋਂ 67 ਸੀਟਾਂ ਦਿੱਲੀ ਵਿੱਚ ਲੈਣ ਵਾਲੀ ਪਾਰਟੀ ਅੱਜ 7 ਦੀਆਂ 7 ਪਾਰਲੀਮੈਂਟ ਦੀਆਂ ਸੀਟਾਂ ਆ ਰਹੀ ਹੈ, ਇੱਕ ਵੀ ਸੀਟ ਪਾਰਲੀਮੈਂਟ 'ਚ ਉਹਨਾਂ ਨੂੰ ਨਹੀਂ ਮਿਲ ਸਕੀ। ਉਹ ਵੀ ਗੱਲਾਂ ਚਲੋ ਤੁਸੀਂ ਵੀ ਕਹਿ ਲਓ ਜੀ, ਹੁਣ
ਗੱਲ ਚੱਲਦੀ ਜਿਵੇਂ ਰਣਜੀਤ ਜੀ ਨੇ ਕਹੀ ਹੈ, ਜੇ ਆਪਾਂ ਇੱਕ ਗੱਲ ਪਰੇ ਖੜੇ ਰਹਿੰਦੇ ਹਾਂ ਵੀ ਚਲੋ ਮੰਨ ਲਿਆ ਇਹ ਸੁਖਪਾਲ ਖਹਿਰੇ ਨੂੰ ਮਾੜਾ ਸਮਝਦੇ ਆ ਜੀ ਜੀ, ਤਾਂ ਕਿਆ ਬਾਕੀ ਸਾਰੇ ਲੀਡਰ ਮਾੜੇ ਹੋ ਗਏ ਜੀ? ਜਿੰਨਿਆਂ ਨੇ ਪਾਰਟੀ 'ਚ ਸੰਘਰਸ਼ ਕਰਿਆ ਤੁਰੇ ਜੀ ਜੀ, ਔਰ ਸਾਰੇ ਅੱਜ ਕਿੰਨੇ ਕਿਰ ਗਏ ਆ, ਇਹਦੇ ਵਿੱਚ ਸਾਨੂੰ ਮੰਥਨ ਕਰਨ ਦੀ ਲੋੜ ਹੈ ਵੀ ਜਿਹੜੇ ਪੰਜਾਬ ਦੇ ਲੋਕਾਂ ਨੇ ਜੀ ਜੀ ਪਹਿਲਾਂ 25-26% ਵੋਟ ਨਾਲ 4 MP ਦੇ ਦਿੱਤੇ ਜੀ ਜੀ, ਪਾਰਟੀ ਨੂੰ ਖੜਾ ਰੱਖਤਾ, ਹਾਲਾਂਕਿ MP ਜਦ ਵੀ ਬਾਹਰ ਕੋਈ ਨਹੀਂ ਸੀ ਬਣਿਆ ਜੀ ਜੀ, ਲੋਕਾਂ ਨੇ ਆਪਣੀ ਮਰਜ਼ੀ ਨਾਲ ਦਿੱਤੇ ਜੀ ਜੀ, ਉਹ ਦਿੱਤੇ ਤਾਂ ਵੀ ਇੱਕ ਕੇਜਰੀਵਾਲ ਵੱਲੋਂ ਇੱਕ ਆਈਡੀਆ ਕੁਝ ਸਿਧਾਂਤ ਲੋਕਾਂ ਨੂੰ ਦਿੱਤੇ ਗਏ ਜੀ ਜੀ ਜੀ, ਵੀ ਜਿਹੜਾ ਕਿ ਆਮ ਰਵਾਇਤੀ ਪਾਰਟੀਆਂ ਨੇ ਜਿਹੜਾ ਸਿਸਟਮ ਹੈ ਉਹ ਭ੍ਰਿਸ਼ਟਾਚਾਰ ਚ ਡੁੱਬ ਗਿਆ ਜੀ ਜੀ, ਆਮ ਲੋਕਾਂ ਨੂੰ ਕੋਈ ਇਨਸਾਫ਼ ਨਹੀਂ ਮਿਲਦਾ ਜੀ, ਔਰ ਉਹਦੇ ਨਾਲ ਜਿਹੜੀ ਕਿ ਆਮ ਬੰਦੇ ਦੀ ਇੱਕ ਲੋੜ ਹੁੰਦੀ ਹੈ ਰੋਟੀ ਕੱਪੜਾ ਔਰ ਮਕਾਨ, ਬਿਲਕੁਲ, ਉਤੇ ਆਮ ਮਜ਼ਦੂਰ ਕਿਹਾ, ਆਮ ਲੋਕ ਕਿਹਾ, ਮਿਡਲ ਲੋਕ ਕਿਹਾ, ਸਾਰੇ ਤਰ੍ਹਾਂ ਤਰ੍ਹਾਂ ਕਰਦੇ ਸੀ ਜੀ ਜੀ, ਔਰ ਇਹਦੇ ਲਈ ਉਹ ਜਿਹੜਾ ਉਹਨਾਂ ਨੇ ਇੱਕ ਸਿਧਾਂਤ ਦਿੱਤਾ ਆਈਡੀਆ ਦਿੱਤਾ ਜੀ ਜੀ, ਉਹਦੇ ਕਰਕੇ ਹੀ ਅਸੀਂ ਜੁੜੇ ਔਰ ਸਾਰੇ ਲੋਕਾਂ ਨੇ ਵੱਧ ਚੜ ਕੇ ਵੋਟਾਂ ਪਾਈਆਂ ਜੀ ਜੀ, ਜੇ ਆਪਾਂ ਇੱਕ ਸੁਖਪਾਲ ਖਹਿਰੇ ਨੂੰ ਇਹ ਗੱਲ ਦਿੰਦੇ ਆ ਤਾਂ ਇਹਦੇ ਚ ਇਹ ਵੀ ਦੇਖਣ ਵਾਲੀ ਲੋੜ ਹੈ ਵੀ ਕੇਜਰੀਵਾਲ ਆਪਣੇ ਸਿਧਾਂਤਾਂ ਪਰ ਖੜਿਆ ਜੀ, ਜਦ ਅਸੀਂ ਇੱਕ ਸ਼ਰੇਆਮ ਐਲਾਨ ਕਰ ਰਹੇ ਹੈ ਵੀ ਅਕਾਲੀ ਦਲ ਦਾ ਫਲਾਣਾ ਮੰਤਰੀ ਮਜੀਠੀਆ ਸਾਹਿਬ ਨਸ਼ੇ ਦਾ ਤਸਕਰ ਹੈ, ਉਹਨੇ ਪੰਜਾਬ ਦੀ ਜਵਾਨੀ ਨਸ਼ੇ ਚ ਲਾਤੀ ਹੈ, ਔਰ ਉਹ ਤੋਂ ਬਾਅਦ ਆਪਾਂ ਜ਼ਿਲ੍ਹਾ ਲੈਵਲ ਹੇਠਾਂ ਬੂਥਾ ਲੈਵਲ ਤੇ ਵਰਕਰਾਂ ਨੂੰ ਕਹਿੰਦੇ ਆ ਵੀ ਤੁਸੀਂ ਬੋਰਡ ਲਿਖ ਕੇ ਲਾਓ ਵੀ ਇੱਕ ਵਾਰ ਨੀ ਮੈਂ 100 ਵਾਰ ਕਹਿੰਦਾ ਵੀ ਇਹ ਜ਼ਿਲ੍ਹੇ ਦਾ ਆਪਣਾ ਨਸ਼ੇ ਦਾ ਤਸਕਰ ਹੈ ਜੀ ਜੀ, ਪਰ ਦੂਜੇ ਪਾਸੇ ਕੇਜਰੀਵਾਲ ਬਿਨਾਂ ਵਰਕਰਾਂ ਬਿਨਾਂ ਸਭ ਨੂੰ ਛੱਡ ਕੇ ਕਹਿ ਦਿੰਦੇ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤਾਂ ਝੂਠ ਕਹਿ ਦਿੰਦਾ ਤੁਹਾਨੂੰ, ਆਪਣੀ ਪਾਰਟੀ ਦਾ ਮੇਰੇ ਖਿਆਲ ਮੰਥਨ ਆਮ ਆਦਮੀ ਪਾਰਟੀ ਦਾ ਇਕੱਲੀ ਦਾ ਹੋਇਆ ਦੇਖੋ ਤੇ ਇਹਦਾ ਫਾਇਦਾ ਲੈ ਜਾਣਗੇ ਜਿਹੜੀ ਸੱਚਾਈ ਆ ਜੀ ਜੀ, ਜੇ ਕੇਜਰੀਵਾਲ ਅਲੱਗ ਹੋਇਆ MLA ਅਲੱਗ ਹੋਏ ਇੱਕ ਇਸ਼ੂ ਆਪਾਂ ਇਸੇ ਇਸ਼ੂ ਪਰ ਆ ਕੇ ਹੋਏ ਨਾ ਜੀ, ਇਸੇ ਗੱਲ ਦਾ ਵਿਰੋਧ ਕਰਿਆ ਨਾ, ਫਾਇਦਾ ਲੈਣ ਵਾਲੀ ਪ੍ਰੋਗਰਾਮ ਦੀ ਗੱਲ ਜਿਹੜੀ ਹੈ ਅੱਜ ਦਾ ਮੰਥਨ ਜਿਹੜਾ ਨਾ ਉਹ ਹੈ ਮੰਥਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਸੀਟ ਦਾ, ਅਕਾਲੀ ਦਲ ਦਾ ਮੰਥਨ ਕੀ ਹੈ, PDA ਦਾ ਮੰਥਨ ਕੀ ਹੈ, ਉਹਦਾ ਆਮ ਆਦਮੀ ਪਾਰਟੀ ਦਾ ਮੰਥਨ, ਉਹਨਾਂ ਦੇ ਮੰਥਨ ਦੇ ਵਿੱਚ ਦੱਸਿਆ ਹੈ ਵੀ ਜਿਹੜੀ ਖਹਿਰਾ ਸਾਹਿਬ ਕਰਕੇ ਆਪਣਾ ਕਾਰਨ ਦੱਸਿਆ ਆਪਾਂ ਫਿਰ ਵੀ ਚਲੋ ਉਹਦਾ ਡਿਸਕਸ ਕਰ ਲਈ ਤੇ ਉਹ ਤੁਸੀਂ ਜਿਹੜਾ ਮੰਥਨ ਕਰਤਾ ਮਤਲਬ ਕਿ ਅਕਾਲੀ ਦਲ ਵੱਲੋਂ ਵੀ ਇਹਦੇ ਵੱਲੋਂ ਵੀ ਆਮ ਆਦਮੀ ਪਾਰਟੀ ਦਾ ਹੋ ਗਿਆ, ਮੈਂ ਤਾਂ ਕਹਿੰਦਾ ਵੀ ਉਹਨਾਂ ਨੇ ਨੋਟ ਕਰ ਲੈਣੀ ਵੀਕ ਪੁਆਇੰਟ ਸਾਡੇ ਕੀ ਸੀ, ਉਹਨਾਂ ਨੇ ਆਪਣੇ ਲੱਭੇ ਹੋਏ ਆ ਤੁਹਾਡੇ ਵੀ ਹੁਣ ਹਾਲਾਤ ਸਮਝ ਗਏ, ਜਿਹੜਾ ਝੂਠ ਝੂਠ ਦਾ ਇੱਕ ਬੁਲਬੁਲਾ ਜਿਹਾ ਉੱਠਿਆ ਸੀਗਾ ਪੰਜਾਬ 'ਚ ਜੀ ਜੀ, ਅਸੀਂ ਅੱਜ ਵੀ ਚਾਹੁੰਦੇ ਹਾਂ ਜੀ ਵੀ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਪੰਜਾਬ ਦੀ ਵਾਕਈ ਖੁਸ਼ਹਾਲੀ ਚਾਹੁੰਦੇ ਆ, ਸੇਵਾ ਚਾਹੁੰਦੇ ਆ, ਉਹਨਾਂ ਨੂੰ ਹੋਰ ਇਕੱਠੇ ਹੋਣ ਦੀ ਲੋੜ ਆ ਜੀ ਜੀ, ਅਸੀਂ ਇਹ ਗੱਲ ਨੂੰ ਭਾਵਦੇ ਆ ਵੀ ਇਕੱਲਾ ਇਕੱਲਾ ਕੋਈ ਕੁਛ ਨਹੀਂ ਕਰ ਸਕਦਾ ਜੀ ਜੀ, ਜੇ ਆਮ ਆਦਮੀ ਪਾਰਟੀ ਨੂੰ ਵੀ ਭੁਲੇਖਾ ਦਾ ਵੀ ਸ਼ਾਇਦ ਅਸੀਂ ਉਸ ਤਰ੍ਹਾਂ ਹੀ ਆਨੰਦਪੁਰ ਵਾਲੀ ਸੀਟ ਦੀ ਉਹ ਲਈਏ, ਇਹਦੇ ਕਰਕੇ ਹੀ ਲੜਾਈ ਹੁੰਦੀ ਰਹੀ ਨਾ ਵੀ ਪਹਿਲਾਂ 3 ਲੱਖ ਦੇ ਉੱਪਰ ਵੋਟ ਪਈ ਵੀ ਆ ਵੀ ਉਹ ਵੋਟ ਉੱਦਾਂ ਹੀ ਪੈ ਜਾਣੀ ਆ ਜੀ ਜੀ, ਪਰ ਲੋਕ ਸਮਝਦੇ ਆ ਜਿਹੜੀ ਗੱਲ ਬਾੜਾ ਸਾਹਿਬ ਕਰ ਰਹੇ ਆ, ਮੈਂ ਇੱਕ ਸੈਕਿੰਡ ਵਿੱਚ ਗੱਲ ਕਰਨੀ ਚਾਹੂੰਗਾ,
ਰਣਜੀਤ ਜੀ ਨੇ ਪਟਿਆਲਾ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਕਿ ਦੂਜੀਆਂ ਪਾਰਟੀਆਂ ਤੋਂ ਨਕਾਰੇ ਹੋਏ ਲੋਕ ਜਿਹੜੇ ਹੈ ਉਹ ਆਮ ਆਦਮੀ ਪਾਰਟੀ ਨੇ ਲੈ ਲਏ। ਉੱਥੇ ਵੀ ਆਵਾਂਗੇ। ਤੁਸੀਂ ਤੁਸੀਂ ਖਹਿਰਾ ਸਾਹਿਬ ਦਾ ਵੀ ਇਤਿਹਾਸ ਦੇਖ ਲਓ ਵੀ ਉਹਨਾਂ ਦੀ ਕਿੰਨਵੀਂ ਪਾਰਟੀ ਹੈ। ਜੀ ਜੀ ਜੀ। ਉਹਨਾਂ ਦੇ ਪਿਤਾ ਸਰਦਾਰ ਸੁਖਜਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਚ ਹੁੰਦੇ ਸੀ। ਜੀ ਜੀ। ਖਹਿਰਾ ਸਾਹਿਬ ਕਾਂਗਰਸ ਚ ਹੁੰਦੇ ਸੀ, ਕਾਂਗਰਸ ਤੋਂ ਆਮ ਆਦਮੀ ਪਾਰਟੀ ਚਲੇ ਗਏ, ਆਮ ਆਦਮੀ ਪਾਰਟੀ ਚੋਂ ਹੁਣ ਇੱਧਰ ਆਏ, ਇੱਧਰ ਆ ਕੇ ਉਹਨਾਂ ਦੀ ਆਪਣੀ ਜਮਾਨਤ ਵੀ ਜ਼ਬਤ ਹੋ ਗਈ। ਜੀ ਜੀ। ਠੀਕ ਹੈ। ਇਹਨਾਂ ਨੇ ਇੱਕ ਝੂਠ ਦਾ ਬੁਲਬੁਲਾ ਜਿਹੜਾ ਪੰਜਾਬ ਚ ਫੈਲਾਇਆ ਸੀ, ਹੁਣ ਟਕਸਾਲੀਆਂ ਨਾਲ ਇਹਨਾਂ ਨੇ ਜਾ ਕੇ ਸਮਝੌਤਾ ਕੀਤਾ। ਜੀ ਜੀ। ਔਰ ਟਕਸਾਲੀਆਂ ਦਾ ਜੋ ਹਾਲ ਹੋਇਆ, ਮੈਂ ਬੜੇ ਸੀਨੀਅਰ ਲੀਡਰ ਨੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ, ਮੇਰਾ ਕੋਈ ਉਹਨਾਂ ਦੇ ਬਾਰੇ ਬੋਲਣ ਦਾ ਕੋਈ ਲੈਵਲ ਨਹੀਂ ਮੈਂ ਸਮਝਦਾ, ਪਰ ਉਹਨਾਂ ਨੇ ਕੀ ਕੀਤਾ, ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਸਰਕਾਰ 'ਚ ਰਿਹਾ ਜੀ, ਸਾਰੇ ਫਾਇਦੇ ਲਏ, ਆਪਣੇ ਆਪ ਨੂੰ MLA ਬਣੇ, ਮੰਤਰੀ ਬਣੇ, MP ਬਣੇ, ਆਪਣੇ ਲੜਕਿਆਂ ਨੂੰ, ਆਪਣੇ ਬੱਚਿਆਂ ਨੂੰ MLA ਬਣਾਇਆ, ਸਾਰਾ ਕੁਝ ਕੀਤਾ। ਪਰ ਜਦੋਂ ਦੇਖਿਆ ਕਿ ਹੁਣ ਸਰਕਾਰ ਚਲੀ ਗਈ, ਪਾਰਟੀ ਥੋੜ੍ਹੀ ਜਿਹੀ ਡਾਊਨ 'ਚ ਹੈ, ਤਾਂ ਚੁੱਪ ਕਰਕੇ ਆ ਕੇ ਨਵਾਂ ਬਣਾ ਲਿਆ, ਟਕਸਾਲੀ ਬਣਾ ਲਿਆ, ਉਦੋਂ ਬਾਦਲ ਸਾਹਿਬ ਵੀ ਮਾੜੇ ਹੋ ਗਏ, ਸੁਖਬੀਰ ਜੀ ਮਾੜੇ ਹੋ ਗਏ। ਇਹੋ ਜਿਹੇ ਮੌਕਾ ਪ੍ਰਸਤ ਜਿਹੜੇ ਲੋਕ ਹੈ ਉਹਨਾਂ 'ਤੇ ਡਿਪੈਂਡ ਕਰਕੇ ਜਦੋਂ ਪਾਰਟੀਆਂ ਕੋਈ ਖੜੀਆਂ ਹੋਣਗੀਆਂ ਤਾਂ ਲੋਕ ਇੱਕ ਅੱਧੀ ਵਾਰੀ ਉਹਨਾਂ ਦੇ ਭੁਲੇਖੇ 'ਚ ਆਉਂਦੇ ਆ, ਬਾਰ ਬਾਰ ਕਾਟ ਦੀ ਹਾਂਡੀ ਜਿਹੜੀ ਆ ਉਹ ਬਾਰ ਬਾਰ ਨਹੀਂ ਚੜ੍ਹਦੀ। ਔਰ ਹੁਣ ਵੀ ਜਿਹੜੇ ਹੈ ਨਾ, ਹੁਣ ਵੀ ਪਹਿਲੀ ਵਾਰੀ ਫੇਲ ਹੋ ਗਏ, ਉਹ ਤਾਂ ਟਕਸਾਲੀ ਤਾਂ ਖਾਸ ਤੌਰ 'ਤੇ ਫੇਲ ਹੋ ਗਏ ਵੀ ਜਿਹੜੇ ਪਾਰਟੀਆਂ ਦੇ ਲੀਡਰ ਹੈ, ਜਿਸ ਤਰ੍ਹਾਂ ਬ੍ਰਹਮਪੁਰ ਸਾਹਿਬ ਹੈ, ਬਾਕੀ ਲੀਡਰ ਹੈ, ਉਹੀ ਫਾਇਦਾ ਲੈਂਦੇ ਰਹੇ ਆ ਪਾਰਟੀਆਂ ਤੇ। ਜੀ ਜੀ। ਪਾਰਟੀਆਂ ਦਾ ਲੋਕਾਂ ਦਾ ਫਾਇਦਾ ਨਹੀਂ ਹੋਇਆ ਹੈਗਾ ਪੰਜਾਬ ਵਿੱਚ। ਪੰਜਾਬ ਵਿੱਚ ਜਦੋਂ ਵੀ ਕੋਈ ਫਾਇਦਾ ਹੋਇਆ, ਜਦੋਂ ਵੀ ਕੋਈ ਡਿਵੈਲਪਮੈਂਟ ਹੋਈ ਹੈ, ਉਹ ਅਕਾਲੀ ਦਲ ਦੀ ਸਰਕਾਰ 'ਚ ਹੋਈ ਹੈ। ਤੁਸੀਂ ਫੈਕਟ ਕੱਢ ਲਓ। ਨਹੀਂ, ਦੂਜੀ ਗੱਲ ਚਾਹੁੰਦਾ, ਚੁੱਪ ਕਰ ਜਾਣ। ਦੇਖੋ, ਪਾਲਟੀਬਾਜੀ ਤੋਂ ਉੱਪਰ ਉੱਠ ਕੇ ਜੇ ਆਪਾਂ ਅੱਜ ਸੋਚਾਂਗੇ ਜੀ, ਤਾਂ ਮੈਂ ਗੱਲ ਤੁਹਾਨੂੰ ਕਹੂੰਗਾ ਕਿ ਲੀਡਰ ਸਾਰੇ ਜਿੱਤਦੇ ਆ ਜੀ, ਲੋਕ ਸਾਰੇ ਹਾਰਦੇ ਆ ਸਦਾ ਹੀ। ਬਿਲਕੁਲ। ਜਦ ਤੱਕ ਲੋਕ ਜਾਗਰੂਕ ਨਹੀਂ ਹੁੰਦੇ, ਹੁਣ ਮੱਕੜ ਸਾਹਿਬ ਕਹਿੰਦੇ ਵੀ ਉਹ ਅਨਾਜਾ ਨੂੰ ਧੋਖਾ ਦੇ ਕੇ ਰਾਜਨੀਤੀ 'ਚ ਆ ਗਿਆ। ਮੱਕੜ ਸਾਹਿਬ, ਮੈਨੂੰ ਇੱਕ ਤੁਸੀਂ ਗੱਲ ਦੱਸੋ ਕਿ ਉਹਦੀ ਰਾਜਨੀਤੀ ਵਿੱਚ ਆਉਣ ਦੇ ਤੁਹਾਨੂੰ ਇਤਰਾਜ ਆ ਕਿ ਜਿਹੜਾ ਉਹਦਾ ਕੰਮ ਕਾਰ ਆ ਉਹ ਗਲਤ ਆ, ਜਿਹੜਾ ਕਰ ਰਿਹਾ ਦਿੱਲੀ 'ਚ, ਇਹ ਦੱਸੋ ਪਹਿਲਾਂ। ਉਹਦਾ ਜੇ ਕੰਮ ਕਾਰ ਠੀਕ ਹੁੰਦਾ, ਲੋਕਾਂ ਨੇ ਪ੍ਰਵਾਨ ਕੀਤਾ ਹੁੰਦਾ, ਤਾਂ ਅੱਜ ਜਿੱਤਦਾ। 7 ਦੀਆਂ 7 ਸੀਟਾਂ ਖਤਮ ਹੋ ਗਈਆਂ। ਅਸੀਂ ਪੰਜਾਬ 'ਚ ਜਦੋਂ ਗੱਲ ਕਰਦੇ ਹਾਂ, ਅਸੀਂ ਮੇਰੀ ਗੱਲ ਸੁਣੋ, ਅਸੀਂ ਜਦੋਂ ਪੰਜਾਬ 'ਚ ਗੱਲ ਕਰਦੇ ਹਾਂ ਕਿ ਅਸੀਂ ਬਹੁਤ ਡਿਵੈਲਪਮੈਂਟ ਕੀਤੀ ਹੈ, ਸਾਰਿਆਂ ਨੂੰ ਪਤਾ ਅਸੀਂ ਕੀਤੀ ਹੈ, ਰੋਪੜ ਸ਼ਹਿਰ ਦੀ ਲਾ ਲਓ, ਰੋਪੜ ਹਲਕੇ ਦੀ ਲਾ ਲਓ, ਅਰਬਾਂ ਰੁਪਈਆ ਅਸੀਂ ਖਰਚਿਆ। ਔਰ ਜਦੋਂ ਅਸੀਂ ਉਹ ਗੱਲ ਕਰਦੇ ਹਾਂ ਤਾਂ ਤੁਹਾਡਾ ਜਵਾਬ ਹੁੰਦਾ, ਜੇ ਡਿਵੈਲਪਮੈਂਟ ਕੀਤੀ ਹੁੰਦੀ ਤਾਂ ਤੀਸਰੇ ਨੰਬਰ 'ਤੇ ਨਾ ਆਉਂਦੇ, ਤੁਹਾਡੇ ਤੇ ਵੀ ਹਾਰਦੇ ਨਾ। ਉਹੀ ਗੱਲ ਹੈ ਕਿ ਜੇ ਉੱਥੇ ਡਿਵੈਲਪਮੈਂਟ ਦਿੱਲੀ 'ਚ ਕੀਤੀ ਹੁੰਦੀ, ਦਿੱਲੀ ਦੇ ਲੋਕ ਤੁਹਾਡੀ ਵਰਕਿੰਗ ਨੂੰ ਪਸੰਦ ਕਰਦੇ, ਤਾਂ ਅੱਜ ਇੱਕ ਸੀਟ ਤਾਂ ਜਿੱਤ ਜਾਂਦੇ। ਨਹੀਂ, ਉਹ ਤਾਂ ਮੁੜ ਖੜ ਕੇ ਜਿਹੜਾ ਤੀਰ ਨਾ ਤੁਹਾਡੇ ਤੇ ਆ ਲੱਗਦਾ ਜੀ। ਪਿਛਲੀ ਵਾਰ ਜਿਵੇਂ 3 ਨੰਬਰ ਤੇ ਪਾਰਟੀ ਰਹੀ, ਮੱਕੜ ਸਾਹਿਬ ਤੁਸੀਂ ਕਹਿੰਦੇ ਬਹੁਤ ਕੰਮ ਕੀਤਾ, ਚੀਮਾ ਸਾਹਿਬ ਨੇ ਬੜਾ ਕੰਮ ਕੀਤਾ, ਐਤਕੀ ਫੇਰ ਤੁਸੀਂ ਸੀਟ ਹਾਰ ਜਾਂਦੇ ਹੋ। ਜਦੋਂ ਇੱਕ ਗੱਲ ਨੂੰ, ਇੱਕ ਝੂਠ ਨੂੰ 1000 ਵਾਰੀ ਕਹਿੰਦੇ ਆ ਜੀ ਜੀ, ਤਾਂ ਉਹ ਜਿਹੜਾ ਝੂਠ ਹੈ ਲੋਕ ਉਹਨੂੰ ਸੱਚ ਮੰਨਣ ਲੱਗ ਜਾਂਦੇ ਆ। ਜੋ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਜੀ ਜੀ, ਜੋ ਕੂੜ ਪ੍ਰਚਾਰ ਕੀਤਾ, ਉਹ ਇੱਕ ਵਾਰ ਲੋਕ ਉਹਦੇ ਭੁਲੇਖੇ 'ਚ ਆ ਗਏ ਜੀ ਜੀ, ਔਰ ਸਾਡਾ 2017 'ਚ ਨੁਕਸਾਨ ਹੋਇਆ, ਔਰ ਆ ਤੁਹਾਡੇ ਸਾਹਮਣੇ ਆ ਸਾਡੀ 2017 'ਚ ਨੁਕਸਾਨ ਹੋਇਆ, ਜਿਹੜੀ ਸਾਡੀ ਅਸੈਂਬਲੀ ਦੀ ਅਸੈਂਬਲੀ ਸੀ, ਔਰ ਹੁਣ ਤੁਹਾਡੇ ਸਾਹਮਣੇ ਆ। ਪਾਰਟੀ ਨੇ ਗੇਨ ਕੀਤਾ ਜੀ ਜੀ, ਸਾਡਾ ਪ੍ਰਧਾਨ ਜਿਹਦੇ ਤੇ ਸਭ ਤੋਂ ਵੱਧ ਦੋਸ਼ ਲਾਉਂਦੇ ਨੇ ਜੀ ਜੀ, ਅੱਜ ਫੇਰ ਉਹ 2 ਲੱਖ ਵੋਟਾਂ ਤੇ ਜਿੱਤਿਆ, ਉੱਥੇ ਵੀ ਬੀਬਾ ਜੀ ਸਾਡੀ ਜਿੱਤੀ ਹੈ ਜੀ ਜੀ ਜੀ, ਠੀਕ ਹੈ ਨਾ। ਔਰ ਸਾਡੇ ਭਾਰਤ ਬਹੁਤ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਉਹਦੀਆਂ ਵੀ ਅਸੀਂ 2 ਸੀਟਾਂ ਜਿੱਤੇ ਹਾਂ। ਸਵਾਲ ਮੇਰੇ ਦਾ ਜਵਾਬ ਤੁਸੀਂ ਸ਼ੁਰੂ ਕਰ ਲਿਆ, ਸਵਾਲ ਮੇਰਾ ਉੱਥੇ ਆਉਣਾ ਸੀ। ਮੋਦੀ ਸਾਹਿਬ ਦੀ ਲਹਿਰ ਦਾ ਪੂਰਾ ਜਿਵੇਂ 350+ ਸੀਟਾਂ ਵੀ ਆ ਗਈਆਂ, ਸਰਕਾਰ ਵੀ ਸੈਂਟਰ 'ਚ ਬਣ ਗਈ, ਪਰ ਪੰਜਾਬ ਦੇ ਵਿੱਚ ਅਕਾਲੀ ਦਲ ਦੀਆਂ 2 ਸੀਟਾਂ ਨੇ, ਭਾਜਪਾ ਦੀਆਂ 3 ਨੇ, 66-68% ਜਿੰਨਾ ਮਰਜ਼ੀ ਕਹਿ ਲਓ, ਕਿਸੇ ਅੰਕੜੇ 'ਚ 3 ਨੂੰ ਆਪਾਂ 100 ਡਿਵਾਈਡ ਨਹੀਂ ਕਿਉਂਕਿ ਹੁੰਦਾ, ਪਰ ਆਪਣੀਆਂ 2 ਨੇ, 10 ਸੀਟਾਂ ਨੇ ਤੁਹਾਡੀਆਂ।
ਸੈਂਟਰ ਚ ਗਵਰਨਮੈਂਟ ਬਣ ਜਾਂਦੀ ਹੈ, ਲਹਿਰ ਚੰਡੀਗੜ੍ਹ ਤੋਂ ਹੁੰਦੀ ਹੋਈ ਵਾਇਆ ਬੱਦੀ ਹੋ ਕੇ ਹਿਮਾਚਲ ਤੋਂ ਘੁੰਮ ਕੇ ਹਰਿਆਣੇ ਦੇ ਵਿੱਚ ਦੀ ਹੋ ਕੇ ਚੰਡੀਗੜ੍ਹ ਸਾਰੀ ਘੁੰਮ ਕੇ 7.7 ਹੋ ਜਾਂਦੀ ਹੈ ਸਰਕਾਰਾਂ ਦਾ, ਇੱਥੇ ਹਾਰ ਜਾਂਦੇ। ਪੰਜਾਬ ਸਰਕਾਰ ਦਾ ਵੀ ਪ੍ਰੈਸ਼ਰ ਹੈ ਜੀ, ਲੋਕਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ, ਤੁਹਾਡੇ ਸਾਹਮਣੇ ਮੀਡੀਆ ਤੇ ਵੀ ਇਹ ਗੱਲਾਂ ਆਉਂਦੀਆਂ ਰਹੀਆਂ ਕਿ ਕਾਂਗਰਸ ਦੇ ਆਗੂਆਂ ਨੂੰ ਇੱਥੇ ਤੱਕ ਕਿਹਾ, ਆਗੂਆਂ ਨੇ ਸਾਡੇ ਸਰਪੰਚਾਂ ਨੂੰ ਇੱਥੇ ਤੱਕ ਕਿਹਾ ਕਿ ਜੇ ਤੂੰ ਰੈਲੀ 'ਚ ਵੜਿਆ ਜਾਂ ਕਰਿਆ ਤੇਰੀਆਂ ਲੱਤਾਂ ਤੋੜ ਦਿਆਂਗੇ ਜੀ। ਇੱਥੇ ਤੱਕ ਗੁੰਡਾਗਰਦੀ ਵੀ ਜਿਹੜੀ ਹੈ ਉਹ ਪੰਜਾਬ 'ਚ ਹੋਈ ਹੈ ਜੀ, ਉਹਦੇ ਬਾਵਜੂਦ ਸਾਡੀ ਜਿਹੜੀ ਵੋਟ ਪ੍ਰਤੀਸ਼ਤ ਵਧੀ ਹੈ। ਬੇਅਦਬੀ ਦਾ ਮੁੱਦਾ ਜਿਹੜਾ ਜੀ, ਬੜਾ ਭਖਵਾਂ ਮੁੱਦਾ ਬੇਅਦਬੀ ਦਾ ਰਿਹਾ, ਹੈ ਨਾ? ਹਾਂਜੀ। ਅਤੇ ਉਹਦੇ ਚਲੋ ਤੁਸੀਂ ਜਿਵੇਂ ਰਣਜੀਤ ਸਿੰਘ ਜੀ ਨੇ ਵੀ ਕਿਹਾ, ਬਾੜਾ ਸਾਹਿਬ ਨੇ ਵੀ ਕਿਹਾ, ਆਪਾਂ ਲੋਕਲ ਲੀਡਰ ਬੁਲਾਏ ਹੋਏ ਨੇ, ਤੁਹਾਡੇ ਜਿਹੜੇ ਵੱਡੇ ਲੀਡਰ ਨੇ ਹਰਸਿਮਰਤ ਕੌਰ ਨੇ, ਪ੍ਰਕਾਸ਼ ਸਿੰਘ ਜੀ ਬਾਦਲ ਖੁਦ ਨੇ, ਸੀਨੀਅਰ ਬਾਦਲ ਸਾਹਿਬ ਜਾਂ ਫਿਰ ਸੁਖਬੀਰ ਸਿੰਘ ਜੀ ਨੇ, ਮਜੀਠੀਆ ਸਾਹਿਬ ਨੇ, ਈਵਨ ਸਾਰਿਆਂ ਨੇ ਮਤਲਬ ਕਿ ਉਹਨੂੰ ਬੜਾ ਜ਼ੋਰ ਲਾਇਆ ਵੀ ਉਹ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਦਿਮਾਗ 'ਚੋਂ ਬੇਅਦਬੀ ਦਾ ਮੁੱਦਾ ਜਿਹੜਾ ਕੱਢਿਆ ਜਾਵੇ। ਪਰ ਉਹ ਸਾਫ ਗੋਈਆਂ ਹੋਈ ਗਈਆਂ, ਸੋਹਾਂ ਵੀ ਖਾਂਦੀਆਂ ਵੀ ਉਹਦਾ ਕੱਖ ਨਾ ਰਹੇ, ਇਹ ਵੀ ਇੱਕ ਬਿਆਨ ਸੀਗਾ ਬੜਾ, ਉਹਨੇ ਅਸਰ ਵੀ ਕੀਤਾ ਕੁਛ ਨਾ ਕੁਛ ਬਿਆਨ ਨੇ। ਪਰ ਗ੍ਰਿਫਤਾਰੀ ਨਹੀਂ ਉਹਨਾਂ ਦਿਨਾਂ 'ਚ ਕੋਈ ਵੀ, ਹੁਣ ਤੱਕ ਵੀ ਨਹੀਂ ਹੋਈ। ਹੁਣ ਆਪਾਂ ਇੱਥੇ ਬੈਠੇ, ਗ੍ਰਿਫਤਾਰੀ ਕਿਵੇਂ ਹੋਏਗੀ? ਗ੍ਰਿਫਤਾਰੀ ਗ੍ਰਿਫਤਾਰੀ ਕਾਨੂੰਨ ਦੇ ਤਹਿਤ ਹੁੰਦੀ ਹੈ। ਹਾਂਜੀ ਹਾਂ, ਪੋਲੀਟੀਕਲ ਗੱਲਾਂ ਮਾਰਨੀਆਂ, ਪੋਲੀਟੀਕਲੀ ਕਹਿ ਦੇਣਾ ਫਲਾਣਾ ਦੋਸ਼ੀ ਹੈ, ਬੜਾ ਸੌਖਾ ਹੈ। ਨਹੀਂ, ਕੋਈ ਤਾਂ ਦੋਸ਼ੀ ਹੈ, ਬੇਅਦਬੀ ਤਾਂ ਹੋਈ ਪਹਿਲਾਂ ਮੰਨਦੇ, ਬੇਅਦਬੀ ਬਿਲਕੁਲ ਹੋਈ, ਬੇਅਦਬੀਆਂ ਹੁਣ ਵੀ ਹੋ ਰਹੀਆਂ ਜੀ। ਉਦੋਂ ਬੇਅਦਬੀ ਤੁਹਾਡੇ ਸਾਹਮਣੇ ਡੰਗੋਲੀ ਪਿੰਡ ਸਾਡੇ ਜ਼ਿਲ੍ਹੇ 'ਚ, ਮੇਰੀ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ, ਸਾਡੇ ਰੋਪੜ ਜ਼ਿਲ੍ਹੇ ਦੇ ਬਿਲਕੁਲ ਨਾਲ ਕਨੌਲੀ ਪਿੰਡ ਦੇ ਵਿੱਚ, ਕਨੌਲੀ ਦੇ ਨਾਲ ਡੰਗੋਲੀ, ਡੰਗੋਲੀ ਪਿੰਡ 'ਚ ਹੋਈ, ਇਸੇ ਤਰ੍ਹਾਂ ਹੀ ਹੋਈ ਜਿਹੜੀਆਂ ਬੇਅਦਬੀ, ਇੱਕ ਘੰਟੇ 'ਚ ਫੜ ਹੋ ਗਿਆ। ਉੱਥੇ ਅਸੀਂ ਵੀ ਉੱਥੇ ਧਰਨਾ ਲਾ ਸਕਦੇ ਸੀ, ਅਸੀਂ ਵੀ ਸਰਕਾਰ ਤੇ ਦੋਸ਼ ਦੇ ਸਕਦੇ ਸੀ, ਪਰ ਅਸੀਂ ਬਿਲਕੁਲ ਅਸੀਂ ਸਾਫ ਸੁਥਰੀ ਰਾਜਨੀਤੀ ਕੀਤੀ ਹੈ। ਇਹਦਾ ਮਤਲਬ ਤੁਸੀਂ ਕਾਂਗਰਸ ਸਰਕਾਰ ਦੀ ਹਮਾਇਤ ਕਰਦੇ ਹੋ? ਜਿਹੜੀ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਸੀ ਉਹੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ। ਇਹਨਾਂ ਨੇ ਲਾਈਵ ਕਰਕੇ ਅਕਾਲੀਆਂ ਨੂੰ ਬਹੁਤ ਗਾਲਾਂ ਕੱਢੀਆਂ ਅਸੈਂਬਲੀ ਦੇ ਸੈਸ਼ਨ 'ਚ, ਜਦੋਂ ਪੰਚਾਇਤੀ ਚੋਣਾਂ ਸੀ, ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੀ। ਮੇਰੀ ਬੇਨਤੀ ਸੁਣੋ, ਬੇਅਦਬੀਆਂ ਦੇ ਮੁੱਦੇ ਤੇ ਮੇਰੀ ਗੱਲ ਦੋ ਮਿੰਟ ਸੁਣੋ। ਲੋਕਾਂ ਨੂੰ ਮੂਰਖ ਬਣਾਇਆ ਗਿਆ, ਲੋਕਾਂ ਦੇ ਵਿੱਚ ਇਹ ਗੱਲ ਭਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਅਕਾਲੀ ਦਲ ਦੇ ਮੁੱਖ ਮੰਤਰੀ ਹੈ, ਉਪ ਮੁੱਖ ਮੰਤਰੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੈ, ਇਹਨਾਂ ਨੇ ਬੇਅਦਬੀਆਂ ਕਰਾਈਆਂ। ਪਰ ਅੱਜ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ, ਜਿਹੜਾ ਕਿ ਇਹਨਾਂ ਦਾ ਆਪਣਾ ਬੰਦਾ ਹੈ, ਉਹਦੀ ਰਿਪੋਰਟ ਬਾਹਰ ਆਉਂਦੀ ਹੈ, ਤਾਂ ਉਹਦੇ ਵਿੱਚ ਕਿਉਂ ਕਿਸੇ ਅਕਾਲੀ ਦਲ ਦੇ ਆਗੂ ਦਾ ਨਾਂ ਨਹੀਂ? ਸਵਾਲ ਇਹੀ ਅੱਜ ਉਹ ਚਲਾਨ ਪੇਸ਼ ਹੋਇਆ ਅਕਾਲੀ ਆਗੂ ਦਾ ਨਾਂ ਨਹੀਂ, ਕਿ ਬੇਅਦਬੀ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਈ ਨਹੀਂ ਕਰਵਾਈ, ਉਹ ਮੇਰਾ ਸਵਾਲ ਨਹੀਂ। ਬੇਅਦਬੀ ਹੋਈ ਕਿ ਨਹੀਂ ਹੋਈ? ਬਿਲਕੁਲ ਬੇਅਦਬੀ ਹੋਈ। ਉਦੋਂ ਮੁੱਖ ਮੰਤਰੀ ਕੌਣ ਸੀ, ਉਪ ਮੁੱਖ ਮੰਤਰੀ ਕੌਣ ਸੀ, ਗ੍ਰਹਿ ਮੰਤਰਾਲੇ, ਕਿਸੇ ਨੇ ਕੀਤੀ ਕਿ ਨਹੀਂ ਕੀਤੀ, ਕਿਸੇ ਨੇ ਕੀਤੀ, ਉਹ ਬੰਦਾ ਗ੍ਰਿਫਤਾਰ ਕਿਉਂ ਨਹੀਂ ਹੁਣ ਤੱਕ, ਕੀ ਇਨਵੈਸਟੀਗੇਸ਼ਨ ਹੈ? ਦੇਖੋ, ਇਹ ਇਨਵੈਸਟੀਗੇਸ਼ਨ ਬੜੀ ਲੰਬੀ ਹੁੰਦੀ ਹੈ, ਅਨਨੈਸੈਸਰੀ ਕਿਸੇ ਬੰਦੇ ਨੂੰ ਫੜ ਕੇ ਅੰਦਰ ਦੇ ਦੇਣਾ, ਇਹ ਕੋਈ ਸਿਆਣਪ ਨਹੀਂ ਹੁੰਦੀ। ਪਰ ਹੁਣ ਵੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਹੁਣ ਵੀ 2.5 ਸਾਲ ਹੋ ਗਏ, ਹੁਣ ਕੀ ਹੋਇਆ? ਉਹ ਫਿਰ ਕਹਿ ਦੇਣਗੇ ਤੁਹਾਨੂੰ ਮਿਲ ਬੈਠ ਗਏ, ਉਹਨਾਂ ਦਾ ਜਵਾਬ ਨਾ ਦਿਓ। ਕਾਂਗਰਸ ਪਾਰਟੀ ਉਹਨਾਂ ਨੂੰ ਪਾਰਲੀਮੈਂਟ ਦੀਆਂ ਟਿਕਟਾਂ ਦੇ ਕੇ ਨਵਾਜਦੀ ਰਹੀ ਹੈ, ਪਰ ਉਹਨਾਂ ਨੂੰ ਪੂਰੀ ਸ਼ੈਲਟਰ ਦਿੱਤੀ ਹੈ ਉਹਨਾਂ ਨੇ। ਅੱਜ ਜੇ ਸ਼੍ਰੀ ਨਰਿੰਦਰ ਮੋਦੀ ਨੇ ਆ ਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਬਣਾਈਆਂ, ਉਹ ਸਾਰੇ ਕੇਸ ਦੁਬਾਰਾ ਖੋਲੇ ਹੈ, ਉਹ ਮੁੜ ਕੇ ਅੱਜ ਉਹ ਜੇਲ੍ਹ ਦੇ ਅੰਦਰ ਹੈ। ਮੋਦੀ ਇਹਨੇ ਤਾਂ ਕਰਤਾ, ਪਰ ਜਿਹੜੀ ਇਹ ਬੇਅਦਬੀ ਹੋਈ ਹੈ,
ਇਹਦੇ ਵਿੱਚ ਨਾ ਅਕਾਲੀ ਪਾਰਟੀ ਨੇ ਕੁਛ ਕਰਿਆ ਨਾ ਕਾਂਗਰਸ ਨੇ ਕਰਿਆ। ਮੈਨੂੰ ਸਵਾਲ ਹੀ ਖਤਮ ਕਰਨਾ ਪੈਣਾ, ਜਵਾਬ ਹੀ ਨਹੀਂ ਕੋਈ ਆ ਰਿਹਾ। ਚਲੋ ਆਪਾਂ ਮੰਥਨ ਤੇ ਫਿਰ ਆਉਂਦੇ ਜੀ। ਆਪਾਂ ਮੁੜ ਕਰਕੇ ਆਪਣੇ ਜਿਹੜਾ ਪ੍ਰੋਗਰਾਮ ਹੈ ਨਾ, ਇਹ ਮੰਥਨ ਹਲਕਾ ਆਨੰਦਪੁਰ ਸਾਹਿਬ ਤੋਂ ਘੁੰਮ ਕੇ ਦਿੱਲੀ ਕੇਜਰੀਵਾਲ ਤੋਂ ਹੋ ਕੇ ਉਹ ਅਮੇਠੀ ਤੱਕ ਵੀ ਆਇਆ, 90,000 ਵੋਟਾਂ ਨਾਲ ਹਾਰ ਗਏ ਜਿਹੜੇ ਪ੍ਰਧਾਨ ਸਾਹਿਬ, ਉੱਥੇ ਤੱਕ ਵੀ ਪਹੁੰਚ ਗਏ। ਅਮੇਠੀ ਦੀ ਗੱਲ ਨਹੀਂ ਕੀਤੀ ਮੈਂ, ਸੁਨੀਲ ਜਾਖੜ ਦੀ ਗੱਲ ਕੀਤੀ, ਜਾਖੜ ਸਾਹਿਬ ਦੀ ਗੱਲ ਕੀਤੀ, ਮੈਂ ਜਾਖੜ ਸਾਹਿਬ ਦੀ ਗੱਲ ਕੀਤੀ। ਜੀ ਜੀ ਚਲੋ ਉੱਥੇ ਮੈਂ ਗਲਤ ਹਾਂ, ਸੋਰੀ। ਆਉਂਦੇ ਹਾਂ ਜੀ ਆਪਣੇ ਗੁਰਮੇਲ ਸਿੰਘ ਜੀ ਵਾਲਾ ਵਾਲੇ ਪਾਸੇ। ਅਕਸ ਵਾਲਾ ਸਵਾਲ ਆਇਆ ਸੀ ਦੂਜਾ ਜੀ, ਇੱਕ ਕੁਦਰਤ ਕਹਿੰਦੇ ਹਿੰਟ ਦਿੰਦੀ ਹੁੰਦੀ ਹੈ ਜੀ ਕਦੇ ਕਦੇ ਕਿਸੇ ਵੀ ਕੰਮ ਨੂੰ ਆਪਾਂ ਕਰਨ ਲੱਗਦੇ ਹਾਂ। ਸਰਦਾਰ ਸੁਖਪਾਲ ਸਿੰਘ ਜੀ ਖਹਿਰਾ, ਜਿਨ੍ਹਾਂ ਤੋਂ ਆਪਣਾ ਸ਼ੁਰੂ ਹੋਇਆ ਸੀ ਕੰਮ ਇੱਥੇ ਬਹਿਸਰੀ ਆਪਣੀ, ਰਾਮਗੜ੍ਹ ਪਿੰਡ ਦੇ ਵਿੱਚ ਇਲੈਕਸ਼ਨ ਹੁੰਦਾ ਪੰਚਾਇਤ ਦਾ, ਉਹਨਾਂ ਦੀ ਸੱਗੀ ਭਰਜਾਈ ਚੋਣ ਲੜਦੀ ਹੈ ਅਤੇ ਉੱਥੇ ਮੁੱਦਾ MLA ਹੁੰਦੇ ਆ, ਅੰਦਰ ਜਾ ਕੇ ਏਜੰਟ ਬੈਠਦੇ ਨੇ ਪੋਲਿੰਗ ਏਜੰਟ, ਪੰਚਾਇਤ ਪਿੰਡ ਦੀ ਇਲੈਕਸ਼ਨ ਹਾਰ ਜਾਂਦੇ ਨੇ, ਜਿਹੜਾ ਮੈਂ ਸ਼ੁਰੂ ਕੀਤੀ ਸੀ ਹਿੰਟ, ਪਰ ਫਿਰ ਵੀ ਜਾ ਕੇ ਬਠਿੰਡਾ ਸੀਟ 'ਤੇ ਜਾਣ ਦਾ ਫੈਸਲਾ ਲੈਣਾ, ਕੀ ਮੰਨਦੇ ਹੋ ਸੀ ਜਾਂ ਗਲਤ ਸੀ, ਅਤੇ ਉੱਥੇ ਜਮਤਰ ਦਾ ਜਾਪਤ ਹੋਣਾ? ਬਾਕੀ ਲੀਡਰ ਕਿਉਂ ਗਏ? ਜਿਹੜੇ ਮੰਨ ਲਓ ਜਦ ਤੁਸੀਂ ਲੜਾਈ ਉਹ ਛੱਡਦੀ, ਹੁਣ ਦਿੱਲੀ ਜਿਵੇਂ ਕੇਜਰੀਵਾਲ ਮਿੰਤਾਂ ਕਰਨ ਲੱਗ ਗਏ ਜੀ, ਉਹਨਾਂ ਦੇ ਵਿਰੁੱਧ ਲੜਾਈ ਸੀ ਸਾਡੀ, ਆ ਰਿਹਾ ਨੀ ਮੈਂ ਆ ਰਿਹਾ ਉੱਥੇ ਬਟਾਂਗੇ ਉਹਨਾਂ ਨੂੰ। ਅੱਛਾ, ਜਿਹੜੇ ਲੀਡਰਾਂ ਨੇ ਪਾਰਟੀ ਨੂੰ ਖੜਾ ਕਰਿਆ, ਸੰਘਰਸ਼ ਕਰਿਆ, ਭਾਵੇਂ ਦਿੱਲੀ ਦੇ ਸੀਗੇ ਭਾਵੇਂ ਪੰਜਾਬ ਦੇ ਸੀਗੇ, ਕੋਈ ਕਾਰਨ ਤਾਂ ਹੈਗਾ ਹੀ ਆ ਵੀ ਕਿਉਂ ਸਾਰੇ ਪਾਰਟੀ ਤੋਂ ਵਿਛੜ ਰਹੇ ਆ ਜੀ। ਪੁਆਇੰਟ ਲੈ ਲਈਏ ਦਾ ਵੀ ਖਹਿਰਾ ਹੀ ਪਾਰਟੀ ਨੂੰ ਤੋੜਨਾ ਆਇਆ, ਇਹਦਾ ਮਤਲਬ ਖਹਿਰਾ ਫਿਰ ਤਕੜਾ ਹੋ ਗਿਆ ਵੀ ਉਹਨਾਂ ਪਾਰਟੀ ਤੋੜਤੀ? ਨਹੀਂ, ਖਹਿਰਾ ਸਾਹਿਬ ਨੂੰ ਜੇ ਬਾਕੀ ਦਾ ਵੀ ਲੀਡਰ ਹੈਗੇ, 20 MLA ਆ ਹੋਰ ਵੀ ਹੈਗੇ ਤੇ MLA, ਇਹਨਾਂ ਦਾ ਕਹਿਣਾ ਜੋ ਹੈ ਜੀ, ਮੈਂ ਉਸ ਤੋਂ ਥੋੜ੍ਹਾ ਪੁੱਠਾ ਸਵਾਲ ਕਰਦਾ ਤੁਹਾਨੂੰ, ਪੁੱਠਾ ਮੀਨਸ ਮੈਂ ਥੋੜ੍ਹਾ ਗਲਤ ਸ਼ਬਦ ਵਰਤ ਲਿਆ ਵੀ ਉਹਦਾ ਦੂਜਾ ਕਰਦਾ ਵੀ ਲੀਡਰਾਂ ਕਰਕੇ, ਮੈਂ ਮੇਰੀ ਜਿਹੜੀ ਸੋਚ ਹੈ ਵੀ ਕੋਈ ਵੀ ਪਾਰਟੀ ਹੈ ਵਰਕਰਾਂ ਕਰਕੇ ਜਿੱਤਦੀ ਹੈ, ਵਰਕਰਾਂ ਕਰਕੇ ਹਾਰਦੀ ਹੈ। ਇਸ ਵਾਰੀ ਆਮ ਆਦਮੀ ਪਾਰਟੀ ਦਾ ਕੀ ਹਾਲ ਰਿਹਾ? ਮੈਨੂੰ ਯਾਦ ਆ ਰਿਹਾ ਭਗਵੰਤ ਮਾਨ ਸਾਹਿਬ ਦਾ 2014 ਵਾਲੀ ਚੋਣ, ਇੱਕ ਪਿੰਡ ਸ਼ਾਇਦ ਲਿਦਣਾ ਪਿੰਡ ਹੈ ਸੰਗਰੂਰ ਦੇ ਵਿੱਚ, ਉੱਥੇ ਅਕਾਲੀ ਕਾਂਗਰਸੀਆਂ ਦੀ ਜਿਹੜੀ ਉਹ ਲੋਕਲ ਲੈਵਲ ਦੇ ਉਹਨਾਂ ਨੇ ਕਿਹਾ ਸੀ ਵੀ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਬੂਥ ਨਹੀਂ ਲੱਗਣ ਦੇਣਾ। ਇੱਕ 12ਵੀਂ ਜਮਾਤ ਦੀ ਵਿਦਿਆਰਥਣ ਸੀ, ਨਾਮ ਨਹੀਂ ਮੇਰੇ ਯਾਦ, ਉਹ ਜਿਵੇਂ ਝਾੜੂ ਬੰਨ ਕੇ ਨਾ ਉਹ ਇਕੱਲੀ ਉੱਥੇ ਬਹਿ ਗਈ ਸੀ ਵੀ ਆ ਜਾਓ ਕਿਹੜਾ ਆਉਂਦਾ ਮੈਂ ਬੂਥ, ਇਸ ਲੈਵਲ ਦਾ ਜੋਸ਼ ਸੀਗਾ। ਅਤੇ ਇਸ ਵਾਰ ਜੀ 80% ਬੂਥਾਂ 'ਤੇ ਬੂਥ ਦਾ ਨਾਂ ਹੋਣਾ ਪੰਜਾਬ ਦੇ ਵਿੱਚ 2014 ਤੋਂ 2019 ਦੇ ਵਿੱਚ, ਕਿੰਨਾ ਫਰਕ ਹੈ? ਇੱਕ 12ਵੀਂ ਜਮਾਤ ਦੀ ਟੀਨੇਜ਼ਰ ਬੈਠ ਜਾਂਦੀ ਹੈ ਝੰਡਾ ਪਰਦਾਰ ਬਣ ਕੇ ਕਿ ਆ ਜਾਓ ਕਿਹੜਾ ਆਉਂਦਾ, ਅਤੇ ਅੱਜ 80% 'ਤੇ ਤੁਹਾਡੇ ਬੂਥ ਨਹੀਂ ਲੱਗ ਰਹੇ, ਬੂਥ ਲੈਵਲ 'ਤੇ ਵਰਕਰ ਨਹੀਂ ਹੈਗੇ, ਜਾਂ ਪਾਰਟੀ ਵੱਲੋਂ ਕੀ ਕੀ ਕਮੀ ਇਹਨੂੰ ਕਹਿ ਸਕਦੇ ਹੋ? ਉਹ ਮੈਂ ਗੱਲ ਕਲੀਅਰ ਕਰ ਚੁੱਕਿਆ ਵੀ ਰੀੜ ਦੀ ਹੱਡੀ ਵਰਕਰ ਹੀ ਹੁੰਦੇ, ਜਦਾਂ ਨਾਲ ਵੀ ਖਰਾਬ ਹੋਈ। ਅਸੀਂ ਮੈਂ ਤੁਹਾਨੂੰ ਪਹਿਲੇ ਕਿਹਾ ਜੀ ਜੀ ਕਿ ਪਾਰਟੀ ਦੀਆਂ ਇਹ ਗਲਤੀਆਂ ਜੀ ਰਹੀਆਂ, ਜਿਨ੍ਹਾਂ ਨੂੰ ਕਬੂਲਣਾ ਪਾਰਟੀ ਵਾਸਤੇ ਬਹੁਤ ਵਧੀਆ ਹੈ। ਅਸੀਂ ਕੱਲ੍ਹ ਨੂੰ ਪਾਰਟੀ ਵਿੱਚ ਕੰਮ ਕਰਦੇ ਹਾਂ, ਜਾਂ ਮੈਂ ਤਾਂ ਸਮਾਜ ਸੇਵੀ ਬੰਦਾ, ਕੱਲ੍ਹ ਨੂੰ ਆਪਣਾ ਫੀਲਡ ਵਿੱਚ ਕੰਮ ਕਰਦੇ ਅਲੱਗ ਅਲੱਗ, ਲੇਕਿਨ ਪਾਰਟੀ ਦੀਆਂ ਗਲਤੀਆਂ ਰਹੀਆਂ ਜੀ। ਮੈਂ ਮਤਲਬ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਕਿ ਆਮ ਆਦਮੀ ਪਾਰਟੀ ਨੇ ਵਰਕਰਾਂ ਨੂੰ ਬਾਗਡੋਰ ਸਵਾਰੀ ਸੀ ਜੀ, ਉਹ ਤੋਂ ਬਾਅਦ ਹੀ ਅਕਾਲੀ ਤੇ ਕਾਂਗਰਸੀ ਨੇ ਆਪਣੇ ਵਰਕਰਾਂ ਨੂੰ ਐਕਟੀਵੇਟ ਕਰਿਆ ਜੀ। ਉਹ ਤੋਂ ਪਹਿਲਾਂ ਆਮ ਪਾਰਟੀਆਂ ਵਰਕਰਾਂ ਦੇ ਸਿਰ ਤੇ ਨਹੀਂ ਸੀ, ਲੀਡਰਾਂ ਦੇ ਸਿਰ ਚੱਲਦੀਆਂ ਸੀ ਜੀ। ਕੇਜਰੀਵਾਲ ਨੇ ਇਹ ਗੱਲ ਸਿਖਾਈ ਆ, ਪਰ ਆਮ ਆਦਮੀ ਪਾਰਟੀ ਦੇ ਖਿਲਾਫ ਜਦੋਂ ਕੋਈ ਇਸ ਤਰ੍ਹਾਂ ਦੇ ਇਲਜ਼ਾਮ ਨਹੀਂ ਲੱਭੇ, ਫਿਰ ਇਹਨਾਂ ਕੋਲ ਇੱਕੋ ਹੀ ਹਥਿਆਰ ਸੀ, ਕਿਵੇਂ ਨਾ ਕਿਵੇਂ ਆਮ ਆਦਮੀ ਪਾਰਟੀ ਦੇ ਵਰਕਰ ਦਾ ਮਨੋਬਲ ਡੇਗਿਆ ਜਾਏ ਜੀ।
ਦੇਖੋ ਵਰਕਰ ਖਰੀਦ ਨਹੀਂ ਹੁੰਦਾ ਕਿਸੇ ਤੋਂ, ਲੀਡਰ ਵਿਕ ਜਾਂਦੇ ਆ, ਵਰਕਰ ਨਹੀਂ ਵਿਕਦਾ, ਵਰਕਰ ਨੂੰ ਖਰੀਦਣਾ ਬਹੁਤ ਔਖਾ, ਨਾ ਹੀ ਲੀਡਰਾਂ ਦੀ ਔਕਾਤ ਇੰਨੀ ਕਿ ਵਰਕਰ ਨੂੰ ਖਰੀਦੇ, ਪਰ ਉਹਨਾਂ ਕੋਲ ਇੱਕ ਹਥਿਆਰ ਹੈਗਾ ਕਿ ਆਪਣੀਆਂ ਤਿਕੜਮਬਾਜ਼ੀਆਂ ਲੜਾ ਕੇ ਵਰਕਰ ਦਾ ਮਨੋਬਲ ਘੇਰ ਦੋ, ਉਹਦੇ ਵਿੱਚ ਕਾਮਯਾਬ ਹੋਏ ਕਾਂਗਰਸੀ ਵੀ ਕਾਮਯਾਬ ਹੋਏ ਆ, ਅਕਾਲੀ ਦਲ ਵੀ ਕਾਮਯਾਬ ਹੋਇਆ, ਤੇ ਪਲੱਸ ਸੁਖਪਾਲ ਸਿੰਘ ਖਹਿਰਾ ਤਾਂ ਮੈਂ ਕਹਿੰਦਾ ਵੀ ਟੋਪਰ ਤੇ ਰਹੇ ਹੋ, ਤਾਂ ਮੈਂ ਇਸ ਕੰਮ ਵਿੱਚ ਉਹਨਾਂ ਨੂੰ ਤਾਜ ਬਾਦਸ਼ਾਹ ਕਹਿੰਦਾ, ਉਹਨਾਂ ਨੂੰ ਖਹਿਰਾ ਸਾਹਿਬ ਕਰਕੇ ਪਹਿਲਾਂ ਥੋੜ੍ਹਾ ਟਾਈਮ ਵੀ ਵੱਧ ਮਿਲ ਗਿਆ ਉਹਨੂੰ, ਹੁਣ ਤੁਹਾਨੂੰ ਥੋੜ੍ਹਾ ਟਾਈਮ ਵੀ, ਇੱਕ ਸਵਾਲ ਮੈਂ ਨਾਲ ਕਰ ਦਿੰਦਾ ਤੁਹਾਨੂੰ, ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਦੂਜੀ ਪਾਰਟੀਆਂ ਦੇ ਇਕਦਾਰ ਲੀਡਰ ਜਾਂ ਜੋ ਵੀ ਤੁਹਾਡੇ ਲਫ਼ਜ਼ਾਂ ਦੇ ਵਿੱਚ ਨਹੀਂ ਸੀ ਜਿਹੜੇ ਇੱਧਰ ਚੱਲਦੇ, ਇੱਧਰ ਆ ਕੇ ਖੁੱਟੇ ਸੀ ਕਹਿ ਸਕਦੇ ਹਾਂ ਇੱਕ ਕਹਾਵਤ ਦੇ ਜ਼ੋਰ 'ਤੇ, ਉਹ ਚੱਲ ਗਏ। ਭਗਵੰਤ ਮਾਨ ਸਾਹਿਬ ਜਿਹੜੇ ਪੰਜਾਬ ਪਾਰਟੀ ਪ੍ਰਧਾਨ ਨੇ, ਉਹਨਾਂ ਦੇ ਭਾਸ਼ਣਾਂ ਦਾ ਵੀ ਹਿੱਸਾ ਰਹਿੰਦੀ ਹੈ ਇਹ ਗੱਲ ਵੀ, ਦਿੱਲੀ ਦੇ ਵਿੱਚ ਉੱਥੇ ਬਿੰਨੀ ਆਏ, ਉੱਥੇ ਮਿਸ਼ਰਾ ਆਏ, ਪੰਜਾਬ ਦੇ ਵਿੱਚ ਖਹਿਰਾ ਆਏ, ਬੈਂਸ ਆਏ, ਸਾਰੀ ਦੂਜੀ ਪਾਰਟੀਆਂ ਦੇ ਰਵਾਇਤੀ ਪਾਰਟੀਆਂ ਤੋਂ ਆਏ ਅਤੇ ਸਾਨੂੰ ਧੋਖਾ ਦੇ ਕੇ ਤਜਰਬਾ ਸੀਗਾ। ਅਤੇ ਤੁਹਾਡੀ ਇੱਕ ਆਮ ਆਦਮੀ ਪਾਰਟੀ ਦੀ ਚਲੋ ਖਾਸੀਅਤ ਵੀ ਕਹਿ ਸਕਦੇ ਹਾਂ ਵੀ ਤੁਸੀਂ ਵਿਰੋਧ ਕਰਨ ਲੱਗੇ ਆਪਣੀ ਪਾਰਟੀ ਦਾ, ਵੀ ਦੇਰ ਨਹੀਂ ਲੱਗੀ ਲੋਕਾਂ ਦੀ ਗੱਲ ਹੈ, ਇਹ ਸੱਚ ਹੈ ਝੂਠ ਹੈ ਮੈਂ ਨਹੀਂ ਕਹਿ ਸਕਦਾ, ਪਰ ਚੱਲਦੀ ਚੋਣ ਦੇ ਵਿੱਚ ਸ਼ਮਸ਼ੇਰ ਸਿੰਘ ਦੁਲੋਂ ਦੀ ਘਰਵਾਲੀ ਨੂੰ ਟਿਕਟ ਦੇ ਦੇਣਾ, ਇਹ ਜਵਾਬ ਨਾ ਦਿਓ ਕਿ ਉਹ ਉਹਨੇ ਜਿਹੜਾ ਜਿਹਨੂੰ ਟਿਕਟ ਦਿੱਤੀ ਸੀ ਉਹਨੇ ਕਹਿਤਾ, ਇਹ ਕੋਈ ਜਵਾਬ ਨਹੀਂ ਬਣਦਾ, ਉਹਦੀ ਕੀ ਮਰਜ਼ੀ ਹੁੰਦੀ, ਮੈਂ ਕੋਈ ਡੋਨੇਟ ਕਰ ਰਿਹਾ ਕਿਸੇ ਨੂੰ ਵਰਦੀ ਕਿਸੇ ਨੂੰ, ਉਹ ਕਹਿ ਦੇਵੇ ਮੈਨੂੰ ਤਾਂ ਭੂਆ ਦੇ ਗਈ ਸੀ, ਇਹ ਦੇ ਦਿਓ, ਉਹ ਗੱਲ ਬਣਦੀ, ਉਹ ਜਵਾਬ ਨਾ ਦਿਓ। ਇਸ ਗੱਲ ਤੁਹਾਡੇ ਪਾਰਟੀ ਪ੍ਰਧਾਨ ਦੇ ਪ੍ਰਚਾਰ ਦਾ ਹਿੱਸਾ ਹੋਣਾ ਅਤੇ ਤੁਹਾਡੀ ਵੀ ਇਸ ਮੰਥਨ ਦੇ ਵਿੱਚ ਹਿੱਸਾ ਹੋਣਾ ਗੱਲਬਾਤ ਦਾ, ਦੂਜੀ ਪਾਰਟੀਆਂ ਦੇ ਲੀਡਰ ਚੱਲਦੇ ਚੋਣ ਪ੍ਰਚਾਰ ਦੇ ਵਿੱਚ ਸ਼ਮਸ਼ੇਰ ਸਿੰਘ ਦੁੱਲੋ ਦੀ ਘਰ ਵੀ ਹਰਬੰਸ ਕੌਰ ਦੁੱਲੋ ਨੂੰ ਟਿਕਟ ਦੇ ਕੇ ਪਾਰਟੀ 'ਚ ਲੈਣਾ, ਤਜਰਬੇ ਦੇ ਹੋਣ ਦੇ ਬਾਵਜੂਦ ਵੀ, ਇਹਦੇ ਬਾਰੇ ਵੀ ਕੋਈ ਦੇ ਦਿਓ। ਦੇਖੋ ਮੈਂ ਤਾਂ ਤੁਹਾਨੂੰ ਇਹ ਵਾਰ ਵਾਰ ਕਹਿ ਰਿਹਾ ਕਿ ਜਿਹੜੀਆਂ ਪਾਰਟੀ ਦੀਆਂ ਗਲਤੀਆਂ ਹੈ ਉਹਦਾ ਖਮਿਆਜ਼ਾ ਲੀਡਰਾਂ ਨੂੰ ਵਰਕਰਾਂ ਨੂੰ ਭੁਗਤਣਾ ਪਿਆ ਜੀ, ਅੱਜ ਵੀ ਪਿਆ ਜੀ ਜੀ, ਅੱਜ ਵੀ। ਦੇਖੋ ਤੁਸੀਂ ਉਹਨੂੰ ਛੱਡੋ, ਤਾਂ ਉਹਨਾਂ ਦੀ ਗਲਤੀ ਹੋ, ਅਸੀਂ ਮੰਨਦੇ ਸਵੀਕਾਰ ਕਰਦੇ ਹਾਂ ਕਿ ਉਹਨਾਂ ਦੀ ਗਲਤੀ ਆ, ਮੈਂ ਤਾਂ ਇੱਥੇ ਤੱਕ ਵੀ ਮੰਨਦਾ ਕਿ ਬਰਜਿੰਦਰ ਕੌਰ ਸਾਡੀ ਜਿਹੜੀ ਸੀਨੀਅਰ ਲੀਡਰ ਆ, MLA ਆ, MP ਦੀ ਚੋਣ ਲੜੀ ਆ ਜੀ ਜੀ, ਦੇਖੋ ਉਹਨੇ ਆਪਣੇ ਵਿਆਹ ਦੇ ਵਿੱਚ ਇਹ ਭਾਵੇਂ ਡਾਉਂਦੀ ਪੀਤੀ ਜਾਵੇ ਕਿ ਸੱਭਿਆਚਾਰ ਆਪਸ ਵਿੱਚ ਮਿਲ ਕੇ ਰਹਿਣਾ ਹੁੰਦਾ ਹੈਗਾ, ਪਰ ਜਦੋਂ ਸਿਧਾਂਤਾਂ ਦੀ ਲੜਾਈ ਹੋਵੇ ਫਿਰ ਐਂ ਤਾਂ ਗੋਬਿੰਦ ਸਿੰਘ ਜੀ ਰੰਗਜੇਬ ਨੂੰ ਆਪਣੇ ਜਹਾਜ਼ ਬੁਲਾਈ ਜਾਂਦੇ ਜੀ, ਵੀ ਕੋਈ ਕੰਨੀ ਸਾਡੇ ਫੰਕਸ਼ਨ 'ਚ ਆਓ ਜੀ। ਔਰ ਉਹਨੇ ਸਭ ਤੋਂ ਬੜੀ ਜਿਹੜੀ ਸਾਡੀ ਪਾਰਟੀ ਦੇ ਵਿੱਚ ਨੁਕਸਾਨ ਉਹਦਾ ਇਸ ਗੱਲ ਦਾ ਸਾਹਮਣੇ, ਉਹਨੇ ਆਪਣੇ ਵਿਆਹ ਦੇ ਵਿੱਚ ਉਹ ਬੰਦੇ ਬੁਲਾਏ ਆ ਕੈਪਟਨ ਤੋਂ ਵੀ ਆਸ਼ੀਰਵਾਦ ਲੈਣ ਗਈ ਆ ਜੀ, ਇੱਕ ਪਾਸੇ ਵਰਕਰ ਤੇ ਸਿਰ ਧੜਦੀ ਬਾਜੀ ਲਾ ਕੇ ਬੈਠੇ ਆ, ਤੇ ਵੀ ਇਹਦਾ ਮਤਲਬ ਤਾਂ ਇਹ ਹੋਇਆ ਕਿ ਆਮ ਸਾਡੀ ਪਾਰਟੀ ਦੇ ਲੀਡਰਾਂ ਨੂੰ ਵੀ ਕਿ ਉਹਨਾਂ ਦੇ ਵਿੱਚ ਇੱਕ ਆ ਕਿ ਆਪਣਾ ਤੁਸੀਂ ਬਣਾਈ ਰੱਖੋ, ਦਾਲ ਫੁਲਕਾ ਵਧੀਆ, ਸੱਭਿਆਚਾਰ ਕਾਇਮ ਰੱਖੋ, ਅਸੀਂ ਮਤਲਬ ਸੱਭਿਆ ਲੜ ਰਹੇ ਹਾਂ, ਉਹ ਸੱਭਿਆ ਸੱਭਿਅਕ ਬੰਦੇ ਆ। ਸੁਦਰਸ਼ਨ ਜਿਹੜੀ ਗੱਲ ਮੈਂ ਐਂਕਰ ਤੋਂ ਇਲਾਵਾ ਨਾਗਰਿਕ ਹੋਣ ਦੇ ਨੋਟ ਕੀਤੀ ਹੈ ਵੀ PDA ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਮਾਦਾ ਹੈ ਗਲਤੀ ਨੂੰ ਗਲਤੀ ਮੰਨਣ ਦਾ, ਤੁਸੀਂ ਮੰਨਿਆ ਕਿ ਸੁਖਪਾਲ ਸਿੰਘ ਦਾ ਜਿਹੜਾ ਫੈਸਲਾ ਗਲਤ ਸੀ, ਤੁਸੀਂ ਦੂਜੀ ਗਲਤੀ ਬਿਨਾਂ ਸਵਾਲ ਤੋਂ ਮੰਨ ਲਈ, ਅੱਗੇ ਤੋਰਦੇ ਆ ਜੀ ਗੱਲ। ਮੈਂ ਜਿਹੜੀ ਇੱਕ ਗੱਲ ਪਟਿਆਲਾ ਸਾਹਿਬ ਨੇ ਹੁਣ ਕੀਤੀ ਹੈ ਜੀ, ਇਹ ਇਸ ਤਰ੍ਹਾਂ ਨਫ਼ਰਤ ਵਾਲੀਆਂ ਗੱਲਾਂ ਕਰਕੇ ਰਾਜਨੀਤੀ ਕਰਨੀ, ਜੇ ਮੈਂ ਕੋਈ ਬਲਜਿੰਦਰ ਕੌਰ ਦੀ ਹਮਾਇਤ ਨਹੀਂ ਕਰ ਰਿਹਾ, ਜੇ ਤੁਹਾਡੀ ਕੋਈ ਪਾਰਟੀ ਦਾ MLA ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਆਪਣੇ ਵਿਆਹ 'ਚ ਬੁਲਾਉਂਦਾ ਹੈ, ਬਜ਼ੁਰਗ ਨੂੰ ਇੱਕ ਨੂੰ ਉਤੋਂ ਆਸ਼ੀਰਵਾਦ ਲੈਂਦਾ ਹੈ, ਔਰ ਉਹਨੂੰ ਇਹ ਗੱਲ ਕਹਿਣੀ ਕਿ ਉਹਦੇ ਲਈ ਨਫ਼ਰਤ ਵਰਗੇ ਸ਼ਬਦ ਬੋਲਣੇ, ਮੈਂ ਸਮਝਦਾ ਇਹੀ ਕਾਰਨ ਹੈ, ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਹਿੰਦੁਸਤਾਨ ਦੀ ਕਾਂਗਰਸ ਤੋਂ ਬਾਅਦ ਦੂਜੇ ਨੰਬਰ ਤੇ ਪੁਰਾਣੀ ਪਾਰਟੀ ਹੈ, ਇਹਦੇ ਕੁਛ ਸਿਧਾਂਤ ਹੈ ਔਰ ਕਈ ਵਾਰ ਨੁਕਸਾਨ ਹੁੰਦਾ ਹੈ। 1977 ਚ ਤਾਂ ਪ੍ਰਧਾਨ ਮੰਤਰੀ ਉਸ ਮੌਕੇ ਇੰਦਰਾ ਗਾਂਧੀ ਵੀ ਹਾਰ ਗਈ ਸੀ,
ਕਈ ਵਾਰ ਐਸੇ ਹਾਲਾਤ ਹੁੰਦੇ ਨੇ ਕਿ ਪਾਰਟੀਆਂ ਪਿੱਛੇ ਰਹਿ ਜਾਂਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੀ ਪਾਰਟੀ ਹੈ, ਪਿਛਲੀ ਇਲੈਕਸ਼ਨ 'ਚ ਨੋ ਡਾਊਟ ਪਿੱਛੇ ਰਹੀ ਹੈ, 10 ਸਾਲ ਦੀ ਐਂਟੀ ਇਨਕੰਬੈਂਸੀ ਦੇ ਵੀ ਥੋੜ੍ਹਾ ਬਹੁਤ ਕੰਮ ਕੀਤਾ, ਔਰ ਫਿਰ ਆ ਜਿਹੜਾ ਕੂੜ ਪ੍ਰਚਾਰ ਦੋਨਾਂ ਪਾਰਟੀਆਂ ਦਾ ਹੋਇਆ, ਇਹਨਾਂ ਕੋਲ ਡਿਵੈਲਪਮੈਂਟ ਦੇ ਮੁੱਦੇ ਤੇ ਕਹਿਣ ਲਈ ਕੁਛ ਨਹੀਂ ਸੀ, ਇਹਨਾਂ ਨੇ ਨਫ਼ਰਤ ਜਿਹੜੀ ਪੰਜਾਬ 'ਚ ਫੈਲਾਉਣ ਦੀ ਪੰਜਾਬ 'ਚ ਫੈਲਾਉਣ ਦੀ ਕੋਸ਼ਿਸ਼ ਕੀਤੀ, ਡਿਵੈਲਪਮੈਂਟ ਦੇ ਮੁੱਦੇ ਤੇ ਕਹਿਣ ਲਈ ਕੁਛ ਨਹੀਂ ਸੀ, ਧਾਰਮਿਕ ਇਸ਼ੂ ਭੜਕਾ ਕੇ ਲੋਕਾਂ ਨੂੰ ਜਿਹੜਾ ਉਹ ਲੋਕਾਂ ਨੂੰ ਆਪਣੇ ਨਾਲ ਜੋੜਿਆ, ਔਰ ਹੁਣ ਜਿਹੜੀ ਅਸਲੀਅਤ ਹੈ ਤੁਹਾਡੇ ਸਾਹਮਣੇ ਹੈ। ਪਹਿਲਾਂ ਤਾਂ ਧੰਨਵਾਦ ਕਰੋ ਜੀ, ਤੁਹਾਡੀ ਜਿਹੜੀ ਉਸ ਗੱਲ ਨੂੰ ਲੈ ਕੇ ਵੀ ਵਰਕਰਾਂ 'ਚ ਬੜੀ ਨਿਰਾਸ਼ਾ ਸੀ ਬਣਾਉਣ ਦਾ, ਪਰ ਇਹਨਾਂ ਨੇ ਬੜੀ ਉਹਦਾ ਸਾਫ ਲਫ਼ਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਕਲੈਰੀਫਿਕੇਸ਼ਨ ਦੇ ਦਿੱਤੀ। ਕਿਹੜੀ ਗੱਲ? ਜਿਹੜਾ ਬਲਜਿੰਦਰ ਕੌਰ ਦਾ ਵਿਆਹ 'ਚ ਬੁਲਾਉਣ ਦਾ ਸੀ ਨਾ, ਤੁਹਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਵੀ ਨਿਰਾਸ਼ਾ ਸੀ, ਉਹਨਾਂ ਨੂੰ ਸਵਾਲ ਹੋਏ ਨੇ ਪ੍ਰਚਾਰ ਦੇ ਦੌਰਾਨ, ਸਵਾਲ ਹੋਏ ਨੇ ਵੀ ਇਹ ਤੁਸੀਂ ਇੱਦਾਂ ਕਿਉਂ ਅਸਲੀ ਕੱਪੜੇ ਸਵਾਏ ਰਹੇ। ਇਹ ਗੱਲ ਨੂੰ ਤਾਂ ਅਸੀਂ ਵੀ 15-20 ਸਾਲ ਦੇ ਲੋਕਾਂ 'ਚ ਲਿਆਉਂਦੇ ਹਾਂ ਵੀ ਜਦੋਂ ਤੱਕ ਲੋਕ ਆਮ ਨੌਜਵਾਨ ਜਾਂ ਵਰਕਰ ਭਾਵੇਂ ਕੋਈ ਵੀ ਪਾਰਟੀ ਹੈ ਉਹਨਾਂ ਨੂੰ ਪਿਛਲਾ ਲੇਖਾ ਜੋਖਾ ਨਹੀਂ ਮੰਗਦੀ, ਜੇ ਜਿਤਾ ਕੇ ਭੇਜਦੀ ਹੈ ਆਉਂਦੀਆਂ ਚੋਣਾਂ ਵਿੱਚ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਹੈ ਉਹਨਾਂ ਦਾ ਲੇਖਾ ਜੋਖਾ ਨਹੀਂ ਲੈਂਦੀ ਤਾਂ ਇਹ ਹੋਰ ਗਰਾਊਂਡ ਵੱਲ ਗੱਲ ਜਾਏਗੀ। ਪਰ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਵੀ ਇਸੋ ਲੋਕਾਂ ਨੇ ਕੁਛ ਨੌਜਵਾਨਾਂ ਨੇ ਫਿਰ ਵੀ ਹਿੰਮਤ ਕਰੀ ਹੈ ਲੀਡਰਾਂ ਨੂੰ ਸਵਾਲ ਕਰਨ ਦੀ, ਔਰ ਕਰਨੇ ਚਾਹੀਦੇ ਨੇ ਜੇ ਸਮਾਜ ਨੂੰ ਸੁਧਾਰਨਾ ਹੈਗਾ। ਔਰ ਜੇ ਅਸੀਂ ਭਾਵੇਂ ਕਿਸੇ ਵੀ ਪਾਰਟੀ ਦੇ ਜੈਸਮੈਨ ਬਣ ਗਏ ਆ ਫਿਰ ਤਾਂ ਗਰਾਊਂਡ ਵੱਲ ਜਾਊਗੀ ਹੀ ਜਾਊਗੀ। ਜਿਵੇਂ ਅਸੀਂ ਵੀ ਆਮ ਆਦਮੀ ਪਾਰਟੀ 'ਚ 3-4 ਸਾਲ ਕੰਮ ਕਰਿਆ, ਜਦੋਂ ਇਹ ਵਿਧਾਨ ਸਭਾ ਦੀ ਇਲੈਕਸ਼ਨ ਤੋਂ ਬਾਅਦ ਰੋਪੜ 'ਚ ਪਹਿਲੀ ਵਾਰ ਮੀਟਿੰਗ ਹੋਈ, ਉੱਥੇ ਅਰੋੜਾ ਆਏ ਆਪਣਾ ਮੀਤ ਪ੍ਰਧਾਨ ਆਪਣਾ ਸੰਧੂ ਆਏ, ਤਾਂ ਉੱਥੇ ਜਦੋਂ ਮੈਨੂੰ ਮੌਕਾ ਮਿਲਿਆ ਉੱਥੇ ਮੈਂ ਇਹੀ ਗੱਲ ਰੱਖੀ ਸੀ ਵੀ ਪਾਰਟੀ ਆਪਣੇ ਸਿਧਾਂਤਾਂ ਤੋਂ ਹਿੱਲ ਗਈ ਆ, ਅੱਜ ਜੇ 20 MLA ਹੈ ਤਾਂ ਉਹਨਾਂ ਨੂੰ ਲੋਹ ਪੁਰਸ਼ ਬਣਨਾ ਪਊਗਾ, ਪੈਸੇ ਨੂੰ ਤਿਆਗਣਾ ਪਊਗਾ, ਮੁੜ ਕੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਪਊਗਾ। ਸਾਰੀ ਗੱਲ ਸੁਣਨ ਦੀ ਬਜਾਏ ਉੱਥੇ ਪਾਰਟੀ ਦਾ ਸਾਨੂੰ ਵੀ ਕੱਢੇ MLA ਲੋਹ ਪੁਰਸ਼ ਬਣ ਲਾ ਗਏ। ਮੰਥਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਦਾ ਪ੍ਰੋਗਰਾਮ ਜਾਰੀ ਹੈ, ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੇ ਦੁਬਾਰਾ ਜੁਕ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲ। ਮੱਕੜ ਸਾਹਿਬ, ਜਿਵੇਂ ਗੱਲ ਪਹਿਲਾਂ ਵੀ ਚੱਲੀ ਸੀ ਕਿ ਵਿਧਾਨ ਸਭਾ ਹਲਕਾ ਦੇ ਵਿੱਚ MP ਦੇ ਇਲੈਕਸ਼ਨ ਦੇ ਵਿੱਚ ਵੀ ਇੱਥੇ ਵੋਟ ਘਟੀ ਹੈ ਜਾਂ ਇਸ ਐਤਕੀ ਦੂਜੇ ਨੰਬਰ 'ਤੇ ਚਲੋ ਆ ਗਈ ਵੱਧ ਗਈ, ਪਰ ਜਿਵੇਂ ਅਵਾਰਡ ਵੀ ਮਿਲਿਆ ਆਪਾਂ ਨੂੰ ਸਾਫ਼ ਸਫਾਈ ਦਾ, ਪਰ ਫਿਰ ਵੀ ਸ਼ਹਿਰ ਦੀਆਂ ਬਹੁਤੀਆਂ ਸਾਂਝੀਆਂ ਥਾਵਾਂ 'ਤੇ ਸਫਾਈ ਦਾ ਹਾਲ ਜਿਹੜਾ ਉਨਾ ਵਧੀਆ ਨਹੀਂ ਹੈ ਇੱਕ ਅਵਾਰਡਡ ਸ਼ਹਿਰ ਵਾਲਾ, ਖਾਸ ਕਰਕੇ ਪੀਰ ਬਾਬਾ ਜਿਹੜਾ ਇੱਥੇ ਚੌਂਕ ਹੈ ਆਪਣਾ ਕਾਲਜ ਦੇ ਕੋਲ, ਉੱਥੇ ਗਊਆਂ ਫਿਰਦੀਆਂ ਨੇ, ਅਤੇ ਰਣਜੀਤ ਸਿੰਘ ਬਾਗ ਜਿਹੜਾ ਆਪਣਾ ਹੈਗਾ ਮਹਾਰਾਜਾ ਰਣਜੀਤ ਸਿੰਘ ਬਾਗ, ਉੱਥੋਂ ਦੇ ਵਾਸ਼ਰੂਮਾਂ ਨੂੰ ਲੈ ਕੇ ਤੁਸੀਂ ਲੈ ਲਓ, ਅਤੇ ਉੱਥੇ ਦੀਆਂ ਬੜੀਆਂ ਲੋਕ ਤੁਸੀਂ ਸੋਸ਼ਲ ਮੀਡੀਆ 'ਤੇ ਫੋਟੋਆਂ ਪਾਉਂਦੇ ਨੇ ਖਾਸ ਕਰਕੇ ਅਵਾਰਡ ਤੋਂ ਬਾਅਦ, ਅਤੇ ਉਹ ਵੀ ਕਿਤੇ ਨਾ ਕਿਤੇ ਅਸਰ ਕਰਦੀਆਂ ਨੇ ਇਲੈਕਸ਼ਨ ਦੇ ਟਾਈਮ ਗੱਲਾਂ ਜਿਹੜੀਆਂ। ਸੋ ਇਲੈਕਸ਼ਨ ਦੇ ਟਾਈਮ ਵੀ ਆ ਕੇ ਨਹੀਂ ਉੱਥੇ ਸੁਧਾਰ ਵਿੱਚ ਵੋਟਾਂ ਕਰਕੇ, ਉਹਦੇ ਬਾਰੇ ਵੀ ਜਰਾ। ਇਲੈਕਸ਼ਨ ਦੇ ਟਾਈਮ ਤੁਸੀਂ ਕਿਹਾ ਵੀ ਫਰਕ ਪੈਂਦਾ ਹੈ, ਬਿਲਕੁਲ ਫਰਕ ਪਿਆ। 2017 ਦੀਆਂ ਇਲੈਕਸ਼ਨਾਂ 'ਚ ਸਾਨੂੰ ਸ਼ਹਿਰ 'ਚੋਂ 6,000 ਵੋਟ ਪ੍ਰਾਪਤ ਹੋਈ ਸੀ, ਬਹੁਤ ਵੱਡਾ ਫਰਕ ਪਿਆ ਕਿ ਸਾਨੂੰ ਹੁਣ 10,000 ਵੋਟ ਪ੍ਰਾਪਤ ਹੋਈ ਹੈ ਜੀ। ਸ਼ਹਿਰ ਨੂੰ ਜੇ ਸਫਾਈ ਦਾ ਅਵਾਰਡ ਮਿਲਿਆ ਤਾਂ ਮੈਂ ਉਹਦੇ ਬਾਰੇ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਇਹ ਅਵਾਰਡ ਸਾਨੂੰ ਇਸ ਕਰਕੇ ਨਹੀਂ ਮਿਲਿਆ ਕਿ ਅਸੀਂ ਬਹੁਤ ਸ਼ਹਿਰ ਸਾਫ਼ ਕਰਤਾ ਜੀ, ਅਵਾਰਡ ਸਾਨੂੰ ਇਸ ਕਰਕੇ ਮਿਲਿਆ ਕਿ ਅਸੀਂ ਸਫਾਈ ਲਈ ਕੋਸ਼ਿਸ਼ ਜਿਹੜੀ ਹੈ ਉਹ ਸਾਡੀ ਰੈਕੋਗਨਾਈਜ਼ ਕੀਤੀ ਹੈ ਭਾਰਤ ਸਰਕਾਰ ਨੇ, ਔਰ ਅੱਜ ਹਰ ਇੱਕ ਬੰਦਾ ਇਹ ਕਹਿੰਦਾ ਕਿ ਪਹਿਲਾਂ ਨਾਲੋਂ ਬਹੁਤ ਫਰਕ ਹੈ। ਔਰ ਅੱਜ ਜਿਹੜੇ ਤੁਸੀਂ ਪੁਆਇੰਟ ਦੀ ਗੱਲ ਕਰਦੇ ਹੋ ਹਵੇਲੀ ਦੇ ਮੋੜ ਦੇ ਉੱਤੇ ਗੱਲ ਕਰਦੇ ਹੋ, ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਹੋ ਕਿ ਬਿਲਕੁਲ ਨੀਟ ਐਂਡ ਕਲੀਨ ਹੋ ਗਿਆ, ਉੱਥੇ ਬੈਂਚ ਲੱਗ ਗਏ ਔਰ ਬਿਲਕੁਲ ਉੱਥੇ ਗੰਦ ਸੁੱਟਣਾ ਬੰਦ ਹੋ ਗਿਆ। ਪੀਰ ਬਾਬਾ ਵਾਲੇ ਬਿਲਕੁਲ 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 ਅੱਜ ਜਾ ਕੇ ਦੇਖ ਸਕਦੇ ਹੋ। ਮਹਾਰਾਜਾ ਰਣਜੀਤ ਸਿੰਘ ਬਾਗ ਦੀ ਜਿੱਥੇ ਗੱਲ ਹੈ ਉਹਨੂੰ ਐਡਮਿਨਿਸਟ੍ਰੇਸ਼ਨ ਦੇਖ ਰਿਹਾ ਸੀਗਾ, IIT ਭੱਦਲ ਸ਼ਾਇਦ ਸਮਥਿੰਗ ਕਿਸੇ ਇਸ ਤਰ੍ਹਾਂ ਇੰਸਟੀਚਿਊਟ ਨੂੰ ਉਹ ਦਿੱਤਾ ਹੋਇਆ ਸੀ, ਪਰ ਹੁਣ ਅਸੀਂ ਉਹ ਨਗਰ ਕੌਂਸਲ ਵੱਲੋਂ ਉਹਨੂੰ ਟੇਕ ਓਵਰ ਕਰ ਲਿਆ, ਔਰ ਉੱਥੇ ਪੂਰੀ ਜਿਹੜੀ ਹੈ ਅਸੀਂ ਉੱਥੇ ਟੀਮ ਵੀ ਆਪਣੀ ਲਾਤੀ,
ਪੂਰੀ ਸਫਾਈ ਹੋਏਗੀ। ਔਰ ਮੈਂ ਇਹਦੇ ਲਈ ਸ਼ਹਿਰ ਵਾਸੀਆਂ ਨੂੰ ਵਧਾਈ ਵੀ ਦੇਣੇ ਚਾਹਾਂਗਾ ਕਿ ਨਗਰ ਕੌਂਸਲ ਦੀ ਵਰਕਿੰਗ ਨੂੰ ਦੇਖ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਜਿਹੜੀ ਕਿ ਮਾਣਯੋਗ ਅਦਾਲਤ ਹੈ, ਉਹ ਕੋਈ ਸਰਕਾਰੀ ਅਦਾਰਾ ਨਹੀਂ, ਕੋਈ ਪੋਲੀਟੀਕਲ ਅਦਾਰਾ ਨਹੀਂ, ਉਹਦੇ ਚੇਅਰਮੈਨ ਜਸਟਿਸ ਸ਼੍ਰੀ ਪ੍ਰੀਤਮ ਲਾਲ ਜੀ ਨੇ, ਜਿਹੜੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ, ਉਹਨਾਂ ਨੇ ਮਾਰਚ ਮਹੀਨੇ 'ਚ ਨੋਟੀਫਿਕੇਸ਼ਨ ਹੋਇਆ ਸੀ ਰੂਪਨਗਰ ਸ਼ਹਿਰ ਨੂੰ ਸੋਲਿਡ ਵੇਸਟ ਮੈਨੇਜਮੈਂਟ ਵਿੱਚ ਮਾਡਲ ਸਿਟੀ ਬਣਾਉਣ ਦਾ, ਜਿਹੜਾ ਉਹ ਨੋਟੀਫਿਕੇਸ਼ਨ ਹੋ ਚੁੱਕਿਆ। ਆਉਣ ਵਾਲੇ 4 ਮਹੀਨਿਆਂ ਦੇ ਵਿੱਚ ਤੁਸੀਂ ਦੇਖੋਗੇ ਰੋਪੜ ਸ਼ਹਿਰ 'ਚ ਕਿਤੇ ਕੋਈ ਕਿਸੇ ਤਰ੍ਹਾਂ ਦਾ ਕੂੜਾ, ਕਿਸੇ ਤਰ੍ਹਾਂ ਦਾ ਕਚਰਾ ਜਿਹੜਾ ਤੁਹਾਨੂੰ ਨਜ਼ਰ ਨਹੀਂ ਆਏਗਾ। ਸਿਰਫ ਥੋੜ੍ਹੀ ਜਿਹੀ ਹਾਲੇ ਜਿੱਥੇ ਕਮੀ ਹੈ, ਦੇਖੋ ਨਗਰ ਕੌਂਸਲ ਪੂਰੀ ਜੀ ਤੋੜ ਨਾਲ ਮਿਹਨਤ ਕਰ ਰਹੀ ਹੈ, ਸਾਡੇ ਸਫਾਈ ਸੇਵਕ ਮਿਹਨਤ ਕਰ ਰਹੇ ਹੈ, ਲੋਕਾਂ ਨੂੰ ਐਜੂਕੇਟ ਕਰਨ ਲਈ ਅਸੀਂ ਡਰਾਮੇ ਵੀ ਕੀਤੇ ਹੈ, ਨਾਟਕ ਵੀ ਕੀਤੇ ਹੈ, ਲੋਕਾਂ ਨੂੰ ਸਮਝਾਉਣ ਲਈ ਸਕੂਲਾਂ 'ਚ ਵੀ ਅਸੀਂ ਕਲਾਸਿਸ ਬੱਚਿਆਂ ਦੀਆਂ ਲਗਾ ਰਹੇ ਹਾਂ। ਥੋੜ੍ਹਾ ਜਿਹਾ ਹਾਲੇ ਪ੍ਰੋਬਲਮ ਆ ਰਹੀ ਕਿ ਲੋਕ ਪੂਰੀ ਤਰ੍ਹਾਂ ਹਾਲੇ ਐਜੂਕੇਟ ਨਹੀਂ ਹੋ ਰਹੇ। ਅਸੀਂ ਜਿਹੜੀਆਂ ਟ੍ਰਾਈਸਾਈਕਲਸ ਨੇ, ਰਿਕਸ਼ੇ ਨੇ, ਟੈਂਪੂ ਨੇ, ਸਾਰਾ ਇਨਫਰਾਸਟ੍ਰਕਚਰ ਜਿਹੜਾ ਉਹ ਸ਼ਹਿਰ 'ਚ ਅਸੀਂ ਲਾ ਚੁੱਕੇ ਹਾਂ। ਆਉਣ ਵਾਲੇ ਸਮੇਂ 'ਚ ਬਹੁਤ ਅੱਛੇ ਰਿਜ਼ਲਟ ਤੁਸੀਂ ਇਹਦੇ ਦੇਖੋਗੇ। ਸੋ ਬਹੁਤ ਬੈਸਟ ਆਫ ਲੱਕ ਸਾਡੇ ਵੱਲੋਂ ਜੀ, ਤੁਸੀਂ ਕਾਮਯਾਬ ਹੋਵੋ ਆਪਣੀ ਇਹਨਾਂ ਕੋਸ਼ਿਸ਼ਾਂ ਦੇ ਵਿੱਚ। ਅਸੀਂ ਦੁਬਾਰੇ ਫਿਰ ਇੰਟਰਵਿਊ ਕਰੀਏ, ਇੱਕ ਸਪੈਸ਼ਲ ਸ਼ਹਿਰ ਦੀ ਸਟੋਰੀ ਕਰੀਏ ਚੈਨਲ ਵੱਲੋਂ। ਮੱਖਣ ਸਾਹਿਬ ਨੂੰ ਇਹ ਵੀ ਗੱਲ ਆਉਂਦਾ ਜੀ, ਰੋਪੜ 'ਚ ਇੱਕ ਦੋ ਥਾਵਾਂ ਸੀ ਆ ਜਿਸ ਤਰ੍ਹਾਂ ਵੋਟ ਕਲੱਬ ਸੀ ਐਰਾ ਵਗੈਰਾ ਬੈਠਣ ਨੂੰ ਜੀ ਜੀ, ਜਿਸ ਤਰ੍ਹਾਂ ਨਹੀਂ, ਉਹ ਸਾਡਾ ਸਵਾਲ ਹੈ ਜੀ, ਉਹ ਸਾਡਾ ਕੰਮ ਹੈ ਸਵਾਲ ਕਰਨਾ। ਤੁਸੀਂ ਆਪਣਾ ਪੀਡੀਏ ਦਾ ਦੋ ਸਵਾਲ, ਤੁਹਾਡੇ ਕੋਲ ਵੀ ਆ ਰਿਹਾ ਮੈਂ ਉਹ ਸਾਡਾ ਕੰਮ ਹੈ ਪਿੰਗਾਸੀਆ ਦਾ ਸਵਾਲ ਕਰਨਾ ਕਿ ਨਹੀਂ ਕਰਨਾ, ਅਤੇ ਤੁਸੀਂ ਪੀਡੀਏ ਵੱਲੋਂ ਤੁਹਾਡੇ ਵੱਲੋਂ ਆਉਂਦੇ ਜੀ ਅਗਲੇ ਸਵਾਲ 'ਤੇ। ਪਹਿਲਾਂ ਗੱਲ ਹੋਈ ਸੀ ਜੀ ਓਵਰ ਕੌਨਫੀਡੈਂਟ ਦੀ, ਵੀ ਓਵਰ ਕੌਨਫੀਡੈਂਟ ਹੋ ਗਏ ਜਾ ਕੇ ਬਠਿੰਡਾ ਸੀਟ, ਹੌਟ ਸੀਟ, ਬੜੀ ਵੱਡੀ ਸੀਟ 'ਤੇ ਮੰਗਾ ਲੈਣਾ। ਹੁਣ ਤੁਹਾਡੀ ਗੱਲ ਆ ਜਾਵੇ, ਇੱਕ ਬਾਏ ਇਲੈਕਸ਼ਨ ਹੋਈ ਸੀ ਸ਼ਾਇਦ ਗੁਰਦਾਸਪੁਰ ਦੀ, 1900 ਵੋਟਾਂ ਵਾਲੀ ਪਾਰਟੀ, ਬੜਾ ਇੱਕ ਜੁਮਲਾ ਟਾਈਪ ਚੱਲੀ ਸੀ ਸੋਸ਼ਲ ਮੀਡੀਆ 'ਤੇ, ਅਤੇ ਬੜਾ ਨਾ ਹੱਸ ਕੇ ਟਿੱਚਰ ਦੇ ਨਾਲ ਖਹਿਰਾ ਸਾਹਿਬ ਆਏ ਕਰਦੇ ਸੀ ਮਾਈਕ 'ਤੇ ਵੀ ਇਹ 1900 ਵੋਟਾਂ ਵਾਲੀ ਪਾਰਟੀ, ਆਮ ਆਦਮੀ ਪਾਰਟੀ, ਬਾਏ ਇਲੈਕਸ਼ਨ ਦੇ ਵਿੱਚ 1900 ਵੋਟਾਂ ਪਈਆਂ ਸੀ, ਅਤੇ ਉਹ ਵੀ ਕਿਤੇ ਨਾ ਕਿਤੇ ਵੀ ਫਿਰ 1900 ਵੋਟਾਂ ਵਾਲੀ ਨੂੰ ਟਿੱਚਰ ਕਰਨਾ, ਅਤੇ ਫਿਰ ਸਰਪੰਚੀ ਦੀ ਇਲੈਕਸ਼ਨ ਹਾਰਨਾ, ਅਤੇ ਹੁਣ ਜ਼ਮਾਨਤ ਜ਼ਬਤ ਹੋਣਾ, ਅਤੇ ਬਾਕੀ ਜਗ੍ਹਾ ਵੀ ਇਹ ਹਾਲ ਰਹਿਣਾ, ਗਾਂਧੀ ਸਾਹਿਬ ਵਰਗੇ ਜਿਵੇਂ ਉਹਨਾਂ ਦੇ ਪੀਡੀਏ ਦੇ ਹੀ ਮੈਂਬਰ ਨੇ ਜਿਹੜੇ, ਉਹ ਵੀ, ਤੇ ਇਹ ਹੰਕਾਰ ਜਾਂ ਈਗੋ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਹਟ ਕੀਤਾ, ਫਰਕ ਪਾਇਆ? ਈਗੋ ਵਾਲੀ ਗੱਲ ਤਾਂ ਨਹੀਂ ਹੈ, ਪਰ ਜਦੋਂ ਇਹਨਾਂ ਨੇ ਕਿਹਾ ਵੀ ਘਰ 'ਚ ਕਲੇਸ਼ ਪੈਂਦਾ ਹੈ, ਜਿਵੇਂ ਨਿਕਲੇ ਤਾਂ ਆਮ ਆਦਮੀ ਪਾਰਟੀ 'ਚੋਂ, ਜਿਹੜੇ ਆਮ ਆਦਮੀ ਪਾਰਟੀ ਲਈ ਸਭ ਨੇ ਆਪਣਾ ਮਨ ਬਣਾਇਆ, ਸਿਧਾਂਤ ਲੈ ਕੇ ਚੱਲੇ ਵੀ ਪਹਿਲੀਆਂ ਪਾਰਟੀਆਂ ਨੇ ਸਾਰੇ ਹੀ ਖਰਾਬ ਕਰਤਾ, ਜਾਂ ਉਹਦੇ ਵਿੱਚ ਆਪਸੀ ਵਿੱਚ ਇੱਕ ਦੂਜੇ ਦੀ ਦੂਸ਼ਣਬਾਜ਼ੀ ਹੁੰਦੀ ਹੈ, ਫਿਰ ਉਹ ਗੱਲਾਂ ਇੱਕ ਦੂਜੇ ਨੂੰ ਕਹੀਆਂ ਜਾਂਦੀਆਂ। ਔਰ ਇਹਦੇ ਵਿੱਚ ਜਿਹੜੀ ਹੁਣ ਵੀ ਗੱਲ ਆਉਂਦੀ ਹੈ, ਉਹ ਆਪਣੇ ਆਪ ਇਹੀ ਮੰਥਨ, ਜਿਸ ਤਰ੍ਹਾਂ ਹੁਣ ਵੀ ਪੀ ਡੀ ਏ ਮੀਟਿੰਗ ਕਰੂਗਾ ਜੀ ਜੀ, ਔਰ ਸਾਡੀ ਵੀ ਚਲੋ ਗੱਲਬਾਤ ਵੀ ਹੋਈ ਸੀ ਖਹਿਰਾ ਸਾਹਿਬ ਨਾਲ, ਉਹਨਾਂ ਨੇ ਇਹ ਗੱਲ ਲਈ ਹੈ ਵੀ ਸਾਨੂੰ ਜਿਹੜੇ ਇਸ ਤਰ੍ਹਾਂ ਸੰਘਰਸ਼ੀਲ ਆ, ਪੰਜਾਬ ਦੀ ਖੁਸ਼ਹਾਲੀ ਚਾਹੁੰਦੇ ਹੈ, ਪੰਜਾਬ ਦੀ ਰਾਖੀ ਚਾਹੁੰਦੇ ਹੈ, ਉਹਨਾਂ ਨੂੰ ਇਕੱਠਾ ਹੋਣਾ ਪਊਗਾ ਜੀ। ਜਿਹੜਾ ਲੋਕਾਂ ਦਾ ਵਿਸ਼ਵਾਸ ਨਹੀਂ, 6 ਪਾਰਟੀਆਂ ਜੀ, ਹੁਣ ਕਿੰਨੀਆਂ ਇਕੱਠੀ ਕਰਾਂਗੇ ਇਕੱਠੇ ਦਾ? ਇੱਕ ਝੰਡੇ ਥੱਲੇ, ਇੱਕ ਝੰਡੇ ਥੱਲੇ। ਜੇ ਵੱਖਰੀਆਂ ਵੱਖਰੀਆਂ ਰਹਿਣੀਆਂ, ਉਹ ਲੋਕਾਂ ਦਾ ਵਿਸ਼ਵਾਸ ਨਹੀਂ ਬਣਦਾ, ਲੋਕਾਂ ਦਾ ਵਿਸ਼ਵਾਸ ਟੁੱਟਦਾ। ਜਿਹੜਾ ਹੁਣ ਇਹ ਗ੍ਰਾਫ ਗਿਰਿਆ, ਇਹ ਸਾਰਾ ਲੋਕਾਂ ਦਾ ਵਿਸ਼ਵਾਸ ਟੁੱਟ ਕੇ ਹੀ ਜਿਹੜਾ ਇੱਧਰ ਵੀ 3% ਵਧਿਆ, ਉਹ ਇਸੇ ਕਰਕੇ ਲੋਕਾਂ ਦੀ ਮਜੂਸੀ ਦਾ ਇੱਕ ਸਾਹਮਣੇ ਹੈਗਾ ਰਿਜ਼ਲਟ। ਮੈਂ ਆਪਣੀ ਵੀ ਥੋੜ੍ਹਾ ਗਿਆਨ ਵਿੱਚ ਝਾੜ ਦਿੰਦਾ, ਮੈਂ ਨਾ ਇੱਕ ਪੋਇਟਰੀ ਕਿਤੇ ਪਾਈ ਸੀਗੀ ਵੀ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ 2 ਪ੍ਰਧਾਨ, 2 ਵਿਧਾਨ, 2 ਨਿਸ਼ਾਨ ਝੰਡੇ, ਸਭ ਤੋਂ ਵੱਡਾ ਨੁਕਸਾਨ, ਅਤੇ ਵੋਟਰ ਅਣਜਾਣ, ਬਿੱਲੀਆਂ ਦੀ ਲੜਾਈ, ਬਾਂਦਰਾਂ ਦੀ ਲੜਾਈ, ਬਿੱਲੀ ਪਰੇਸ਼ਾਨ, ਮਤਲਬ ਇੱਦਾਂ ਕਰਕੇ ਕੁਛ ਲਿਖਿਆ ਸੀਗਾ, ਅਤੇ ਸਭ ਤੋਂ ਵੱਡੀ ਤੁਹਾਡੇ ਤਾਂ 6 ਝੰਡੇ ਹੋ ਗਏ, ਮੈਂ ਕਿਹਾ 7 ਵੀ ਸ਼ਾਇਦ। ਗੱਲ ਇਹ ਹੈ ਵੀ ਕੋਸ਼ਿਸ਼ ਬੰਦਾ ਕਰਦਾ, ਤਜਰਬਾ ਕਰਦਾ,
ਨਹੀਂ ਬਿੱਲੀ ਦੇ ਗੱਲ ਟੱਲੀ ਬੰਨੇ ਕੌਣ ਜੀ, ਤਿਆਗੇ ਕੌਣ ਵੀ ਮੇਰੇ ਇੱਕ ਝੰਡੇ ਥੱਲੇ ਇਕੱਠੇ ਹੋਣ, ਬਾਕੀ ਪੰਜਾਂ ਨੂੰ ਮਨਾਉਂਗੇ ਕੌਣ? ਖਹਿਰਾ ਸਾਹਿਬ ਨੇ ਨਹੀਂ ਮੰਨਣਾ, ਬੈਂਸ ਸਾਹਿਬ ਨੇ ਨਹੀਂ ਮੰਨਣਾ, ਉਧਰ ਹਾਥੀ ਦਾ ਮਤਲਬ ਕੋਈ ਨਹੀਂ ਮੰਨਣਾ, ਖਹਿਰਾ ਸਾਹਿਬ ਪੁਰਾਣੇ ਸੀ ਨਹੀਂ, ਜਿਹੜੀ ਖਹਿਰਾ ਸਾਹਿਬ ਦੀ ਗੱਲ ਆ, ਹਾਂਜੀ ਹਾਂਜੀ, ਉਹ ਮੈਂ ਇਹ ਜ਼ਿਲ੍ਹਾ ਪ੍ਰਧਾਨ ਹੈ ਇੱਕ ਜੀ ਜੀ ਪੰਜਾਬ ਲੈਵਲ 'ਤੇ ਨਹੀਂ, ਪਰ ਮੇਰਾ ਮਨ ਹੈ ਵੀ ਅਸੀਂ ਉਹਨਾਂ ਨੂੰ ਇਸ ਗੱਲ 'ਤੇ ਉਹ ਕੈਬ ਹੋਣਗੇ ਵੀ ਜਿਹੜਾ ਮਰਜ਼ੀ ਬਣ ਜਾਓ, ਚਾਬੀ ਹੇਠ ਇਕੱਠੇ ਹੋ ਜਾਓ ਵੀ ਇਕੱਠੇ, ਚਾਬੀ ਕਿਆ ਇਕੱਠੇ ਹੋ ਜਾਓ ਜਿਹੜਾ ਮਰਜ਼ੀ, ਨਿਸ਼ਾਨ ਦੀ ਗੱਲ ਹੈ, ਨਿਸ਼ਾਨ ਵੀ ਉਹ ਅਨੰਦਪੁਰ ਸਾਹਿਬ ਸੀਟ 'ਤੇ ਤੁਸੀਂ ਦੇਖ ਹੀ ਲਿਆ, ਬੇਰੁਜ਼ਗਾਰੀ ਜਿਹੜੀ ਹੈ, ਜੋ ਮੰਨ ਲਓ ਸੁਖਬੀਰ ਪ੍ਰਧਾਨ ਜੀ ਜਿੱਤੇ ਆ, ਆਮ ਲੋਕ ਕਹਿੰਦੇ ਨੇ ਵੀ ਜੇ ਕਿਸੇ ਦਾ ਚੰਗਾ ਢਾਬਾ ਚੱਲ ਪਿਆ ਚਲੋ ਉਹਦੇ ਵਿੱਚ ਵੀ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਅੱਖੀ ਦੇਖੀ ਗੱਲ ਦੱਸ ਸਕਦਾ, ਇਹ ਝੂਠ ਜਿਹੜਾ ਨਾ, ਝੂਠ ਬਹੁਤੀ ਦੇਰ ਨਹੀਂ ਚੱਲਦਾ, ਤੁਹਾਨੂੰ ਮੈਂ ਸੱਚਾਈ ਦੀ ਗੱਲ ਦੱਸ ਰਿਹਾ। ਆਮ ਤੌਰ ਤੇ ਕਹਿੰਦੇ ਸੀਗੇ ਜਿਵੇਂ ਇਹਨਾਂ ਨੇ ਕਹਿ ਦਿੱਤਾ ਵੀ ਢਾਬਾ ਚੱਲ ਗਿਆ, ਉਹਦੇ ਤੇ ਵੀ ਸੁਖਬੀਰ ਜੀ ਨੇ ਕਹਿਣਾ ਵੀ ਮੇਰਾ ਹਿੱਸਾ ਪਾ ਦਿਓ, ਤੁਸੀਂ ਇਹ ਕਹਿਣਾ ਚਾਹੁੰਦੇ ਸੀ। ਅਸੀਂ ਜਲੰਧਰ ਬੈਠੇ ਸੀ, ਮੇਰੇ ਨਾਲ ਸਾਡੇ ਸਤਿਕਾਰਯੋਗ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਸੀਗੇ, ਅਸੀਂ ਇੱਕ ਫੰਕਸ਼ਨ 'ਚ ਬੈਠੇ ਅਤੇ ਉਹ ਹਵੇਲੀ ਦਾ ਮਾਲਕ ਨੇ, ਹਵੇਲੀ ਹੈ ਜਿਹੜੀ ਜਲੰਧਰ ਕੋਲ, ਮਿਸਟਰ ਜੈਨ, ਉਹ ਆ ਗਏ ਅਤੇ ਉਹ ਚੀਮਾ ਸਾਹਿਬ ਨੇ ਸੁਖਬੀਰ ਜੀ ਨੂੰ ਮਿਲਾਇਆ ਵੀ ਇਹ ਜੈਨ ਸਾਹਿਬ ਆਪਣਾ ਹਵੇਲੀ ਦੇ ਓਨਰ ਨੇ। ਸੁਖਬੀਰ ਜੀ ਹੱਸ ਪਏ, ਕਹਿੰਦੇ ਚੀਮਾ ਸਾਹਿਬ ਤੁਸੀਂ ਝੂਠ ਬੋਲਦੇ ਹੋ। ਕਹਿੰਦੇ ਜੀ ਕੀ ਗੱਲ? ਕਹਿੰਦੇ ਸਾਰਾ ਪੰਜਾਬ ਤਾਂ ਕਹੀ ਜਾਂਦਾ ਹਵੇਲੀ ਮੇਰੀ ਹੈ, ਤੁਸੀਂ ਕਹਿ ਰਹੇ ਹੋ ਜੈਨ ਸਾਹਿਬ ਹੈ। ਸੋ ਇਹ ਗੱਲਾਂ ਜਿਹੜੀਆਂ ਨਾ, ਇਹ ਝੂਠ, ਇਹਨਾਂ ਗੱਲਾਂ ਦਾ ਕੋਈ ਪੈਰ ਨਹੀਂ ਹੁੰਦਾ ਵੀ ਢਾਬੇ 'ਚ ਵੀ ਮਾਰ ਰਿਹਾ, ਉਹਨਾਂ ਦਾ ਆਪਣਾ ਬੜਾ ਬਿਜ਼ਨਸ ਹੈ, ਬਹੁਤ ਅੱਛਾ। ਸਬੂਤ ਕਿਹੜਾ ਸਬੂਤ ਹੈਗਾ? ਗੱਲ ਹੋ ਗਈ ਇਹਨਾਂ ਵੱਲੋਂ ਇੱਕ ਮਿਹਣੇ ਨੁਮਾ ਵੀ ਵਿੱਚ ਦੀ ਹੋ ਗਿਆ, ਅਸੀਂ ਸੱਤ ਸਿੱਟਾਂ ਹਾਰ ਗਏ, ਮੈਂ ਸਵਾਲ ਵੀ ਕਰਨਾ ਸੱਤ ਸਿੱਟਾਂ ਹਾਰ ਗਏ, ਕਾਰਨ ਦੱਸ ਦਿਓ ਵੀ ਸਿੱਖਿਆ ਸਿਹਤ ਸੁਰੱਖਿਆ ਉਹਨਾਂ ਦੇ ਹੱਥ 'ਚ ਹੈ ਨਹੀਂ, ਕਹਿੰਦੇ ਦਿੱਲੀ ਵਾਲਿਆਂ ਦੇ, ਸਿੱਖਿਆ ਅਤੇ ਸਿਹਤ ਨੂੰ ਲੈ ਕੇ ਤੁਸੀਂ ਵੀ ਕਹਿੰਦੇ ਹੋ, ਥੋੜ੍ਹਾ ਸੋਸ਼ਲ ਮੀਡੀਆ 'ਤੇ ਵੀ ਤੁਹਾਡੇ ਜਿਹੜੇ ਸਪੋਰਟਰ ਨੇ ਬੜਾ ਪ੍ਰਚਾਰ ਕਰਦੇ ਨੇ, ਬਹੁਤ ਕੰਮ ਹੋਇਆ, ਪਰ ਦਿੱਲੀ ਦੀਆਂ ਸੱਤ ਕਲੀਨ ਸਵੀਪ ਅਲੱਗ ਚੀਜ਼ ਹੈ, ਪਰ ਦੋਵਾਂ ਦੇ ਉੱਤੇ ਦੂਜੇ ਨੰਬਰ 'ਤੇ ਅਤੇ ਪੰਜਾਂ ਦੇ ਉੱਪਰ ਤੀਜੇ ਨੰਬਰ 'ਤੇ ਆਉਣਾ ਆਮ ਆਦਮੀ, ਇੱਕ ਵੈਸੇ ਮੰਥਨ ਦੇ ਵਿੱਚ ਸਵਾਲ ਨਹੀਂ ਪਰ ਸਵਾਲਾਂ 'ਚੋਂ ਸਵਾਲ ਹੈ, ਅਨੰਦਪੁਰ ਸਾਹਿਬ ਨੂੰ ਥੋੜ੍ਹਾ ਹਟ ਕੇ ਪੰਜਾਂ 'ਚ ਤੀਜੇ ਨੰਬਰ 'ਤੇ ਆਉਣ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਮੇਰੀ ਪਹਿਲੀ ਬੇਨਤੀ ਇਹ ਹੈ ਵੀ ਆਪਾਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕੇ ਹਾਂ ਕਿ ਆਪਾਂ ਐਡੇ ਬੜੇ ਲੀਡਰ ਨੇ ਕਿ ਅਸੀਂ ਨੈਸ਼ਨਲ ਲੈਵਲ ਦੀ ਗੱਲ ਕਰ ਟਿੱਪਣੀ ਕਰ ਸਕੀਏ, ਪਰ ਚਲੋ ਆਪਾਂ ਇੱਕ ਨਾਗਰਿਕ ਆ ਜੀ, ਜੋ ਆਪਾਂ ਮਹਿਸੂਸ ਕਰਦੇ ਹਾਂ, ਦੇਖੋ ਹਿੰਦੁਸਤਾਨ ਜਿਹੜਾ ਹੈਗਾ ਹੈ ਸਾਡਾ ਦੇਸ਼, ਇਹ ਬਹੁ ਗਿਣਤੀ ਇਹਦੇ ਵਿੱਚ ਹਿੰਦੂਆਂ ਦੀ ਆ, ਹਿੰਦੂ ਜਿੰਨਾ ਵੀ ਤਬਕਾ ਹੈਗਾ ਉਹ ਬਹੁਤ ਨਰਮ ਦਿਲ ਹੈਗਾ ਔਰ ਬਹੁਤ ਹੀ ਮਤਲਬ ਕਿਸੇ ਦੀ ਗੱਲ 'ਤੇ ਭਰੋਸਾ ਕਰਨ ਵਾਲਾ ਸਾਰੇ ਹਿੰਦੂ ਤਬਕਾ, ਉਹਦੇ ਵਿੱਚ ਜੋ ਕਿ ਮੇਰਾ ਦਿੱਲੀ ਦੇ ਨਾਲ ਵਪਾਰਕ ਸੰਬੰਧ ਆ, ਮੇਰਾ ਮਹੀਨੇ 'ਚ ਦੋ ਚੱਕਰ ਇੱਕ ਚੱਕਰ ਲੱਗਦਾ ਹੈ, ਮੈਂ ਵੀ ਉੱਥੇ ਲੋਕਾਂ ਨੂੰ ਮਿਲਦਾ। ਦੇਖੋ ਗੱਲ ਇਹਨਾਂ ਨੇ ਇਹ ਕੀਤੀ ਗਈ ਆ ਉਹਦੇ ਵਿੱਚ ਮੋਦੀ ਸਾਹਿਬ ਦੀ, ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਜੋ ਆਪਾਂ ਸੁਣੀ ਆ, ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਮੈਂ ਕੋਈ ਨੈਸ਼ਨਲ ਲੈਵਲ ਦਾ ਲੀਡਰ ਨਹੀਂ, ਉਹਦੇ ਵਿੱਚ ਇਹ ਕੀਤੀ ਗਈ ਆ ਹਿੰਦੂਆਂ ਨੂੰ ਇਹ ਗੱਲ ਤੋਂ ਡਰਾਇਆ ਗਿਆ ਬਈ ਜਿਹੜੇ ਮੁਸਲਮਾਨ ਆ ਉਹ ਤੁਹਾਨੂੰ ਮਾਰ ਸਕਦੇ। ਇੱਕ ਛੋਲੇ ਫਿਲਮ ਵਿੱਚ ਤੁਸੀਂ ਦੇਖਿਆ ਹੋਣਾ, ਸਭ ਨੇ ਦੇਖੀ, ਸਾਡੇ ਟਾਈਮ ਦੀ ਫਿਲਮ ਆ, ਉਹਦੇ ਵਿੱਚ ਗੱਬਰ ਸਿੰਘ ਇੱਕ ਡਾਕੂ ਹੁੰਦਾ, ਉਹ ਪਿੰਡ ਵਿੱਚ ਜਾ ਕੇ ਇੱਕੋ ਗੱਲ ਕਹਿੰਦਾ, ਕਹਿੰਦਾ ਵੀ ਗੱਬਰ ਸਿੰਘ ਦੇ ਕਹਿਰ 'ਤੇ ਜੇ ਤੁਹਾਨੂੰ ਕੋਈ ਬਚਾ ਸਕਦਾ ਹੈ ਉਹ ਗੱਬਰ ਸਿੰਘ ਬਚਾ ਸਕਦਾ, ਉਹਦੇ ਬਦਲੇ 'ਚ ਉਹ ਥੋੜ੍ਹੀ ਜਿਹੀ ਤੁਹਾਡੇ ਦਾਣੇ ਲੈ ਜਾਂਦਾ, ਪੈਸੇ ਲੈ ਜਾਂਦਾ, ਤੁਹਾਡੇ ਚਾਰ ਜੁੱਤੀਆਂ ਮਾਰ ਜਾਂਦਾ, ਕਿਆ ਗੱਲ ਆ? ਉਹ ਮੋਦੀ ਸਾਹਿਬ ਦਾ ਇਹ ਜਿਹੜਾ ਫੰਡਾ ਪੂਰੀ ਤਰ੍ਹਾਂ ਕਾਮਯਾਬ ਹੋਇਆ, ਉਹਨਾਂ ਨੇ ਲੋਕਾਂ ਨੂੰ ਡਰਾਤਾ ਕਿ ਜਿਹੜੀ ਮੁਸਲਮਾਨ ਕੌਮ ਆ। ਦੇਖੋ, ਜੇ ਇਹ ਗੱਲ ਹੁੰਦੀ ਤਾਂ ਯੂਪੀ ਦੀਆਂ ਅੱਜ ਵੀ ਜਿਹੜੀਆਂ ਹੈਗੀਆਂ 60 ਚੋਂ 40 ਸੀਟਾਂ ਨਾ ਹੁੰਦੀਆਂ,
ਜਿੱਥੇ ਕਿ ਮੁਹੰਮਦਨ ਆਬਾਦੀ ਬਹੁਤ ਜ਼ਿਆਦਾ ਹੈ ਜੀ ਜੀ ਠੀਕ ਹੈ ਨਾ ਇਹ ਸਭ ਜੁਮਲੇ ਹੈ ਇਹ ਬਹੁਤੀ ਦੇਰ ਹੁਣ ਮੈਂ ਫਿਰ ਬਾਰ ਬਾਰ ਉਹੀ ਗੱਲ ਕਰਦਾ ਇਹ ਜੁਮਲੇ ਵਾਲੀ ਰਾਜਨੀਤੀ ਹੈ ਵੀ ਮੋਦੀ ਸਾਹਿਬ ਨੇ ਮੁਸਲਮਾਨਾਂ ਦਾ ਨਾਂ ਲੈ ਕੇ ਡਰਾਤਾ ਫਲਾਣਾ ਨਾਂ ਲੈ ਕੇ ਡਰਾਤਾ ਕੋਈ ਨਾਗਰਿਕ ਇਸ ਤਰ੍ਹਾਂ ਨਹੀਂ ਡਰਦਾ ਕੋਈ ਕੌਮ ਇਸ ਤਰ੍ਹਾਂ ਨਹੀਂ ਡਰਦੀ ਇਹ ਸਭ ਕਹਿਣ ਦੀਆਂ ਗੱਲਾਂ ਮੋਦੀ ਸਾਹਿਬ ਨੇ ਜੋ ਕੁਛ ਪਿਛਲੇ 5 ਸਾਲ 'ਚ ਹਿੰਦੁਸਤਾਨ 'ਚ ਕੀਤਾ ਹੈ ਜੋ ਗਰੀਬਾਂ ਲਈ ਉਹਨਾਂ ਨੇ ਯੋਜਨਾਵਾਂ ਦਿੱਤੀਆਂ ਜੋ ਜਿਹੜਾ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਹੈ ਜੋ ਇੱਕ ਜਿਹੜੀ ਹੈਲਥ ਦੀ ਸਕੀਮ ਹੈ ਹੁਣ ਮੈਨੂੰ ਉਹਦਾ ਪਰਟੀਕੁਲਰ ਨਾਮ ਨਹੀਂ ਯਾਦ ਆ ਰਿਹਾ ਜਿਹੜੀ ਮੋਦੀ ਸਾਹਿਬ ਨੇ ਦਿੱਤੀ ਹੈ ਹਿਮਾਚਲ ਮੈਂ PGI ਬੈਠਾ ਮੇਰੇ ਕਿਸੇ ਰਿਲੇਟਿਵ ਨੂੰ ਦੇਖਣ ਗਿਆ ਹਿਮਾਚਲ ਦਾ ਇੱਕ ਉੱਥੇ ਪੇਸ਼ੈਂਟ ਹੈ ਪੰਜਾਬ ਦੇ ਪੇਸ਼ੈਂਟ ਨੂੰ ਜਿਸ ਕੰਮ ਲਈ 270,000 ਰੁਪਇਆ ਪੇ ਕਰਨਾ ਪੈ ਰਿਹਾ ਸੁਕੰਨਿਆ ਯੋਜਨਾ ਜਾਂ ਕਿਹੜੀ ਯੋਜਨਾ ਸੁਕੰਨਿਆ ਤਾਂ ਦੂਜੀ ਕਿਹੜੀ ਕੋਈ ਹੈਲਥ ਦੀ ਹੈ ਤਾਂ ਕੀ ਨਾਮ ਹੈ ਤਾਂ ਤੁਸੀਂ ਮਤਲਬ ਤੁਹਾਨੂੰ ਮੈਂ ਦੱਸਦਾ ਕਿ ਪੰਜਾਬ ਦਾ ਜਿਹੜਾ ਪੇਸ਼ੈਂਟ ਹੈ ਉਹਨੂੰ ਉਸੇ ਕੰਮ ਲਈ 270,000 ਰੁਪਇਆ ਪੇ ਕਰਨਾ ਪੈ ਰਿਹਾ ਹਿਮਾਚਲ ਜਿਹਨੇ ਮੋਦੀ ਸਾਹਿਬ ਦੀ ਯੋਜਨਾ ਲਾਗੂ ਕਰਤੀ ਉੱਥੋਂ ਦੇ ਪੇਸ਼ੈਂਟ ਨੂੰ ਉਸ ਕੰਮ ਲਈ ਸਿਰਫ 20,000 ਰੁਪਇਆ ਪੇ ਕਰਨਾ ਪੈ ਰਿਹਾ 2.5 ਲੱਖ ਰੁਪਇਆ ਸਰਕਾਰ ਪੇ ਕਰਦੀ ਹੈ ਕੱਲ੍ਹ ਇੱਕ ਬੜਾ ਦਰਦਨਾਕ ਹਾਦਸਾ ਵਾਪਰਿਆ ਮੋਦੀ ਸਾਹਿਬ ਦੀ ਸਟੇਟ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਜੀ ਬੱਚੇ ਜਿਹੜੇ ਕਿ ਕੋਚਿੰਗ ਲੈਣ ਵਾਲੇ ਸਟੂਡੈਂਟ ਲੈਵਲ ਦੇ ਬੱਚੇ ਅੱਗ ਲੱਗ ਗਈ ਛਾਲਾਂ ਮਾਰ ਕੇ ਮਰ ਗਏ ਮੋਦੀ ਸਾਹਿਬ ਨੇ ਅੱਗ ਨਹੀਂ ਲਾਈ ਮੈਂ ਕੋਈ ਬਲੇਮ ਨਹੀਂ ਕਰ ਰਿਹਾ ਉਹਨਾਂ ਨੂੰ ਕੁਦਰਤੀ ਘਟਨਾ ਹੈ ਪਰ ਉੱਥੇ ਗੱਲ ਇਹ ਹੈ ਵੀ 3,000 ਕਰੋੜ ਦੀ ਮੂਰਤੀਆਂ ਬਣਾਉਣ ਵਾਲੇ ਬੰਦਿਆਂ ਦੀ ਹੋਮ ਸਟੇਟ ਦੇ ਵਿੱਚ ਫਾਇਰ ਬ੍ਰਿਗੇਡ ਵਾਲਿਆਂ ਦੇ ਕੋਲ 15 ਫੁੱਟ ਤੋਂ ਉੱਚੀ ਪੌੜੀ ਨਹੀਂ ਸੀ ਗੱਲ ਬੜਾ ਵਧੀਆ ਸ਼ਹਿਰ ਦਾ ਕਰ ਰਹੇ ਸਾਨੂੰ ਸਭ ਨੂੰ ਇਹਨਾਂ ਦੇ ਨਾਲ ਸਾਥ ਦੇਣਾ ਚਾਹੀਦਾ ਉਹ ਇਸ ਕਰਕੇ ਨੀ ਵੀ ਅਕਾਲੀ ਦਲ ਦੇ ਆ ਸਾਡਾ ਸ਼ਹਿਰ ਆ ਮੈਨੂੰ ਪਤਾ ਬਾਅਦ ਚ ਬਹਾਨਾ ਲਾ ਦੇਣਾ ਕੋਈ ਗੱਲ ਨੀ ਆਪਾਂ ਬੇਨਤੀ ਕਰ ਲੈਣੀ ਆ ਜਿਹੜਾ ਸੈਕਟਰੀਏਟ ਆ ਉਹ ਤੋਂ ਵੱਡਾ ਕੋਈ ਵਧੀਆ ਅਦਾਰਾ ਸ਼ਹਿਰ ਵਾਸਤੇ ਜਿਹੜਾ ਮਾਡਲ ਹੋਵੇ ਹੋ ਸਕਦਾ ਮਾੜਾ ਜੀ ਤੁਸੀਂ ਬੈਠੇ ਨੇ ਨਹੀਂ ਚਲੋ ਸੈਕਟਰੀਏਟ ਦੇ ਵਿੱਚ ਭੜਕੇ ਨਾਲ ਸੈਕਟਰੀਏਟ ਕੌਣ ਜੀ ਸਾਡੇ ਜੱਜ ਸਹਿਬਾਨ DC ਸਹਿਬਾਨ ਮਤਲਬ ਪੂਰੇ ਪਬਲਿਕ ਹੈ ਸਭ ਤੋਂ ਵੱਡੀ ਤਾਂ ਸਰਵਾਂ ਜਿਹੜੇ ਨੂੰ ਕੰਟਰੋਲ ਕਰਨ ਵਾਲਾ ਇੱਕ ਕਿਲਾ ਜੀ ਜਿੱਥੋਂ ਅਸੀਂ ਰੋਪੜ ਨੂੰ ਚਲਾਉਣਾ ਹੈ ਬਣੇ ਨੂੰ ਮੈਨੂੰ ਲੱਗਦਾ ਮੈਨੂੰ ਉਮੀਦ ਆ ਕਿ 35 ਸਾਲ ਤੋਂ ਉੱਪਰ ਹੋਵੇ ਉਹਦੇ ਵਿੱਚ ਜਿੰਨੇ ਬਾਥਰੂਮ ਲੈਟਰਿੰਗ ਬਣੇ ਹੋਏ ਆ ਜੀ ਅੰਦਰ ਉਹਨਾਂ ਦਾ ਸੀਵਰੇਜ ਦਾ ਕਨੈਕਸ਼ਨ ਹੀ ਨਹੀਂ ਕਿਤੇ ਜੁੜਿਆ ਹੋਇਆ ਸ਼ਿਵਾਲਿਕ ਕਲੱਬ ਇੱਕ ਬਣਿਆ ਹੋਇਆ ਉਹਦੇ ਬਾਹਰ ਇੱਕ ਇਹਨੇ ਬਹੁਤ ਬੜਾ ਖੂਹ ਬਣਾਇਆ ਹੋਇਆ ਉਹਦੇ ਚ ਇਕੱਠਾ ਹੋਈ ਜਾਂਦੀ ਉਹ ਟ੍ਰੀਟਮੈਂਟ ਪਲਾਂਟ ਨਹੀਂ ਕੁਛ ਨਹੀਂ ਹੈਗਾ ਉਹਦੇ ਚ ਜਾਂਦਾ ਜਦੋਂ ਲੋਕ ਸੌ ਜਾਂਦੇ ਆ ਉਦੋਂ ਉਹਨੂੰ ਪੰਪ ਦੇ ਨਾਲ ਜਿਹੜੀ ਬੇਅੰਤ ਸਿੰਘ ਅਮਰ ਨਗਰ ਬਣਿਆ ਵਾ ਸਤਲੁਜ ਦਰਿਆ ਦੇ ਪਰਲੇ ਪਾਸੇ ਉਹਨੂੰ ਖੁੱਲੇ ਛੱਡ ਦਿੱਤਾ ਜਾਂਦਾ ਹੈਗਾ ਚਲੋ ਬੇਸ਼ੱਕ ਸਾਡੀ ਮੰਤਰੀ ਸਾਹਿਬ ਨੇ ਬੇਨਤੀ ਕਰਦੀ ਉਹਨੂੰ ਵਧੀਆ ਸਵਾਲ ਕਰਿਆ ਜਾਵੇ ਜੀ ਜੀ ਮੈਂ ਬਿਲਕੁਲ ਬਹੁਤ ਅੱਛੀ ਗੱਲ ਕੀਤੀ ਹੈ ਪਟਿਆਲਾ ਸਾਹਿਬ ਨੇ ਮੈਂ ਇਹਨਾਂ ਦੇ ਨੌਲੇਜ ਵਾਸਤੇ ਗੱਲ ਦੱਸਣੀ ਚਾਹੁੰਦਾ ਹਾਂ
ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਹਦਾ ਕੰਟਰੋਲ ਜਿਹੜਾ ਉਹ ਨਗਰ ਕੌਂਸਲ ਕੋਲ ਨਹੀਂ, ਤੁਸੀਂ ਬਹਾਨਾ ਨਹੀਂ, ਬਹਾਨਾ ਨਹੀਂ, ਮੈਂ ਤੁਹਾਨੂੰ ਫੈਕਟ ਦੱਸੂਗਾ। ਕੋਈ ਕਾਨੂੰਨ ਵੀ ਹੁੰਦਾ, ਕੋਈ ਲਾਅ ਹੁੰਦਾ ਜਿਹਦੇ ਤਹਿਤ ਅਸੀਂ ਕੰਮ ਕਰਨਾ। ਫਿਰ ਵੀ ਮੈਂ ਤੁਹਾਨੂੰ, ਮੇਰੀ ਗੱਲ ਪੂਰੀ ਸੁਣ ਲਓ, ਤੁਹਾਡੀ ਮੇਰੀ ਗੱਲ 100% ਤੁਸੀਂ ਸਹੀ ਹੋ। ਜਿੱਥੇ ਤੱਕ ਸੈਕਟਰੀਏਟ ਦੇ ਔਰ ਡੀਸੀ ਰੈਜੀਡੈਂਸ ਦੇ ਵੇਸਟ ਦਾ ਸਵਾਲ ਹੈ, ਉਹ ਮੈਂ ਵੀ ਕਹਿਣਾ ਕਿ ਸਾਡੇ ਸ਼ਹਿਰ ਵਾਸਤੇ ਬਹੁਤ ਵੱਡੇ ਸ਼ਰਮ ਦੀ ਗੱਲ ਹੈ ਕਿ ਉਹ ਜਿਹੜਾ ਅੱਜ ਵੀ ਜਿਹੜੀ ਆਬਾਦੀ ਸ਼ਹੀਦ ਭਗਤ ਸਿੰਘ ਨਗਰ ਬਣੀ ਹੋਈ ਹੈ ਉਹਦੇ ਪਿੱਛੇ ਓਪਨ ਜਾ ਰਿਹਾ। ਨਹੀਂ ਨਹੀਂ, ਕਿਤੇ ਉਹ ਕਿਤੇ ਵੀ ਉਹ ਜੁੜਿਆ ਨਹੀਂ ਗਿਆ। ਔਰ ਜਿਸ ਦਿਨ ਤੋਂ ਅਸੀਂ ਇਹ ਸ਼ਹਿਰ ਦੀ ਸੇਵਾ ਸੰਭਾਲੀ ਹੈ 2015 ਚ, ਮੈਂ ਤੁਹਾਨੂੰ ਰਿਕਾਰਡ ਦਿਖਾ ਸਕਦਾ, ਮੈਂ ਘੱਟ ਤੋਂ ਘੱਟ 15 ਲੈਟਰਸ ਉਹਦੇ ਬਾਰੇ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਲਿਖ ਚੁੱਕਿਆ। ਉਹਦਾ ਇੱਕ ਪ੍ਰੋਸੀਜਰ ਹੈ, ਸੀਵਰੇਜ ਦਾ ਜਦੋਂ ਵੀ ਕਿਤੇ ਕੋਈ ਸਿਸਟਮ ਕਿਸੇ ਅਦਾਰੇ ਦਾ ਸ਼ਹਿਰ ਦੇ ਸਿਸਟਮ ਨਾਲ ਜੋੜਨਾ ਤਾਂ ਉਹਦੇ ਲਈ ਇੱਕ ਸ਼ੇਅਰ ਕੋਸਟ ਫਿਕਸ ਕੀਤੀ ਹੁੰਦੀ ਹੈ। ਉਹ ਸ਼ੇਅਰ ਕੋਸਟ ਜਿਹੜੀ ਹੈ ਉਹ ਸੀਵਰੇਜ ਬੋਰਡ ਕੋਲ ਜਮ੍ਹਾਂ ਹੋਣੀ ਹੁੰਦੀ ਹੈ, ਉਸ ਤੋਂ ਬਾਅਦ ਉਹ ਜੁੜਦਾ। ਮੈਂ ਇੱਥੇ ਤੱਕ ਪਬਲਿਕ ਹੈਲਥ ਡਿਪਾਰਟਮੈਂਟ ਦੇ ਅਫਸਰ ਨੂੰ ਕਹਿ ਚੁੱਕਿਆ ਕਿ ਤੁਸੀਂ ਸਾਨੂੰ ਇੱਕ ਲੈਟਰ ਲਿਖ ਕੇ ਇਹ ਕਹਿ ਦਿਓ ਕਿ ਅਸੀਂ ਜਮ੍ਹਾਂ ਕਰਾ ਦਿਆਂਗੇ, ਮੈਂ ਪੈਸੇ ਨਹੀਂ ਮੰਗਦਾ, ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਕੋਈ ਗੱਲ ਨਹੀਂ, ਤੁਸੀਂ ਸਿਰਫ ਇੰਨਾ ਹੀ ਲੈਟਰ ਲਿਖ ਦਿਓ ਕਿ ਅਸੀਂ ਜੋ ਸ਼ੇਅਰ ਕੋਸਟ ਬਣਦੀ ਹੈ ਜਮ੍ਹਾਂ ਕਰਾ ਦਿਆਂਗੇ, ਇਹਨੂੰ ਜੋੜਨ ਦੀ ਕਿਰਪਾਲਤਾ ਕੀਤੀ ਜਾਵੇ। ਉਹ ਡਰਦੇ ਕਿ ਕੱਲ੍ਹ ਨੂੰ ਮੇਰੀ ਰਿਸਪੋਂਸੀਬਿਲਟੀ ਫਿਕਸ ਨਾ ਹੋ ਜਾਵੇ, ਉਹਨਾਂ ਨੇ ਅੱਜ ਤੱਕ ਕੋਈ ਲੈਟਰ ਲਿਖ ਕੇ ਨਹੀਂ ਦਿੱਤਾ। ਮੈਂ ਇਹਦੇ ਬਾਰੇ ਡਿਪਟੀ ਕਮਿਸ਼ਨਰ ਸਾਹਿਬਾਂ ਨੂੰ ਵਾਰ ਵਾਰ ਮਿਲ ਚੁੱਕਿਆ, ਐਕਸਐਮ ਸਾਹਿਬਾਨ ਇਹਨਾਂ ਨੂੰ ਵਾਰ ਵਾਰ ਮਿਲ ਚੁੱਕਿਆ, ਪਰ ਜਿਹੜੀ ਅਫਸਰਸ਼ਾਹੀ ਹੈ ਉਹ ਉਸ ਤਰ੍ਹਾਂ ਕੰਮ ਨਹੀਂ ਕਰਦੀ ਜਿਸ ਤਰ੍ਹਾਂ ਅਸੀਂ ਤੁਸੀਂ ਕੰਮ ਕਰਨਾ ਚਾਹੁੰਦੇ ਹਾਂ, ਉੱਥੇ ਸਾਡੀਆਂ ਮਜਬੂਰੀਆਂ ਹੁੰਦੀਆਂ। ਉਹਦਾ ਬਿਲਕੁਲ ਇਹ ਹੋ ਸਕਦਾ ਅੱਜ ਵੀ ਪਬਲਿਕ ਹੈਲਥ ਜਿਹੜੀ ਇਹਨਾਂ ਦੇ ਸਾਰੇ ਸਿਸਟਮ ਨੂੰ ਦੇਖ ਰਹੀ ਹੈ, ਸੈਕਟਰੀਏਟ ਦੇ ਸੀਵਰੇਜ ਨੂੰ ਸਾਰਾ, ਉਹਨਾਂ ਨੇ ਇੱਕ ਪੰਪਿੰਗ ਸਟੇਸ਼ਨ ਡੀਸੀ ਰੈਜੀਡੈਂਸ ਦੇ ਸਾਹਮਣੇ ਬਣਾਇਆ ਹੋਇਆ, ਉੱਥੋਂ ਬਿਲਕੁਲ ਸਾਨੂੰ ਅੱਜ ਵੀ ਇੱਕ ਲੈਟਰ ਲਿਖ ਕੇ ਦੇ ਦੇਣ ਕਿ ਇਹਨੂੰ ਉਹਦੇ ਨਾਲ ਜੋੜ ਦਿੱਤਾ ਜਾਵੇ, ਜੋ ਜੋ ਸ਼ੇਅਰ। ਉਸ ਤੋਂ ਮੈਂ ਬਾਅਦ ਤੁਹਾਨੂੰ ਅਗਲੀ ਗੱਲ ਅਫਸਰ ਚਾਹੀਦੀ ਹੋਰ ਦੱਸੂਗਾ, ਜੋ ਵੀ ਸ਼ੇਅਰ ਕੋਸਟ ਬਣਦੀ ਹੈ ਐਕਸ਼ਨ ਪਬਲਿਕ ਹੈਲਥ ਸਾਨੂੰ ਲਿਖ ਕੇ ਦੇ ਦੇਣ ਕਿ ਅਸੀਂ ਜਮ੍ਹਾਂ ਕਰਾਉਣ ਲਈ ਤਿਆਰ ਹਾਂ। ਬਸ ਉਹ ਨਾ ਕਰਾਉਣ, ਜਦੋਂ ਪੈਸੇ ਹੋਏ ਉਦੋਂ ਕਰਾ ਦੇਣ, ਸਰਕਾਰ ਦੇ ਪੈਸੇ ਸਰਕਾਰ ਨੇ ਲੈਣੇ ਮੇਰੇ ਖਿਆਲ ਸਾਰੇ ਜ਼ਿਲ੍ਹੇ ਲੈ ਲਓ ਜਿਹਨਾਂ ਕੋਲ, ਸਾਰਿਆਂ ਕੋਲ ਬੱਸ ਸਟੈਂਡ ਹੋਣਗੇ। ਬਿਲਕੁਲ, ਦੋਵੇਂ ਪਾਰਟੀਆਂ ਜ਼ਿੰਮੇਵਾਰ ਹੈ, ਦੋਹਾਂ ਦੀਆਂ ਸਰਕਾਰਾਂ ਵਾਲੀਆਂ। ਚਲੋ ਰੋਪੜ ਦਾ ਬੱਸ ਸਟੈਂਡ ਕੋਈ ਉਹ ਫਿਰ ਆਨੰਦਪੁਰ ਸੀਟ ਤੇ ਆ ਜਾਈਏ, ਮੇਰੇ ਖਿਆਲ ਨਾਲ ਵੀ ਆਪਣਾ ਪ੍ਰੋਗਰਾਮ ਲੰਬਾ ਹੋ ਰਿਹਾ ਜਿਹੜਾ ਮੱਕੜ ਸਾਹਿਬ ਜੀ। ਜੀ, ਪਰਿਵਾਰਵਾਦ ਦੀ ਰਾਜਨੀਤੀ ਦੇ ਬਹੁਤ ਪੁਰਾਣੇ ਦੋਸ਼ ਲੱਗਦੇ ਨੇ ਬਾਦਲ ਪਰਿਵਾਰ ਤੇ, ਅਕਾਲੀ ਦਲ ਬਾਦਲ, ਚਲੋ ਤੁਸੀਂ ਕਿਹਾ ਸੀ ਲਾਉਣ ਦੀ ਲੋੜ ਨਹੀਂ ਹੁੰਦੀ, ਅਕਾਲੀ ਦਲ ਕਹਿ ਦਿਓ ਤਾਂ ਪਤਾ ਲੱਗ ਜਾਂਦਾ ਕਿਹੜੇ ਗੱਲ ਦੀ ਗੱਲ ਹੁੰਦੀ ਹੈ। ਪਰ ਪਰਿਵਾਰਵਾਦ ਦੇ ਵਿੱਚ ਫਿਰ ਜੀ ਇਸ ਵਾਰ ਇਹੀ ਮਤਲਬ ਕਿ ਹੋਇਆ ਵੀ ਕਿ ਬਾਈ ਇਲੈਕਸ਼ਨ ਵੀ ਲੋਕਾਂ ਦੇ ਸਿਰ ਪੈ ਜਾਏਗੀ ਇੱਕ ਉਹਦੇ ਕਾਰਨ ਹੀ, ਤੇ ਹਰਸਿਮਰਤ ਕੌਰ ਬਾਦਲ ਇਹ ਜਿਹੜਾ ਹੈ, ਸੁਖਵੀਰ ਸਿੰਘ ਸਵਾਲ ਕੀਤਾ, ਇਹ ਮੈਂ ਤੁਹਾਡੀ ਗੱਲ, ਹਾਂਜੀ ਹਾਂਜੀ, ਮਤਲਬ ਕਿ 10 ਸੀਟਾਂ ਦੇ ਵਿੱਚੋਂ 2 ਸੀਟਾਂ ਜਿਹੜੀਆਂ ਜਾਂਦੀਆਂ ਨੇ ਬਾਦਲ ਪਰਿਵਾਰ ਨੂੰ, ਤੇ ਪਰਸੈਂਟੇਜ ਕੱਢ ਲਓ ਕਿੰਨੀ ਹੋ ਗਈ ਪਰਿਵਾਰ ਪਰਿਵਾਰਵਾਦ ਦਾ। ਪਹਿਲਾਂ ਹੀ ਦੋਸਤ ਤੁਸੀਂ ਸਹਿ ਰਹੇ ਸੀ, ਜਿੱਤ ਗਏ ਉਹ ਅਲੱਗ ਇੱਕ ਮੈਟਰ ਹੈ, ਵਧਾਈਆਂ ਉਹਦੇ ਵਾਸਤੇ ਤੁਹਾਨੂੰ ਦੇ ਦਿੰਦੇ ਹਾਂ ਅਸੀਂ ਆਪਣੇ ਚੈਨਲ ਵੱਲੋਂ, ਪਰ ਇਹਦੇ ਬਾਰੇ ਜਿਹੜਾ ਕੀ ਕਹਿਣਾ ਚਾਹੁੰਦੇ? ਇਹ ਪਰਿਵਾਰਵਾਦ ਦੀ ਗੱਲ ਨਹੀਂ ਹੁੰਦੀ, ਤੁਸੀਂ ਇਸ ਤੋਂ ਪਹਿਲਾਂ ਪਿਛਲੀ ਹਿਸਟਰੀ 'ਚ ਵੀ ਜਾਓ, 1977 ਵਿੱਚ ਵੀ ਜਦੋਂ ਜਦੋਂ ਵੀ ਪਾਰਟੀਆਂ, ਵੱਡੀਆਂ ਪਾਰਟੀਆਂ ਜਿਹੜੀਆਂ ਹੈ ਜਾਂ ਰੀਜਨਲ ਪਾਰਟੀਆਂ ਵੀ ਜਿਹੜੀਆਂ, ਜਦੋਂ ਉਹ ਸੰਕਟ 'ਚ ਹੁੰਦੀਆਂ, ਮੈਂ ਇਹ ਗੱਲ ਨੂੰ ਬਿਲਕੁਲ ਐਕਸੈਪਟ ਕਰਦਾ ਕਿ 2017 ਤੋਂ ਸ਼੍ਰੋਮਣੀ ਅਕਾਲੀ ਦਲ ਸੰਕਟ 'ਚ ਹੈ,
ਜਦੋਂ ਜੀ ਪਾਰਟੀਆਂ ਸੰਕਟ ਚ ਹੁੰਦੀਆਂ ਤਾਂ ਉਹਦਾ ਜਿਹੜਾ ਪ੍ਰਧਾਨ ਹੈ ਉਹਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਹ ਸਾਰੀ ਇਲੈਕਸ਼ਨ ਲੜਦੀ ਹੈ। ਜਦੋਂ ਜਰਨੈਲ ਆਪ ਇਲੈਕਸ਼ਨ ਲੜਦਾ ਹੈ ਸੰਕਟ ਦੇ ਸਮੇਂ ਚ, ਉਦੋਂ ਫੌਜ ਜਿਹੜੀ ਬਾਕੀ ਟੀਮ ਹੈ ਉਹਨੂੰ ਇਸ ਗੱਲ ਦਾ ਹੌਸਲਾ ਮਿਲਦਾ। ਅੱਜ ਸਾਰੇ ਪੰਜਾਬ ਦੀ ਸਾਡੀ ਵੱਡੀ ਲੀਡਰਸ਼ਿਪ ਕੇਵਲ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ, ਬੀਬਾ ਹਰਸਿਮਰਤ ਬਾਦਲ ਜਿਹੜੀ ਪਹਿਲਾਂ ਪਰ ਸਾਡੇ ਮੰਤਰੀ ਵੀ ਰਹੇ ਆ, ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਸਰਦਾਰ ਦਰਬਾਰਾ ਸਿੰਘ ਗੁਰੂ, ਬੀਬੀ ਜਗੀਰ ਕੌਰ, ਜਿੰਨੀ ਵੀ ਸਾਡੀ ਵੱਡੀ ਲੀਡਰਸ਼ਿਪ ਹੈ ਸਾਰੀ ਨੇ ਇਲੈਕਸ਼ਨ ਲੜੀ ਹੈ। ਇਸ ਕਰਕੇ ਇਹਦੇ ਲਈ ਪਰਿਵਾਰਵਾਦ ਦਾ ਬਲੇਮ ਦੇਣਾ, ਇਹ ਮੈਂ ਇਸ ਤੁਹਾਡੇ ਸਵਾਲ ਨੂੰ ਸਹੀ ਨਹੀਂ ਸਮਝਦਾ ਜਾਂ ਇਸ ਦੋਸ਼ ਨੂੰ ਮੈਂ ਸਹੀ ਨਹੀਂ ਸਮਝਦਾ। ਮੇਰਾ ਖਿਆਲ ਹੈ ਤੁਸੀਂ ਸੈਟੀਸਫਾਈਡ ਤੁਹਾਨੂੰ ਹੋਣਾ ਚਾਹੀਦਾ ਇਸ ਗੱਲ ਨਾਲ। ਨਹੀਂ, ਮੈਂ ਸੈਟੀਸਫਾਈਡ ਹੋ ਜਾਣਾ, ਮੈਂ ਲੋਕਾਂ ਦੀ ਗੱਲ ਰੱਖਣੀ ਹੁੰਦੀ ਹੈ। ਬਿਲਕੁਲ ਠੀਕ ਹੈ, ਮੈਂ ਨਹੀਂ ਮੇਰੇ ਨਾਲ ਦੇ ਮੇਰੇ ਭਾਈਚਾਰੇ ਇਹ ਜਿਹੜਾ ਇਹ ਕੇਵਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਪੁੱਤਰ ਹੋਣ ਕਰਕੇ ਸੁਖਬੀਰ ਜੀ ਨੂੰ ਟਿਕਟ ਨਹੀਂ ਮਿਲੀ ਜੀ। ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਉਹ ਸੀਟ ਲੜਨ ਦਾ ਫੈਸਲਾ ਲਿਆ ਔਰ ਲੋਕਾਂ ਨੇ ਅਸੈਪਟ ਕੀਤਾ, 2 ਲੱਖ ਨਾਲ ਜਿੱਤੇ। ਪਾਰਟੀ ਪ੍ਰਧਾਨ ਤਾਂ ਹੀ ਬਣੇ ਨਾ ਜੇ ਬਾਦਲ ਸਾਹਿਬ। ਚਲੋ ਮੈਂ ਮੇਰਾ ਸਵਾਲ ਲੋਕਾਂ ਵੱਲੋਂ ਹੁੰਦਾ, ਮੇਰੇ ਭਾਈਚਾਰੇ ਜਿਹੜੇ ਵੀ ਪੱਤਰਕਾਰ ਐਂਕਰ ਨੇ ਜੋ ਵੀ, ਤੁਹਾਡਾ ਜਵਾਬ ਸੀਗਾ ਪਾਰਟੀ ਵੱਲੋਂ ਸੀ, ਸਾਰੀ ਪਾਰਟੀ ਵੱਲੋਂ ਸੁਣ ਵੀ ਲਿਆ ਮੇਰਾ ਸਵਾਲ ਵੀ, ਚਲੋ ਜਵਾਬ ਵੀ ਅੱਗੇ ਆਉਂਦੇ ਆ ਜੀ। ਪ੍ਰਚਾਰ ਦੀ ਜੇ ਤੁਸੀਂ ਚਲੋ ਇੱਕ ਵਾਰ ਕਹਿ ਵੀ ਚੁੱਕੇ ਹੋ ਪ੍ਰਚਾਰ 'ਚ ਘੱਟ ਰਹੀ ਹੈ, ਪਰ ਜੋ ਅਸੀਂ ਦੇਖਿਆ ਮੀਡੀਆ ਦੇ ਲੋਕਾਂ ਨੇ ਵੀ ਜਦੋਂ ਸੋਢੀ ਵਿਕਰਮ ਸਿੰਘ ਦਾ ਜਿਹੜਾ ਪ੍ਰਚਾਰ ਸੀਗਾ ਉਹਦੇ ਪਹਿਲੇ 1-2 ਜਿਹੜੇ ਰੋਡ ਸ਼ੋਅ ਨੂੰ ਛੱਡ ਕੇ ਜਿਹੜੇ ਉਸ ਤੋਂ ਅਗਲੇ ਜੋ ਪ੍ਰੋਗਰਾਮ ਹੋਏ ਨੇ ਉਹਦੇ ਵਿੱਚ ਜਿਹੜੇ ਜ਼ਿਆਦਾ ਝੰਡਾ ਬਰਦਾਰ ਤੋਂ ਲੈ ਕੇ ਪਿੱਛੇ ਵਰਕਰਾਂ ਤੱਕ ਸਕੂਟਰ ਮੋਟਰਸਾਈਕਲਾਂ ਵਾਲੇ ਆਡੀਅੰਸ ਦੇ ਵਿੱਚ 80% ਜਿਹੜੇ ਆਡੀਅੰਸ ਸੀ ਉਹ ਬਹੁਜਨ ਸਮਾਜ ਪਾਰਟੀ ਦੀ ਸੀ, ਕਿਤੇ ਨਾ ਕਿਤੇ ਹਾਥੀ ਵਾਲਿਆਂ ਦੀ, ਜਿਵੇਂ ਆਪਣੇ ਸਾਫ ਲਫਜ਼ਾਂ 'ਚ ਜਿਵੇਂ ਆਮ ਭਾਸ਼ਾ 'ਚ ਕਹਿ ਦਿੰਦੇ ਆਪਾਂ ਚੋਣ ਨਿਸ਼ਾਨ ਨੂੰ ਲੈ ਕੇ, ਕੋਈ ਤੱਕੜੀ ਵਾਲੇ, ਕੋਈ ਝਾੜੂ ਵਾਲੇ, ਜਿਵੇਂ ਹਾਥੀ ਵਾਲਿਆਂ ਦੀ ਗੱਲ ਕਰਤੀ ਆਪਾਂ ਨੇ। ਸੋ ਅਲਾਇੰਸ ਸੀਗਾ 6 ਪਾਰਟੀਆਂ ਦਾ। ਸੋ ਬਾਕੀਆਂ ਦੇ ਜਿਹੜੇ ਸੀਗਾ ਉਹ ਮੈਂਬਰ ਉੱਥੇ ਪਹੁੰਚੇ ਨਹੀਂ ਜਾਂ ਉਹ ਕੀ ਉਹਦਾ ਕੀ ਕਾਰਨ ਰਿਹਾ, ਉਹਦਾ ਨੁਕਸਾਨ ਵੀ ਹੋਇਆ ਜਿਹੜਾ ਕਿ ਸਾਫ਼ ਸਾਫ਼ ਨਜ਼ਰੀ ਆ ਰਿਹਾ, ਤਾਂ ਉਹ ਇੱਕ ਵਾਰ ਦੇਖ ਕੇ ਦੁਬਾਰੇ ਕਿਹਾ ਕਿਉਂ ਨਹੀਂ ਗਿਆ ਵਿਕਰਮ ਸਿੰਘ ਸੋਢੀ ਵੱਲੋਂ, ਜਾਂ ਉਹ ਜਿਹੜੇ ਉਹਦੇ ਨਾਲ ਲੱਗਦੇ ਜਿਹੜੇ ਸਲਾਹਕਾਰ ਸੀ ਉਹਨਾਂ ਵੱਲੋਂ ਸੁਨੇਹਾ ਕਿਉਂ ਨਹੀਂ ਲਾਇਆ ਗਿਆ ਪੰਜਾਬ ਏਕਤਾ ਪਾਰਟੀ ਨੂੰ, ਨਵਾਂ ਪੰਜਾਬ ਪਾਰਟੀ, ਗਾਂਧੀ ਸਾਹਿਬ ਦੀ ਹੈ ਚਾਹੇ ਉਹ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਨੇ, ਅਤੇ ਉਹਨਾਂ ਨੂੰ ਸੁਨੇਹਾ ਕਿਉਂ ਨਹੀਂ ਲਾਇਆ ਗਿਆ ਵੀ ਤੁਸੀਂ ਵੀ ਆਪਣੇ ਜਿਹੜੇ ਵਰਕਰ ਨੇ ਜੋਸ਼ ਭਰਨ ਵਾਸਤੇ ਭੇਜੋ? ਨਹੀਂ, ਸੁਨੇਹਾ ਸਾਰਿਆਂ ਨੂੰ ਲੱਗਿਆ ਹੈਗਾ, ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਆਈ ਨਹੀਂ ਸਾਡੇ ਦੇਖ ਵੀ ਤਾਂ ਗੱਲ ਇਹ ਹੈ ਨਾ, ਜਿਹੜੀ ਪਾਰਟੀ ਦੇ ਚੋਣ ਨਿਸ਼ਾਨ ਪਰ ਕੈਂਡੀਡੇਟ ਲੜ ਰਿਹਾ ਹੈ, ਹਾਂਜੀ ਹਾਂਜੀ, ਉਹ ਕੁਦਰਤੀ ਗੱਲ ਹੈ ਉਹ ਪਾਰਟੀ ਦਾ ਕੇਡਰ ਜ਼ਿਆਦਾ ਜੋਸ਼ 'ਚ ਹੁੰਦਾ ਹੈ ਜੀ, ਬਿਲਕੁਲ। ਅੱਛਾ, ਜਿਹੜੇ ਦੂਜੇ ਮੈਂਬਰ ਹੈ ਜੇ ਆਉਂਦੇ ਵੀ ਹੈ ਤਾਂ ਉਹ ਝੰਡਾ ਥੋੜ੍ਹਾ ਜਿਹਾ ਘੱਟ ਚੱਕਦੇ ਆ, ਉਹ ਆਏ ਜ਼ਰੂਰ ਹੈ, ਪਰਖਾਲੀ ਹੋਇਆ, ਪਰਖਾਲੀ ਵੀ ਆਏ ਸਾਡੇ ਮਰੰਡੇ ਦੇ ਜਿੰਨੇ ਵੀ ਸਾਰੇ ਉਹ ਆਏ ਸੀਗੇ, ਪਰ ਇਹਦੇ 'ਚ ਜ਼ਰੂਰੀ ਗੱਲ ਹੈਗੀ ਹੈ ਵੀ ਜਿਹੜੀਆਂ ਪਾਰਟੀਆਂ ਕਈ ਨਵੀਆਂ ਹੋਣ 'ਚ ਆਈਆਂ ਉਹਨਾਂ ਦਾ ਵਰਕਰ ਕੇਡਰ ਹੈਵੀ ਘੱਟ ਸੀਗਾ, ਕਈ ਪਾਰਟੀਆਂ ਦੇ ਨਾਂ ਸੀਗੇ। ਹਾਲਾਂਕਿ ਜਿੰਨਾ ਸਾਡਾ ਪੰਜਾਬ ਏਕਤਾ ਪਾਰਟੀ ਦੀ ਗੱਲ ਹੈਗੀ ਹੈ, ਸਾਡੇ ਵਰਕਰ ਜਿੱਥੇ ਵੀ ਕੋਈ ਇਕੱਠ ਰੈਲੀ ਜਿੱਥੇ ਵੀ ਕੰਪੇਨ ਹੋਈ ਹੈ ਉਹਦੇ 'ਚ ਵੱਧ ਤੋਂ ਵੱਧ ਪਹੁੰਚੇ ਹੈ, ਉਹਦੇ ਵਿੱਚ ਜਿੰਨੀ ਵੀ ਕੋਸ਼ਿਸ਼ ਹੋਈ ਹੈ ਵੱਧ ਤੋਂ ਵੱਧ ਪਹੁੰਚੇ ਹੈ, ਮੀਟਿੰਗਾਂ ਵੀ ਕਰੀਆਂ, ਪਰ ਉਹੀ ਮੁੜ ਕੇ ਗੱਲ ਆ ਜਾਂਦੀ ਹੈ ਵੀ ਅਜੇ ਪਾਰਟੀ ਦਾ ਜਿਹੜਾ ਗਰਾਊਂਡ ਲੈਵਲ ਪਿੰਡ ਲੈਵਲ ਉਹ ਕੇਡਰ ਹੈ, ਜਿਸ ਤਰ੍ਹਾਂ ਹੁਣ ਰਵਾਇਤੀ ਪਾਰਟੀਆਂ ਪਹਿਲਾਂ ਦੇ ਚੱਲੇ ਆਉਂਦੇ ਆ, ਕਿਸੇ ਨੇ ਰੇਤਾ ਖਰੀਦਣਾ ਹੁੰਦਾ, ਕਿਸੇ ਨੇ ਕੁਛ ਕਰਨਾ ਹੁੰਦਾ, ਤੇ ਉਹ ਲੜਾਈ ਵਾਲੇ ਵਰਕਰ ਘੱਟ ਹੁੰਦੇ ਆ ਪਿੰਡਾਂ 'ਚ ਵੀ ਹੌਲੀ ਹੌਲੀ ਜੁੜ। ਚਲੋ ਥੋੜ੍ਹਾ ਜਵਾਬ ਹੈ ਜੀ, ਮੰਨਣਾ ਕਿਵੇਂ ਲੋਕਾਂ ਦੇ ਵਿੱਚ ਜਾਣਾ ਸੁਨੇਹਾ ਜੋ ਵੀ ਜਾਏਗਾ, ਅਗਲਾ ਰੁਖ ਕਰਦੇ ਆਮ ਆਦਮੀ ਪਾਰਟੀ ਵੱਲ। ਰਣਜੀਤ ਸਿੰਘ ਜੀ, ਨਰਿੰਦਰ ਸਿੰਘ ਜੀ ਸ਼ੇਰਗਿੱਲ ਤੁਹਾਡੇ ਕੈਂਡੀਡੇਟ ਸੀਗੇ, ਸਾਡਾ ਕਹਿਣਾ ਇੱਕ ਗਲਤ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ, ਪਰ ਇੱਕ ਪੱਤਰਕਾਰਤਾ ਦੇ ਤੌਰ 'ਤੇ ਜੋ ਅਸੀਂ ਦੇਖਿਆ ਕਿ ਨਰਿੰਦਰ ਸਿੰਘ ਸ਼ੇਰਗਿੱਲ ਜਿਹੜੇ ਉਹ ਇੰਡੀਵਿਜੁਅਲੀ ਨਿੱਜੀ ਤੌਰ 'ਤੇ ਹੀ ਲੜਾਈ ਦੇ ਵਿੱਚ ਨਜ਼ਰ ਨਹੀਂ ਆਏ, ਤੁਸੀਂ ਮੰਨੋ ਭਾਵੇਂ ਨਾ ਮੰਨੋ, ਸਾਰੇ ਆਪਣੀ ਜਿਹੜੀ ਹੁਣ ਗੱਲਬਾਤ ਹੋਈ ਹੈ ਉਹਦੇ ਵਿੱਚ ਇਹ ਨਿਕਲਿਆ ਵੀ ਸੋਢੀ ਸਾਹਿਬ ਨੇ ਰੋਡ ਸ਼ੋਅ ਕੀਤੇ, ਇਹਨਾਂ ਦੀ ਗੱਲਬਾਤ ਕੀਤੀ ਹੈ ਵੀ ਚੰਦੂ ਮਾਜਰਾ ਸਾਹਿਬ ਬਾਰੇ, ਉਹਦਾ ਚਲੋ ਨਹੀਂ ਵੀ ਕਿਹਾ ਤਾਂ ਅਸਿੱਧੇ ਰੂਪ ਦੇ ਵਿੱਚ ਗੱਲ ਇਹ ਸਾਹਮਣੇ ਇਹ ਵੀ
ਪ੍ਰਚਾਰ ਪੱਖੋਂ ਕਿਤੇ ਨਾ ਕਿਤੇ ਜਿਹੜੀ ਉਹ ਨਿੱਜੀ ਤੌਰ 'ਤੇ ਜਿਹੜੇ ਉਮੀਦਵਾਰ ਨੇ ਅੱਗੇ ਆ ਕੇ ਰਹੇ ਨੇ, ਪਰ ਨਰਿੰਦਰ ਸਿੰਘ ਸ਼ੇਰਗਿੱਲ ਕਿਸੇ ਵੀ ਮੀਡੀਆ ਵਾਲਾ, ਚਾਹੇ ਇਲੈਕਟ੍ਰੋਨਿਕ ਹੈ ਚਾਹੇ ਉਹ ਪ੍ਰਿੰਟ ਮੀਡੀਆ ਹੈ, ਕਿਸੇ ਨਾਲ ਇੱਕ ਕਦੀ ਉਹ ਦੇਖ ਕੇ ਕੋਈ ਸਿੱਧਾ ਰਾਬਤਾ ਕਾਇਮ ਕਰਨਾ, ਚਾਹੇ ਰੋਡ ਸ਼ੋਅ ਨੂੰ ਲੈ ਕੇ ਹੈ, ਚਾਹੇ ਰੈਲੀਆਂ ਨੂੰ ਲੈ ਕੇ ਹੈ, ਚਾਹੇ ਵਰਕਰਾਂ ਦੇ ਵਿੱਚ ਜੋਸ਼ ਖਰੋਸ਼ ਭਰ ਕੇ ਰੋਡ ਟੂ ਰੋਡ, ਡੋਰ ਟੂ ਡੋਰ, ਮੇਰੇ ਕਹਿਣ ਦਾ ਮਤਲਬ ਜ਼ਮੀਨੀ ਪੱਧਰ ਤੋਂ ਸਕਾਈ ਪੱਧਰ ਤੱਕ ਬਿਲਕੁਲ ਵੀ ਕਿਤੇ ਜਿਵੇਂ ਗੱਲ ਕੀਤੀ ਵੀ ਚਰਨੈਲ ਨੂੰ ਅੱਗੇ ਆਉਣਾ ਚਾਹੀਦਾ, ਨਹੀਂ ਦਿਖੇ ਕਿਤੇ ਇਹਦੇ ਬਾਰੇ। ਦੇਖੋ ਇਹਦੇ ਵਿੱਚ ਦੋ ਗੱਲਾਂ ਕਿ ਰੋਪੜ ਵਿਧਾਨ ਸਭਾ ਦੇ ਜਿਹੜੇ ਹਲਕਾ ਇੰਚਾਰਜ ਸੀ, ਹਾਲਾਂਕਿ ਚਮਕੌਰ ਦੇ ਵਿੱਚ ਉਹਨਾਂ ਦੀ ਵਧੀਆ ਕਾਰਜਕਾਰੀ ਰਹੀ ਆ ਸਾਰੇ ਪਾਸੇ, ਜੋ ਸਾਨੂੰ ਵੀ ਦੇਖਣ ਨੂੰ ਮਿਲੀ ਆ। ਰੋਪੜ ਦੇ ਵਿੱਚ ਜਿਹੜਾ ਹਲਕਾ ਇੰਚਾਰਜ ਸਾਡਾ ਸੀ ਉਹ ਅਮਰਜੀਤ ਸਿੰਘ ਸੰਧੂਆ ਸੀ, ਉਹ ਉਹਨਾਂ ਨੂੰ ਬਾਈਪਾਸ ਕਰਕੇ ਆਪਣਾ ਬੰਦਾ ਫਿੱਟ ਨਹੀਂ ਸੀ ਕਰਨਾ ਚਾਹੁੰਦੇ, ਤੇ ਸੰਧੂਆ ਜਿਹੜੇ ਅਮਰਜੀਤ ਨੇ ਉਹਨਾਂ ਨੇ ਲਾਸਟ ਮੂਮੈਂਟ ਤੱਕ ਇਹ ਗੱਲ ਨਹੀਂ ਕਲੀਅਰ ਕਰੀ ਕਿ ਮੈਂ ਕਿਆ ਕਰਨਾ, ਉਹਨਾਂ ਨੇ ਉਹਨਾਂ ਨੂੰ ਧੋਖੇ ਵਿੱਚ ਰੱਖਿਆ। ਉਹਨਾਂ ਨੇ ਸੋਚਿਆ ਕਿ ਜੇ ਮੈਂ ਆਪਣਾ ਬੰਦਾ ਇੱਕ ਅਲੱਗ ਕਰੂੰਗਾ ਤਾਂ ਫਿਰ ਇਹ ਗੁੱਸਾ ਕਰਨਗੇ ਕਿ ਇੱਕ ਮੌਜੂਦਾ MLA ਅਤੇ ਹਲਕਾ ਇੰਚਾਰਜ ਆ। ਉਹਦੇ ਕਰਕੇ ਰੋਪੜ ਦੇ ਵਿੱਚ ਸਾਨੂੰ ਵੀ ਮਹਿਸੂਸ ਹੁੰਦਾ ਕਿ ਇਹ ਘਾਟ ਰਹੀ ਆ, ਬਹੁਤ ਬੁਰੀ ਰਹੀ ਆ, ਔਰ ਬਾਕੀ ਮੈਂ ਤੁਹਾਡੇ ਚੈਨਲ ਰਾਹੀਂ ਆਪਣੇ ਪਾਰਟੀ ਦੇ ਲੀਡਰ ਨੂੰ ਗੱਲ ਕਹਿਣੀ ਚਾਹੁੰਦਾ ਕਿ ਵਰਕਰ ਜੁੜਿਆ ਸੀ ਸਵਰਾਜ ਦੇ ਨਾਂ ਤੇ, ਜੇ ਅੱਜ ਵੀ ਪਾਰਟੀ ਸਵਰਾਜ ਲਾਗੂ ਕਰਦੀ ਆ ਫਿਰ ਜਿਵੇਂ 2017 ਤੋਂ ਪਹਿਲਾਂ ਕਾਂਗਰਸ ਤੇ ਅਕਾਲੀਆਂ ਨੂੰ ਨੀਂਦ ਆਉਣੀ ਬੰਦ ਹੋ ਗਈ ਸੀ ਉਹੀ ਫਿਰ ਹੋ ਜਾਣੀ ਆ, ਸਿਰਫ ਸਵਰਾਜ ਲਾਗੂ ਹੋਣਾ ਚਾਹੀਦਾ ਹੈ। ਜੀ ਜੀ ਚਲੋ ਅੰਤਿਮ ਪੜਾਅ ਵਾਲਾ ਜੀ, ਅਗਲੀ ਰਣਨੀਤੀ ਇੱਕੋ ਹੀ ਸਵਾਲ ਸਾਂਝਾਈ ਜੀ, ਹੱਥ ਕਰੂੰਗਾ ਵਾਰੀ ਵਾਰੀ, ਅਗਲੀ ਰਣਨੀਤੀ ਕੀ ਹੋਏਗੀ ਜੀ ਹੁਣ, ਚਾਹੇ ਉਹ MC ਇਲੈਕਸ਼ਨ ਹੋਣ, ਚਾਹੇ 2022 ਨੂੰ ਲੈ ਕੇ, ਚਾਹੇ ਜੋ ਵੀ ਹੈ। ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਇਲੈਕਸ਼ਨ ਲੂਜ਼ ਕਰਨ ਤੋਂ ਬਾਅਦ ਇੱਕ ਦਿਨ ਵੀ ਘਰ ਨਹੀਂ ਬੈਠੇ। ਜੀ ਜੀ ਅਸੀਂ ਲੋਕਾਂ ਦੇ ਵਿੱਚ ਵਿਚਰੇ ਹਾਂ, ਲੋਕਾਂ ਦੇ ਵਿੱਚ ਵਿਚਰਦੇ ਰਹਾਂਗੇ। ਜਦੋਂ ਸਰਕਾਰ 'ਚ ਸੀਗੇ ਲੋਕਾਂ ਦੇ ਡਿਵੈਲਪਮੈਂਟ ਲਈ ਗੱਲ ਕਰਦੇ ਸੀ, ਅੱਜ ਅਸੀਂ ਵਿਰੋਧ 'ਚ ਹਾਂ ਤਾਂ ਵੀ ਸਰਕਾਰ ਦੇ ਅਸੀਂ ਲੋਕਾਂ ਲਈ ਸੰਘਰਸ਼ ਕਰ ਰਹੇ ਹਾਂ ਔਰ ਕਰਾਂਗੇ। ਜਿੱਥੇ ਤੱਕ ਸਥਾਨਕ ਸਰਕਾਰ ਦੀ ਗੱਲ ਹੈ, ਅਸੀਂ ਅੱਜ ਸਥਾਨਕ ਸਰਕਾਰ 'ਚ ਬੈਠੇ ਹਾਂ, ਸ਼ਹਿਰ ਦੀ ਡਿਵੈਲਪਮੈਂਟ, ਸ਼ਹਿਰ ਦੀ ਸਫਾਈ ਜੋ ਸਾਡੀ ਡਿਊਟੀ ਹੈ, ਅੱਜ 80% ਜਿਹੜਾ ਸ਼ਹਿਰ ਹੈ ਸਟਰੀਟ ਲਾਈਟ ਦੀ ਜਗ ਰਹੀ ਹੈ, ਲੋਕ ਸੈਟਿਸਫਾਈਡ ਨੇ, ਉਹ ਅਸੀਂ ਕਰਦੇ ਰਹਾਂਗੇ। PDA ਵੱਲੋਂ ਰਣਨੀਤੀ ਜੀ? PDA ਵੱਲੋਂ ਤਾਂ ਇਹ ਰਣਨੀਤੀ ਬਣੇਗੀ, ਸਾਨੂੰ ਵੀ ਉਮੀਦ ਹੈ ਆਪਣੇ ਵੱਲੋਂ ਕੀ ਹੋਈ। ਹਾਂ ਸਾਡਾ ਤਾਂ ਇਹੀ ਹੈ ਵੀ ਉਹ ਜਿੰਨੇ ਵੀ ਸੰਘਰਸ਼ੀ ਲੀਡਰ ਪਹਿਲਾਂ ਭਾਵੇਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ, ਉਹ ਮੁੜ ਕੇ ਇੱਕ ਝੰਡੇ ਥੱਲੇ ਇਕੱਠੀਆਂ ਹੋਣ ਗਈਆਂ। ਆਮ ਆਦਮੀ ਪਾਰਟੀ ਵੱਲੋਂ ਜੀ ਕੋਈ ਖਾਸ ਲੋਕਾਂ ਦਾ ਜਿਹੜੇ ਮਸਲੇ ਹੈ, ਲੋਕਾਂ ਦੇ ਮੁੱਦੇ ਹੈ, ਉਹ ਲੋਕਾਂ ਦੇ ਫਿਰ ਅੱਗੇ ਸਾਹਮਣੇ ਲਿਆਉਂਦੇ ਰਹੋਗੇ, ਉਹਨਾਂ ਖਾਤਰ ਲੜਦੇ ਰਹਾਂਗੇ, ਜਿਹੜੀ ਪੰਜਾਬ ਦੀ ਰਾਖੀ ਹੈ ਉਹਦੇ ਖਾਤਰ ਸੰਘਰਸ਼ ਕਰਦੇ ਰਹਾਂ। ਕੋਈ ਖਾਸ ਰਣਨੀਤੀ, ਕੋਈ ਸਲਾਹ ਤੁਹਾਡੇ ਵੱਲੋਂ ਆਪਣੇ ਜਿਵੇਂ ਤੁਸੀਂ ਦਿੱਤੀ ਵੀ ਇੱਕ ਤਾਂ ਦੇਖੋ ਉਹੀ ਮੁੜ ਕੇ ਮੈਂ ਗੱਲ ਕਹਿੰਦਾ ਹੈ ਕਿ ਜਿਹੜਾ ਸਵਰਾਜ ਸੀ ਉਹ ਜੋ ਤੁਸੀਂ ਪੜੋਗੇ ਆਪਣੇ ਆਪ ਲੱਗਦਾ ਕਿ ਹਰ ਵਰਕਰ ਕੋਲ ਪਾਵਰ ਆ, ਪਾਰਟੀ ਵੀ ਸਵਰਾਜ ਤੋਂ ਥਿਰਕੀ ਆ ਔਰ ਪਾਰਟੀ ਨੂੰ ਤਾਂ ਨੁਕਸਾਨ ਵੀ ਝੱਲਣਾ ਪਿਆ। ਜੇ ਅੱਜ ਫਿਰ ਉਹ ਸਵਰਾਜ ਲਾਗੂ ਹੁੰਦਾ ਤਾਂ ਉਹਦੇ ਵਿੱਚ ਕਿਸੇ ਦੀ ਲੀਡਰ ਦੀ ਜਿਹੜੀ ਇੰਟਰਫੇਅਰ ਨਹੀਂ ਰਹਿਣੀ। ਸਵਰਾਜ ਇੱਕ ਇਸ ਤਰ੍ਹਾਂ ਦਾ ਬਣਾਇਆ ਹੋਇਆ ਕੇਜਰੀਵਾਲ ਵੱਲੋਂ ਕਿ ਆਟੋਮੈਟਿਕਲੀ ਕੰਮ ਹੋਣੇ ਆ, ਅਤੇ ਮੈਂ ਤਾਂ ਸਮਝਦਾ ਕਿ ਸਾਡੇ ਦੇਖੋ ਗੁਰੂ ਸਾਹਿਬ ਨੇ ਵੀ ਇਹੀ ਗੱਲ ਸਿਖਾਈ ਆ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਮਤਲਬ ਲੀਡਰ ਕੋਈ ਪਿਆਰਾ ਨਹੀਂ, ਜਿਹੜੀ ਰਹਿਤ ਆ ਉਹ ਸਮਝ ਲਓ ਵੀ ਆਮ ਆਦਮੀ ਪਾਰਟੀ ਦੀ ਵੀ ਇਹ ਇੱਕ ਮਰਿਆਦਾ ਹੈ, ਅਤੇ ਜੇ ਮਰਿਆਦਾ ਵਿੱਚ ਕੰਮ ਕਰੂੰਗੀ ਪਾਰਟੀ ਤਾਂ ਇਹਨੂੰ ਕੋਈ ਅੱਗੇ ਆਉਣ ਤੋਂ ਰੋਕ ਨਹੀਂ ਸਕਦਾ, ਅਤੇ ਜੇ ਮਰਿਆਦਾ ਵਿੱਚ ਨਹੀਂ ਪਾਰਟੀ ਕਰੂੰਗੀ ਤਾਂ ਹਸ਼ਰ ਹੋ ਸਕਦਾ ਮਾੜਾ ਜਿਹਾ, ਕੋਈ ਦੋ ਰਾਵਾਂ ਨਹੀਂ ਹੈਗੀਆਂ। ਸੋ ਦੋਸਤੋ ਇਹ ਸੀ ਸਾਡਾ ਖਾਸ ਪ੍ਰੋਗਰਾਮ ਮੰਥਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਦਾ। ਸੋ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਜੀ, ਅਤੇ ਬਹੁਤ ਹੀ ਵਧੀਆ ਤੰਗ ਜਿਹਨਾਂ ਨੇ ਕਿ ਫਰਾਕ ਦਿਲੀ ਦੇ ਨਾਲ ਆਪਣੇ ਜਿਹੜੇ ਸਵਾਲਾਂ ਦੇ ਜਵਾਬ ਵੀ ਦਿੱਤੇ ਹੈ।
ਤੇ ਸਾਡੇ RTV ਵੱਲੋਂ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ, ਫਿਰ ਤੋਂ ਪੇਸ਼ ਆਵਾਂ ਜੀ ਨਵੇਂ